ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਸੈਸ਼ਨ ਦੇ ਵਿੱਚ ਸੋ ਅੱਜ ਜੋ ਆਪਾਂ ਪੜਨ ਜਾ ਰਹੇ ਆ ਟੌਪਿਕ ਆਪਣਾ ਇੰਗਲਿਸ਼ ਦਾ ਥੈਟ ਇਜ਼ ਟੈਂਸਸ ਤੇ ਨਾਲ ਆਪਾਂ ਦੇਖਾਂਗੇ ਪ੍ਰੀਵੀਅਸ ਈਅਰ ਪੇਪਰ ਦੇ ਕੁਐਸਚਨ ਟਰਾਂਸਲੇਸ਼ਨ ਨੂੰ ਲੈ ਕੇ ਸੋ ਕਿੰਨਾ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਈ ਸੇ ਤਾਂ ਦੇਖੋ ਇੰਗਲਿਸ਼ ਸਾਰੇ ਪੇਪਰਾਂ 'ਚ ਆਉਣ ਲੱਗੀ ਇੰਗਲਿਸ਼ ਆਪਣੀ ਹਨਾ ਤਾਂ ਆਪਾਂ ਨੂੰ ਜਿਨੂੰ ਟੈਂਸਸ ਦੇ ਵਿੱਚ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਤਾਂ ਸਾਰਿਆਂ ਲਈ ਇਹ ਲੈਕਚਰ ਇੰਪੋਰਟੈਂਟ ਹੈ ਪਰ ਮੌਜੂਦਾ ਜਿਸ ਸਮੇਂ ਮੈਂ ਇਹ ਸ਼ੇਅਰ ਕਰ ਰਿਹਾ ਥੋੜੇ ਨਾਲ ਅੱਜ ਦੇ ਸਿਨੈਰੀਓ 'ਚ ਜੇ ਮੈਂ ਕਹਾਂ ਤਾਂ ਜਿਹੜਾ ਕਾਂਸਟੇਬਲ ਦਾ ਪੇਪਰ ਤੁਹਾਡਾ ਹੁਣ ਆਉਣ ਵਾਲਾ ਹੈ ਉਹਦੇ ਲਈ ਇਹ ਬਹੁਤ ਇੰਪੋਰਟੈਂਟ ਵੀਡੀਓ ਰਹੂਗੀ ਠੀਕ ਹੈ ਕਿਉਂਕਿ ਉਹਦੇ ਵਿੱਚ ਜਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਣਗੇ ਉਸਾਰ ਉਹ ਬਹੁਤ ਸਾਰੇ ਕੁਐਸਚਨ ਅੱਜ ਦੇ ਇਸ ਸੈਸ਼ਨ ਦੇ ਵਿੱਚ ਆਪਾਂ ਪ੍ਰੈਕਟਿਸ ਵੀ ਕਰਾਂਗੇ ਮੇਨ ਅਜੰਡਾ ਆਪਣਾ ਅੱਜ ਦੇ ਇਸ ਲੈਕਚਰ ਦਾ ਕੀ ਰਹਿਣ ਵਾਲਾ ਹੈ ਪਹਿਲਾਂ ਤਾਂ ਮੈਂ ਸਾਰੇ ਜਿੰਨੇ 8 ਟੈਂਸਸ ਸਾਡੇ ਕੋਲ ਹੈਗੇ ਨੇ ਬਿਲਕੁਲ ਮੈਂ ਇੱਕ ਲੇਮਨ ਲੈਂਗੁਏਜ ਦੇ ਵਿੱਚ ਕੋਸ਼ਿਸ਼ ਕਰੂੰਗਾ ਸਮਝਾਉਣ ਦੀ ਕਿ ਕਿਹੜੇ ਟੈਂਸ ਦੇ ਵਿੱਚ ਰੂਲ ਕੀ ਲੱਗਦਾ ਹੈ ਤੇ ਕਿਵੇਂ ਉਹਦੀ ਪੰਜਾਬੀ ਚ ਆਪਾਂ ਪਛਾਣ ਕਰ ਸਕਦੇ ਹਾਂ ਕਿ ਇਹ ਕਿਹੜਾ ਟੈਂਸ ਹੈ ਜਿਹੜਾ ਇੱਥੇ ਯੂਜ਼ ਵਰਤਿਆ ਜਾਣਾ ਚਾਹੀਦਾ ਹੈ ਫਿਰ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਪ੍ਰੈਕਟਿਸ ਕੁਐਸਚਨਾਂ ਦੇ ਉੱਤੇ ਜੀਦੇ ਵਿੱਚ ਕੋਈ ਵੀ ਕੁਐਸਚਨ ਮੈਂ ਆਪਣਾ ਕੋਈ ਬਣਾਇਆ ਹੋਇਆ ਕੁਐਸਚਨ ਨਹੀਂ ਸਾਰੇ ਪ੍ਰੀਵੀਅਸ ਇਅਰ ਜੋ TCS ਨੇ ਪਿਛਲੇ ਪੇਪਰਾਂ ਦੇ ਵਿੱਚ ਚਾਹੇ ਹੈੱਡ ਕਨਸਟੇਬਲ ਦਾ ਸੀ ਚਾਹੇ ਐਸਆਈ ਦਾ ਸੀ ਜੋ ਕਨਸਟੇਬਲ ਵਾਲਾ ਹੀ ਸੀ ਉਹ ਚ ਪੁੱਛੇ ਨੇ ਉਤੋਂ ਹੀ ਮੈਂ ਕੁਐਸਚਨ ਚੱਕੇ ਨੇ ਤਾਂ ਕਿ ਆਪਣੀ ਪ੍ਰੈਕਟਿਸ ਹੋ ਸਕੇ ਠੀਕ ਹੈ ਸਮਝ ਗਏ ਕਿ ਕੀ ਆਪਣਾ ਸਿਸਟਮ ਰਹਿਣ ਵਾਲਾ ਇਸ ਲੈਕਚਰ ਦੇ ਵਿੱਚ ਤਾਂ ਬੇਸਿਕਲੀ ਮੈਨੂੰ ਇਹ ਮਹਿਸੂਸ ਹੋਇਆ ਕਿਉਂਕਿ ਮੇਰੇ ਨਾਲ ਵੀ ਜਿੰਨੇ ਬੱਚੇ ਜੁੜੇ ਹੋਏ ਆ ਕਾਫੀ ਇੰਗਲਿਸ਼ ਜ਼ਿਆਦਾਤਰ ਬੱਚਿਆਂ ਦੀ ਵੀਕ ਰਹਿੰਦੀ ਹੈ ਆਪਾਂ ਪੰਜਾਬ ਦੇ ਕੰਟੈਕਸਟ ਚ ਗੱਲ ਕਰ ਲਈਏ ਵੀਕ ਤਾਂ ਚਲੋ ਸਾਰਿਆਂ ਦੀ ਹੋਊਗੀ ਲਗਭਗ ਕੋਈ ਵੱਡਾ ਇਸ਼ੂ ਨਹੀਂ ਪਰ ਰੌਲਾ ਕੀ ਹੈ ਕਿ ਬਹੁਤੇ ਬੱਚੇ ਇਸ ਇੰਗਲਿਸ਼ ਨੂੰ ਹੱਥ ਹੀ ਨਹੀਂ ਪਾਉਂਦੇ ਉਹ ਕਹਿੰਦੇ ਜੀ ਵੀ ਇਹਨੂੰ ਛੱਡ ਕੇ ਸਾਡੇ ਨੰਬਰ ਬਣਾਓ ਟੋਟਲ ਵੀ ਅਸੀਂ ਇੰਨੇ ਦੇ ਨੇੜੇ ਪਹੁੰਚ ਜਾਈਏ ਤਾਂ ਸਾਡੀ ਸਿਲੈਕਸ਼ਨ ਹੋ ਜਾਊਗੀ ਠੀਕ ਹੈ ਤਾਂ ਮੈਨੂੰ ਲੱਗਦਾ ਕਿ ਇਹਦੇ ਵਿੱਚੋਂ ਟੈਂਸਸ ਵਾਲੇ ਟਰਾਂਸਲੇਸ਼ਨ ਵਾਲੇ ਹਿੱਸੇ ਚੋਂ ਨੰਬਰ ਲੈਣੇ ਬਹੁਤ ਸੌਖੇ ਨੇ ਤੁਸੀਂ ਬੜੇ ਆਰਾਮ ਨਾਲ ਨੰਬਰ ਲੈ ਸਕਦੇ ਹੋ ਥੋੜੇ ਜੇ ਰੂਲ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਤੇ ਥੋੜੀ ਜੀ ਪ੍ਰੈਕਟਿਸ ਦੀ ਲੋੜ ਹੈ ਚਲੋ ਸ਼ਾਇਦ ਇਸ ਲੈਕਚਰ ਨਾਲ ਤੁਹਾਡੇ ਮੈਂ 3-4 ਨੰਬਰ ਜਾਂ 3-4 ਕੁਐਸਚਨ ਵੱਧ ਸੋਲਵ ਕਰਾਉਣ ਦੇ ਵਿੱਚ ਮਦਦ ਕਰ ਪਾਵਾਂ ਤਾਂ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਅੱਜ ਦੇ ਇਸ ਸੈਸ਼ਨ ਨੂੰ ਇਹਦੇ ਬਾਰੇ ਆਪਾਂ ਗੱਲ ਬਸ 1 ਮਿੰਟ ਲਵਾਂਗਾ ਮੈਂ ਜ਼ਿਆਦਾ ਟਾਈਮ ਨਹੀਂ ਤੁਹਾਡਾ ਖਰਾਬ ਕਰੂੰਗਾ ਕਿਉਂਕਿ ਲੈਕਚਰ ਆਲਰੇਡੀ ਲੈਂਥੀ ਬਣ ਜਾਂਦੇ ਨੇ ਤੇ ਇਹ ਵੀ ਲੈਕਚਰ ਲੰਬਾ ਹੀ ਜਾਊਗਾ ਮੈਂ ਪਹਿਲੀ ਦੱਸ ਦਵਾਂ ਤਾਂ ਮੈਂ ਪੂਰਾ ਕੰਪਲੀਟ ਕੋਰਸ ਵੀ ਲੈ ਕੇ ਆ ਰਿਹਾ ਜਿਹੜਾ ਕਿ ਪੀਟ ਪਲੱਸ ਬੀ ਜਾਂ ਫਿਰ ਪੰਜਾਬ ਪੁਲਿਸ ਦੀਆਂ ਜਿੰਨੀਆਂ ਜੌਬਸ ਆਉਂਦੀਆਂ ਜਿਵੇਂ ਕਿ ਅਪਕਮਿੰਗ ਪੇਪਰ ਸਬ ਇਨਸਪੈਕਟਰ ਜਾਂ ਕਾਂਸਟੇਬਲ ਜਿਹੜੇ ਅਗਲੇ ਹੁਣ ਤਾਂ ਹਰ ਸਾਲ ਹੀ ਸਰਕਾਰ ਨੇ ਕੱਢਣੇ ਨੇ ਅਨਾਉਂਸ ਕਰਤਾ ਫੂਡ ਸਪਲਾਈ ਇਨਸਪੈਕਟਰ ਜੋ ਅਪਕਮਿੰਗ ਪੋਸਟ ਹੈ ਆਪਣੇ ਕੋਲੇ ਆਉਣੀ ਹੈ ਚਾਹ ਇਲੈਕਸ਼ਨ ਕਰਨ ਕੋ ਆਉਣੀ ਹੈ ਕਲੈਰੀਕਲ ਜਾਂ ਹੋਰ ਜਿੰਨੀਆਂ ਵੀ ਆਪਣੇ ਕੋਲੇ ਪੋਸਟਾਂ ਐਸਐਸ ਬੋਰਡ ਦੀਆਂ ਪੋਸਟਾਂ ਨੇ ਜਿਹੜੀਆਂ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਮੈਂ ਕੋਰਸ ਲੈ ਕੇ ਆ ਰਹੇ ਹਾਂ ਬੜੀ ਜਲਦੀ ਹੀ ਆਪਣੀ ਐਪ ਦੇ ਉੱਤੇ ਪਬਲਿਸ਼ ਹੋ ਜਾਊਗਾ ਠੀਕ ਹੈ ਤਾਂ ਤੁਸੀਂ ਇਸ ਕੋਰਸ ਦਾ ਫਾਇਦਾ ਲੈ ਸਕਦੇ ਹੋ ਜੇ ਕੋਈ ਦੇਖੋ ਇਹਦੇ ਵਿੱਚ ਦੋਨੋਂ ਤਰ੍ਹਾਂ ਦੇ ਕੈਂਡੀਡੇਟਸ ਦੇ ਲਈ ਮਤਲਬ ਇਹ ਕੋਰਸ ਹੋਏਗਾ ਜਿਹੜੇ ਫਰੈਸ਼ ਸਟਾਰਟ ਕਰਨਾ ਚਾਹੁੰਦੇ ਨੇ ਜ਼ੀਰੋ ਲੈਵਲ ਤੋਂ ਤਿਆਰੀ ਸ਼ੁਰੂ ਕਰਨੀ ਹੈ ਜਾਂ ਫਿਰ ਉਹ ਸਟੂਡੈਂਟ ਜਿਹੜੇ ਇੱਕ ਲੈਵਲ ਤੱਕ ਤਿਆਰੀ ਕਰੀ ਬੈਠੇ ਨੇ ਉਹ ਚਾਹੁੰਦੇ ਨੇ ਵੀ ਅਸੀਂ ਇਸ ਲੈਵਲ ਨੂੰ ਅੱਪ ਚੱਕੀਏ ਜਿਵੇਂ ਕਿ ਕਾਂਸਟੇਬਲ ਬੈਚ ਤੁਸੀਂ ਨੇ ਦੇਖਿਆ ਕਿ ਆਪਣੇ ਹਰ ਉਹਦੇ ਵਿੱਚ ਆਪਣੇ ਕੋਲੇ ਪੋਲੀਟੀ ਸਬਜੈਕਟ ਸੀਗਾ ਸੰਵਿਧਾਨ ਉਹਨੂੰ ਬੜੀ ਡਿਟੇਲ ਦੇ ਵਿੱਚ ਪੜਾਇਆ ਗਿਆ ਤੇ ਇਸ ਦੇ ਵਿੱਚ ਵੀ ਹਰ ਸਬਜੈਕਟ ਨੂੰ ਚਾਹੇ ਉਹ ਇਤਿਹਾਸ ਹਿਸਟਰੀ ਹੈ ਮੀਡੀਵਲ ਹਿਸਟਰੀ ਹੈ ਐਂਸ਼ੀਅੰਟ ਹਿਸਟਰੀ ਹੈ ਯਾਨੀ ਕਿ ਸਾਡੀ ਆਧੁਨਿਕ ਭਾਰਤ ਕਹ ਲੋ ਚਾਹੇ ਮਾਡਰਨ ਹਿਸਟਰੀ ਕਹ ਲੋ ਪੰਜਾਬੀ ਤੇ ਇੰਗਲਿਸ਼ ਦੋਨਾਂ ਭਾਸ਼ਾਵਾਂ ਦੇ ਵਿੱਚ ਬੜੀ ਡਿਟੇਲ ਦੇ ਵਿੱਚ ਪੂਰਾ ਕੋਰਸ ਕਰਾਇਆ ਜਾਊਗਾ ਤੇ ਉਹ ਵੀ ਬੜੇ ਫੀਸ ਵੀ ਇਹਦੀ ਬਹੁਤ ਅਫੋਰਡੇਬਲ ਹੋਊਗੀ ਜਿਵੇਂ ਕਿ ਕਨਸਟੇਬਲ ਬੈਚ ਦੀ ਸੀ ਕੋਈ ਬਹੁਤੀ ਜਿਆਦਾ ਫੀਸ ਆਪਾਂ ਨਹੀਂ ਰੱਖਾਂਗੇ ਦੀ ਤਾਂ ਤੁਸੀਂ ਮਤਲਬ ਇੱਕ ਜੇ ਵਧੀਆ ਲੈਵਲ ਦੀ ਤਿਆਰੀ ਕਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਹਾਂ ਹਰ ਸਬਜੈਕਟ ਨੂੰ ਪਹਿਲਾਂ ਮੈਂ ਥਿਉਰੀ ਵਾਈਜ਼ ਡਿਟੇਲ ਚ ਪੜਾਂ ਫਿਰ ਉਦੋਂ ਬਾਅਦ ਮੈਂ ਉਹਦੇ MCQ ਸੋਲਵ ਕਰਾਂ ਤਾਂ ਤੁਸੀਂ ਇਸ ਕੋਰਸ ਦਾ ਫਾਇਦਾ ਲੈ ਸਕਦੇ ਹੋ ਤੇ ਇਸ ਕੋਰਸ ਨੂੰ ਤੁਸੀਂ ਇਹਦੇ ਵਿੱਚ ਡੈਮੋ ਲੈਕਚਰਸ ਦੇ ਥਰੂ ਮਤਲਬ ਇਹਦੀ ਜਾਣਕਾਰੀ ਲੈ ਸਕਦੇ ਹੋਗੇ ਬਹੁਤ ਜਲਦੀ ਸਕੋਰਸ ਨੂੰ ਪਬਲਿਸ਼ ਕਰ ਦਿੱਤਾ ਜਾਊਗਾ। ਲਓ ਜੀ ਅੱਗੇ ਚੱਲਦੇ ਆ ਆਪਣੇ ਅੱਜ ਦੇ ਮੋਟਿਵ ਦੇ ਉੱਪਰ। ਟੈਂਸਸ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਟੈਂਸ ਬੇਸਿਕਲੀ ਤਾਂ ਦੇਖੋ ਤਿੰਨ ਤਰ੍ਹਾਂ ਦੀ ਹੁੰਦੇ ਨੇ। ਜਾਂ ਤਾਂ ਅਸੀਂ ਕਹਿੰਦੇ ਆ ਪ੍ਰੈਜ਼ੈਂਟ ਟੈਂਸ ਠੀਕ ਹੈ। ਇੱਕ ਸਾਡੇ ਕੋਲੇ ਹੁੰਦਾ ਪਾਸਟ ਇੱਕ ਹੁੰਦਾ ਸਾਡੇ ਕੋਲੇ ਫਿਊਚਰ। ਪ੍ਰੈਜ਼ੈਂਟ ਜੋ ਮੌਜੂਦਾ ਸਮੇਂ 'ਚ ਅਸੀਂ ਗੱਲ ਕਰ ਰਹੇ ਹਾਂ। ਪਾਸਟ ਮਤਲਬ ਭੂਤਕਾਲ ਬੀਤ ਚੁੱਕਿਆ ਸਮਾਂ। ਫਿਊਚਰ ਦਾ ਮਤਲਬ ਬੜੇ ਸਾਰੇ ਜਾਣਦੇ ਨੇ ਕਿ ਆਉਣ ਵਾਲਾ ਸਮਾਂ। ਠੀਕ ਹੈ ਆਪਾਂ ਇਹਨਾਂ ਆਲੂ ਫਾਲਤੂ ਵਾਲੀਆਂ ਗੱਲਾਂ 'ਚ ਬਹੁਤਾ ਨਹੀਂ ਉਲਝਾਂਗੇ ਸਿੱਧਾ ਆਪਣੇ ਮੁੱਦੇ ਤੇ ਜਾਵਾਂਗੇ ਜੋ ਸਾਡੀ ਰਿਕੁਆਇਰਮੈਂਟ ਹੈ ਉਸੇ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪੇਪਰ ਦੇ ਮੁਤਾਬਕ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਹਿਲੇ ਟਾਈਪ ਦੇ ਟੈਂਸ ਦੀ ਜਿਹਨੂੰ ਅਸੀਂ ਕਹਿੰਦੇ ਆ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਦੀ ਪਛਾਣ ਕਿਵੇਂ ਹੁੰਦੀ ਹੈ ਤੁਹਾਨੂੰ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਕਿਸੇ ਸੈਂਟੈਂਸ ਨੂੰ ਠੀਕ ਹੈ ਪੜੋਗੇ ਤੁਹਾਨੂੰ ਪਿੱਛੇ ਦਾ ਦੇ ਦੀ ਆਵਾਜ਼ ਲੱਗੀ ਮਿਲੂਗੀ ਜਿਵੇਂ ਮੈਂ ਕਹਦਾ ਕਿ ਮੈਂ ਪੜਦਾ ਹਾਂ ਤਾਂ ਪਿੱਛੇ ਦਾ ਲੱਗਿਆ ਮਿਲ ਗਿਆ ਉਹ ਗਾਉਂਦਾ ਹੈ ਉਹ ਰੋਟੀ ਖਾਂਦਾ ਹੈ ਠੀਕ ਹੈ ਤਾਂ ਇਹ ਸਾਰੇ ਜਦੋਂ ਤੁਹਾਨੂੰ ਦਾ ਦੇ ਦੀ ਆਵਾਜ਼ ਵਿੱਚ ਆ ਗਈ ਤਾਂ ਸਮਝ ਲਓ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਹੈ ਤੇ ਇਹਦੇ ਰੂਲ ਮੁਤਾਬਕ ਹੀ ਤੁਸੀਂ ਇਸ ਪੰਜਾਬੀ ਦੀ ਅੰਗਰੇਜ਼ੀ ਬਣਾਉਣੀ ਹੈ ਕਿਵੇਂ ਇਹਦੇ ਲਈ ਰੂਲ ਕੀ ਲੱਗਣਗੇ ਹਮੇਸ਼ਾ ਵਰਬ ਦੀ ਪਹਿਲੀ ਫਾਰਮ ਲੱਗੂਗੀ ਹੁਣ ਵਰਬ ਦੀ ਪਹਿਲੀ ਫਾਰਮ ਕੀ ਹੁੰਦੀ ਹੈ ਜਿਵੇਂ ਜਾਣਾ ਜਾਣਾ ਨੂੰ ਅਸੀਂ ਕੀ ਕਹਿੰਦੇ ਆ ਗੋ ਅੰਗਰੇਜ਼ੀ ਚ ਇਹ ਵਰਬ ਦੀ ਪਹਿਲੀ ਫਾਰਮ ਹੈ ਵਰਬ ਦੀ ਦੂਜੀ ਫਾਰਮ ਦੇ ਲਈ ਗੋ ਨੂੰ ਸਾਨੂੰ ਲਿਖਣਾ ਪਊਗਾ ਵੈਂਟ ਵਰਬ ਦੀ ਤੀਜੀ ਫਾਰਮ ਲਈ ਅਸੀਂ ਕੀ ਲਿਖਦੇ ਆ ਗੌਨ ਮੈਨੂੰ ਲੱਗਦਾ ਜੇ ਬਹੁਤਿਆਂ ਨੇ ਅੰਗਰੇਜ਼ੀ ਅੱਗੇ ਆ ਕੇ ਨਹੀਂ ਪੜ੍ਹੀ ਛੱਡ ਰੱਖੀ ਉਹ ਤਾਂ ਯਾਦ ਆ ਗਿਆ ਹੋਊ ਜੋ ਵੀ 8ਵੀਂ 9ਵੀਂ 10ਵੀਂ ਇਹਨਾਂ ਸਾਰੀਆਂ ਕਲਾਸਾਂ ਚ ਆਹੀ ਕੁਛ ਤਾਂ ਅਸੀਂ ਪੜ੍ਹਦੇ ਆਂ ਪਹਿਲੀ ਵਰਬ ਦੀ ਫਾਰਮ ਦੂਜੀ ਵਰਬ ਦੀ ਫਾਰਮ ਤੀਜੀ ਵਰਬ ਦੀ ਫਾਰਮ ਇਹ ਉਹੀ ਚੀਜ਼ ਹੈ ਇਹਦਾ ਮਤਲਬ ਇੱਥੇ ਅਸੀਂ ਹਮੇਸ਼ਾ ਵਰਬ ਦੀ ਪਹਿਲੀ ਫਾਰਮ ਵਰਤਣੀ ਹੈ ਨਾ ਦੂਜੀ ਨਾ ਤੀਜੀ ਹੋ ਗਈ ਗੱਲ ਕਲੀਅਰ ਹੁਣ ਜੇ ਤਾਂ ਤੁਹਾਡੇ ਕੋਲੇ ਚੀਜ਼ ਹੈਗੀ ਹੈ ਜੀ ਸਿੰਗੂਲਰ ਸਿੰਗੂਲਰ ਦਾ ਮਤਲਬ ਹੁੰਦਾ ਸਾਡੇ ਕੋਲੇ ਇੱਕ ਵਚਨ ਜਿਵੇਂ ਜੇ ਮੈਂ ਗੱਲ ਕਰ ਰਿਹਾ ਕੁਰਸੀ ਦੀ ਤਾਂ ਕੁਰਸੀ ਤਾਂ ਇੱਕ ਵਚਨ ਹੈ ਜੇ ਮੈਂ ਕਹਿੰਦਾ ਜੀ ਕੁਰਸੀਆਂ ਇਹ ਬਹੁਵਚਨ ਹੋ ਗਈ ਇਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਪਲੂਰਲ ਜੇ ਤਾਂ ਤੁਹਾਡੇ ਕੋਲੇ ਸਿੰਗੂਲਰ ਆਈਟਮ ਆ ਫੇਰ ਤਾਂ ਤੁਸੀਂ ਵਰਬ ਦੀ ਪਹਿਲੀ ਫਾਰਮ ਜਿਵੇਂ ਉਹ ਗੋਈ ਹੈ ਤੁਸੀਂ ਗੋ ਨਹੀਂ ਵਰਤੋਗੇ ਗੋ ਦੇ ਪਿੱਛੇ ਐਸ ਜਾਂ ਈ ਐਸ ਪੈਂਦਾ ਇਹ ਕਿਸੇ ਦੇ ਪਿੱਛੇ ਐਸ ਪੈਂਦਾ ਕਿਸੇ ਦੇ ਪਿੱਛੇ ਈ ਐਸ ਪੈਂਦਾ ਹੈ ਇਹ ਇਸ ਗੱਲ ਤੇ ਨਿਰਭਰ ਕਰਦਾ ਕਿ ਤੁਹਾਡੀ ਵਰਬ ਕਿਹੋ ਜੀ ਹੈ ਜਿਵੇਂ ਹੁਣ ਇੱਕ ਵਰਬ ਹੈ ਗੋ ਗੋ ਦਾ ਤਾਂ ਹਮੇਸ਼ਾ ਈ ਐਸ ਪੈਂਦਾ ਗੋਜ਼ ਬਣਦਾ ਹੈ ਇੱਕ ਵਰਬ ਇਟ ਇਹਦਾ ਬਣਦਾ ਹਮੇਸ਼ਾ ਇਟਸ ਇਸ ਨਹੀਂ ਉਹਦੇ ਪਿੱਛੇ ਪੈਂਦਾ ਇਹ ਪ੍ਰੈਕਟਿਸ ਨਾਲ ਆਉਂਦਾ ਹੈ ਕਿ ਕਿਦੇ ਪਿੱਛੇ ਐਸ ਪਾਉਗੂ ਕਿਦੇ ਪਿੱਛੇ ਈਸ ਪਾਉਗੂ ਠੀਕ ਹੈ ਹੁਣ ਇਹਦਾ ਮਤਲਬ ਜਦੋਂ ਤੁਹਾਡੇ ਕੋਲੇ ਇੱਕ ਬਚਨ ਸਿੰਗੂਲਰ ਹੋਊਗੀ ਤਾਂ ਵਰਬ ਦੀ ਪਹਿਲੀ ਫਾਰਮ ਦੇ ਨਾਲ ਪਿੱਛੇ ਐਸ ਜਾਂ ਈਸ ਲਾਉਣਾ ਤੁਸੀਂ ਨੇ ਜਦੋਂ ਤੁਹਾਡੇ ਕੋਲੇ ਪਲੂਰਲ ਹੋਊਗੀ ਉਦੋਂ ਤੁਸੀਂ ਸਿੰਪਲ ਗੋ ਹੀ ਲਿਖਣਾ ਜਾਂ ਇਟ ਹੀ ਲਿਖਣਾ ਪਿੱਛੇ ਐਸ ਸੀ ਐਸ ਨਹੀਂ ਲੱਗੂਗਾ ਇਹ ਤਾਂ ਹੋ ਗਿਆ ਰੂਲ ਇਤੋਂ ਲਾਵਾ ਜੇ ਕਹਾਣੀ ਹੁਣ ਇੱਥੇ ਆ ਗਈ ਵੀ ਜੇ ਇੰਟਰੋਗੇਟਿਵ ਹੋਵੇ ਮਤਲਬ ਕੁਐਸਚਨ ਮਾਰਕ ਵਾਲੀ ਚੀਜ਼ ਹੋਵੇ ਕੀ ਤੂੰ ਪੜ੍ਹ ਰਹੇ ਹੈਂ ਕੀ ਤੂੰ ਰੋਟੀ ਖਾ ਰਹੇ ਹੈਂ ਜੇ ਮੈਂ ਮੂਰੇ ਕੁਐਸਚਨ ਮਤਲਬ ਐਵੇਂ ਦਾ ਸੈਂਟੈਂਸ ਬਣਾਦਾ ਵੀ ਕੀ ਤੁਸੀਂ ਪੜ੍ਹ ਰਹੇ ਹੋ ਹੁਣ ਜਦੋਂ ਮੂਰੇ ਕੀ ਲੱਗ ਗਿਆ ਪਿੱਛੇ ਤਾਂ ਫਿਰ ਕੁਐਸਚਨ ਮਾਰਕ ਲੱਗੂਗਾ ਇਹੋ ਜੇ ਕੇਸ 'ਚ ਕੀ ਕਰਨਾ ਹੈ ਇਹੋ ਜੇ ਕੇਸ ਦੇ ਵਿੱਚ ਸਾਨੂੰ ਡੂ ਜਾਫਰ ਡਸ ਦੀ ਵਰਤੋਂ ਕਰਨੀ ਪਊਗੀ ਹੁਣ ਇੱਥੇ ਵੀ ਉਹੀ ਕਹਾਣੀ ਹੈ ਜੇ ਤਾਂ ਤੁਹਾਡੇ ਕੋਲੇ ਇੱਕ ਵਚਨ ਹੈ ਯਾਨੀ ਕਿ ਸਿੰਗੂਲਰ ਹੈ ਫਿਰ ਤਾਂ ਤੁਹਾਨੂੰ ਪਤਾ ਸਾਨੂੰ ਐਸ ਡੀ ਇਸ ਪਿੱਛੇ ਲਾਉਣਾ ਪੈਂਦਾ ਤਾਂ ਇਹਨੇ ਡੂ ਦੇ ਪਿੱਛੇ ਈ ਐਸ ਲਾਤਾ ਤਾਂ ਡਸ ਵਰਤੋਂਗੇ ਜੇ ਤੁਹਾਡੇ ਕੋਲੇ ਪਲੂਰਲ ਹੈ ਯਾਨੀ ਕਿ ਬਹੁਵਚਨ ਹੈ ਫਿਰ ਡੂ ਵਰਤੋਂਗੇ ਹੁਣ ਇਸ ਚੀਜ਼ ਨੂੰ ਆਪਾਂ ਇਹ ਤਾਂ ਰੂਲ ਹੋ ਗਿਆ ਹਲੇ ਬਹੁਤਿਆਂ ਨੂੰ ਗੱਲ ਸਮਝ ਨਹੀਂ ਲੱਗੀ ਹੋਣੀ ਗੱਲ ਸਮਝ ਲੱਗੂਗੀ ਉਦਾਹਰਨਾਂ ਨਾਲ ਦੇਖੋ ਕਿਵੇਂ ਮੈਂ ਕੱਲੀ-ਕੱਲੀ ਉਦਾਹਰਨ ਨਾਲ ਇਹਨੂੰ ਜੋੜ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਮੈਂ ਕਿਹਾ ਉਹ ਜਾਂਦਾ ਹੈ ਉਹ ਜਾਂਦਾ ਹੈ ਕੀ ਲਿਖਿਆ ਆਪਾਂ ਨੇ ਉਹ ਜਾਂਦਾ ਹੈ ਹੁਣ ਤੁਸੀਂ ਕਹੋਗੇ ਜੀ ਦਾ ਦੀ ਆਵਾਜਾਗੀ ਦਾਦੇ ਦੀ ਤਾਂ ਪ੍ਰੈਜ਼ੈਂਟ ਡੈਫੀਨਿਟ ਲੱਗਣਾ ਚਾਹੀਦਾ ਉਹ ਕੀ ਹੈ ਇਕੱਲਾ ਬੰਦਾ ਜੇ ਇਕੱਲਾ ਬੰਦਾ ਤਾਂ ਇੱਕ ਵਚਨ ਹੋ ਗਿਆ ਕਿ ਬਹੁਤ ਵਚਨ ਹੋ ਗਿਆ ਬਹੁਤ ਵਚਨ ਹੋ ਗਿਆ ਤੁਸੀਂ ਕਹੋਗੇ ਜੀ ਇੱਕ ਵਚਨ ਜੇ ਇੱਕ ਵਚਨ ਹੈ ਤਾਂ ਫਿਰ ਇਹਦਾ ਮਤਲਬ ਜਾਂਦਾ ਦੀ ਅੰਗਰੇਜ਼ੀ ਹੁੰਦੀ ਹੈ ਗੋ ਉਹੋ ਦੀ ਅੰਗਰੇਜ਼ੀ ਹੁੰਦੀ ਹੈ ਮੇਰੇ ਕੋਲੇ ਹੀ ਪਰ ਮੈਂ ਇੱਕ ਚੀਜ਼ ਸਮਝੀ ਹੈ ਵੀ ਜਦੋਂ ਸਿੰਗੂਲਰ ਕੇਸ ਹੈ ਇੱਕ ਵਚਨ ਹੈ ਤਾਂ ਵਰਬ ਦੀ ਪਹਿਲੀ ਫਾਰਮ ਦੇ ਨਾਲ ਪਿੱਛੇ ਐਸ ਜਾਂ ਈਸ ਵੀ ਜ਼ਰੂਰ ਲੱਗੂਗਾ ਇਹਦਾ ਮਤਲਬ ਮੈਨੂੰ ਇਹਦੀ ਕੀ ਬਣਾਉਣਾ ਚਾਹੀਦਾ ਹੀ ਗੋਸ ਹੀ ਗੋਸ ਕਹਿਣਾ ਆਪਣੇ ਆਪ ਦੇ ਵਿੱਚ ਜ਼ਿਆਦਾ ਸਹੀ ਰਹੂਗਾ ਠੀਕ ਹੈ ਸਮਝ ਗਏ ਤਾਂ ਹੀ ਗੋਸ ਮੇਰੇ ਕੋਲੇ ਕਰੈਕਟ ਹੋਊਗਾ ਐਵੇਂ ਹੀ ਮੈਂ ਕਹਦਾ ਕਿ ਉਹ ਖਾਂਦਾ ਹੈ ਫਿਰ ਉਹੀ ਗੱਲ ਆ ਗਈ ਉਹ ਖਾਂਦਾ ਹੈ ਖਾਂਦਾ ਹੈ ਦੇ ਕੇਸ ਦੇ ਵਿੱਚ ਉਹੋ ਹੀ ਖਾਣ ਦੀ ਇੰਗਲਿਸ਼ ਈਟ ਕੱਲਾ ਤਾਂ ਪਿੱਛੇ ਈਟਸ ਲਾਤਾ ਹੁਣ ਅਗਲੀ ਗੱਲ ਬੜੀ ਖਾਸ ਗੱਲ ਹੈ ਜਿਵੇਂ ਆਈ ਹੈ ਆਈ ਦੇ ਨਾਲ ਜਦੋਂ ਤੁਸੀਂ ਯੂਜ਼ ਕਰੋਗੇ ਠੀਕ ਹੈ ਮਤਲਬ ਵਰਬ ਨੂੰ ਆਈ ਤਾਂ ਹੁੰਦਾ ਤਾਂ ਕੱਲਾ ਹੀ ਹੈ ਕਿ ਮੈਂ ਠੀਕ ਹੈ ਪਰ ਆਈ ਦੇ ਨਾਲ ਐਸ ਜਾਂ ਈਸ ਨਹੀਂ ਜਾਂਦਾ ਇਸ ਗੱਲ ਦਾ ਧਿਆਨ ਰੱਖਿਓ ਇੱਕ ਐਕਸੈਪਸ਼ਨ ਹੀ ਕਹਿ ਲਓ ਜਾਂ ਇਹ ਤੁਹਾਨੂੰ ਯਾਦ ਹੀ ਕਰਨਾ ਪਊਗਾ ਜਿਵੇਂ ਮੈਂ ਭਾਰਤ ਨੂੰ ਪਿਆਰ ਕਰਦਾ ਹਾਂ ਜਿਵੇਂ ਲਿਖ ਰਿਹਾ ਮੈਂ ਭਾਰਤ ਨੂੰ ਪਿਆਰ ਕਰਦਾ ਹਾਂ ਦਾ ਇਹਦੇ ਵਿੱਚ ਵੀ ਆਗੀ ਵਾਜ ਤਾਂ ਸਿੰਪਲੀ ਆਈ ਲਵਸ ਇੰਡੀਆ ਨਹੀਂ ਹੋਊਗਾ ਆਈ ਲਵ ਇੰਡੀਆ ਤਾਂ ਆਈ ਦੇ ਨਾਲ ਵਰਬ ਦੀ ਪਹਿਲੀ ਫਾਰਮ ਇਕੱਲੀ ਲੱਗਦੀ ਐ ਐਸ ਸੀ ਐਸ ਨਹੀਂ ਲੱਗਦਾ ਹੁਣ ਮੈਂ ਇਸ ਨਾਵਲ ਦਾ ਹਰ ਇੱਕ ਪੈਲਿਊ ਪੜਦਾ ਹਾਂ ਜਾਂ ਉਹ ਇੱਥੇ ਉਹ ਆਇਆ ਤਾਂ ਮੈਂ ਲਾ ਲਉ ਜਿੱਦਾਂ ਲਿਖਦਾ ਮੈਂ ਤਾਂ ਤਾਂ ਮੈਂ ਆਈ ਰੈਡ ਲਿਖਣਾ ਸੀਗਾ ਰੀਡ ਕਿਉਂਕਿ ਆਈ ਦੇ ਨਾਲ ਰੀਡ ਦੇ ਪਿੱਛੇ ਐਸ ਜਾਂ ਯਸ ਨਹੀਂ ਲੱਗ ਸਕਦਾ ਪਰ ਉਹ ਹੈ ਤਾਂ ਉਹ ਇੱਕ ਵਚਨ ਹੈ ਕੁੜੀ ਬਾਰੇ ਗੱਲ ਹੋ ਰਹੀ ਹੈ ਤਾਂ ਸ਼ੀ ਲਿਖਤਾ ਉਹੋ ਇੱਥੇ ਮਤਲਬ ਇਹਦੀ ਜਿਵੇਂ ਪੰਜਾਬੀ ਵੀ ਬਣਾਉਣੀ ਹੋਵੇ ਕੀ ਬਣੀ ਕਿ ਉਹੋ ਨਾਵਲ ਦੀ ਉਹ ਨਾਵਲ ਦਾ ਹਰ ਇੱਕ ਪਹਿਲੂ ਕਹੋ ਜਾਂ ਹਰ ਹਿੱਸਾ ਪੜਦੀ ਹੈ ਤੁਸੀਂ ਇਹਦੇ ਵਿੱਚ ਉਹ ਕੀ ਹੈ ਵਰਬ ਕੀ ਹੈ ਕਰ ਰਿਹਾ ਕੀ ਆ ਪੜਨਾ ਪਿੱਛੇ ਕੀ ਹੈ ਦੀ ਤਦੀ ਤੋਂ ਜਦ ਹੀ ਸਮਝ ਜੋ ਕਿ ਪ੍ਰੈਜ਼ੈਂਟ ਡੈਫੀਨਿਟ ਆ ਤਾਂ ਸ਼ੀ ਰੀਡਜ਼ ਅੱਗੇ ਤਾਂ ਚਲੋ ਐਵਰੀ ਐਸਪੈਕਟ ਆਫ ਨਾਵਲ ਆਪਸ਼ਨਾਂ ਚੋਂ ਕੱਢਣਾ ਹੈ ਨਹੀਂ ਤਾਂ ਅੰਗਰੇਜ਼ੀ ਅਸੀਂ ਬਣਾਉਣੀ ਨਹੀਂ ਹੈਗੀ ਹੁਣ ਕੀ ਤੁਸੀਂ ਉਸ ਨੂੰ ਜਾਣਦੇ ਹੋ ਮੈਂ ਕਿਹਾ ਕਿ ਕੀ ਮੂਰੇ ਕੀ ਲੱਗ ਗਿਆ ਤੁਸੀਂ ਉਸ ਨੂੰ ਜਾਣਦੇ ਹੋ ਬਈ ਫਿਰ ਦੇ ਆ ਗਿਆ ਪਰ ਉਹਰੇ ਕੀ ਹੈ ਤਾਂ ਉਹ ਪਿੱਛੇ ਕੁਐਸਚਨ ਮਾਰਕ ਚਲਾ ਗਿਆ ਹੁਣ ਆਪਾਂ ਇੱਕ ਗੱਲ ਸਮਝੀ ਹੈ ਕਿ ਉਸ ਕੇਸ ਦੇ ਵਿੱਚ ਸਾਨੂੰ ਡੂ ਜਾਂ ਡਸ ਦਾ ਇਸਤੇਮਾਲ ਕਰਨਾ ਪਊ ਕਰਨਾ ਪਊਗਾ ਬਿਲਕੁਲ ਫੇਰੀ ਗੱਲ ਬਣਨੀ ਹੈ ਜੇ ਡੂ ਯਾ ਡਸ ਦਾ ਇਸਤੇਮਾਲ ਕਰਨਾ ਪਊਗਾ ਤਾਂ ਤੁਸੀਂ ਜੇ ਤਾਂ ਹੁੰਦਾ ਸਿੰਗੂਲਰ ਹੁਣ ਜਿਹੜਾ ਤੁਸੀਂ ਸ਼ਬਦ ਦਾ ਨਾ ਤੁਸੀਂ ਸ਼ਬਦ ਵਾਸਤੇ ਅਸੀਂ ਯੂ ਵਰਤਦੇ ਹਾਂ ਅੰਗਰੇਜ਼ੀ ਦਾ ਇਹ ਇਕੱਲੇ ਲਈ ਵੀ ਹੋ ਸਕਦਾ ਬਹੁਤਿਆਂ ਲਈ ਵੀ ਹੋ ਸਕਦਾ ਇਸ ਕਰਕੇ ਅਸੀਂ ਦੋਨਾਂ ਲਈ ਹੋਣ ਵਾਲਾ ਹੋਣ ਕਰਕੇ ਯੂ ਵੀ ਇਕੱਲੇ ਨੂੰ ਵੀ ਤੁਸੀਂ ਕੀ ਕਰ ਰਹੇ ਹੋ ਜਾਂ ਅਸੀਂ ਚਾਰ ਬੰਦੇ ਨੂੰ ਵੀ ਕਹਿ ਰਹੇ ਹਾਂ ਕਿ ਤੁਸੀਂ ਕੀ ਖੇਡ ਰਹੇ ਹੋ ਤਾਂ ਤੁਸੀਂ ਦੋਨਾਂ ਲਈ ਵਰਤਿਆ ਗਿਆ ਸ਼ਬਦ ਤਾਂ ਯੂ ਦੇ ਨਾਲ ਅਸੀਂ ਹਮੇਸ਼ਾ ਡੂ ਲਾਉਂਦੇ ਹਾਂ ਡਸ ਨਹੀਂ ਲਾਉਂਦੇ ਕਿਉਂਕਿ ਆਦਰਵਾਇਜ਼ ਮੈਂ ਕੀ ਦੱਸਿਆ ਕਿ ਡਾਜ਼ਾ ਜਿਹੜਾ ਉਹ ਇੱਕ ਵਚਨ ਨਾਲ ਲੱਗੂਗਾ ਇੱਥੇ ਚਾਹੇ ਤੁਸੀਂ ਇਕੱਲਾ ਹੋਵੇ ਚਾਹੇ ਬਹੁਤੇ ਹੋਣ ਤੁਸੀਂ ਡੂ ਹੀ ਲਾਂ ਡੂ ਯੂ ਹੁਣ ਜਾਣਦੇ ਦਾ ਕੀ ਹੁੰਦਾ نو ਤਾਂ ਡੂ ਨਾਲ ਡੂ ਯੂ نو ਵਰਬ ਦੀ ਪਹਿਲੀ ਫਾਰਮ ਲੱਗੂਗੀ نو ਉਸ ਨੂੰ ਕਿਹਾ ਤਾਂ ਹਿਮ ਤਾਂ ਡੂ ਯੂ نو ਹਿਮ ਸਿੰਪਲੀ ਕੁਐਸਚਨ ਮਾਰਕ ਲੱਗ ਗਿਆ ਤਾਂ ਇਸ ਤਰੀਕੇ ਨਾਲ ਕਰਨਾ ਜਿਵੇਂ ਕੀ ਉਹ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ ਹੁਣ ਉਹ ਹੈ ਉਹ ਤਾਂ ਇਕੱਲਾ ਹੀ ਹੋਣਾ ਬੰਦਾ ਜੇ ਇਕੱਲਾ ਬੰਦਾ ਤਾਂ ਡੂ ਨਹੀਂ ਲੱਗੂਗਾ ਹੀ ਦੇ ਨਾਲ ਅੱਗੇ ਕੀ ਲੱਗ ਜੂਗਾ ਡਸ ਲੱਗ ਜੂਗਾ ਦੇਖੋ ਹੁਣ ਮੈਂ ਸਾਰਾ ਰੇਸ ਕਰਦਾ ਗਾਜਾ ਪੈ ਗਿਆ ਤਾਂ ਇਹਨੂੰ ਚੀਜ਼ ਨੂੰ ਸਮਝੋ ਕਿ ਡਸ ਕਿੱਥੇ ਜਾ ਰਿਹਾ ਹੈ ਡੂ ਕਿੱਥੇ ਜਾ ਰਿਹਾ ਹੈ ਕਿਉਂਕਿ ਇਹੀ ਇੰਨੀ ਕੀ ਚਿਕਾਨੀ ਪੇਪਰ ਨੇ ਦੇਣੀ ਹੈ ਤਾਂ ਮਤਲਬ ਜੇ ਇੱਕ ਵਚਨ ਹੈ ਹੀ ਸ਼ੀ ਇਟ ਠੀਕ ਹੈ ਇਸ ਸਾਰੇ ਵਰਬ ਦੀ ਪਹਿਲੀ ਫਾਰਮ ਨਾਲ ਪਿੱਛੇ ਐਸ ਜਾਂ ਈਐਸ ਲੱਗਿਆ ਮਿਲੂਗਾ ਡੂ ਦੇ ਨਾਲ ਵਰਬ ਦੀ ਪਹਿਲੀ ਫਾਰਮ ਕੱਲੀ ਜਾਊਗੀ 10 ਨਾਲ ਵੀ ਕੱਲੀ ਜਾਊਗੀ ਇੱਥੇ ਇਹਨਾਂ ਦੇ ਨਾਲ ਹੀ ਐਸ ਸੀ ਐਸ ਲੱਗਦਾ ਹੈ ਵਰਬ ਦੀ ਜਦੋਂ ਇੱਥੇ ਕੁਐਸਚਨ ਮਾਰਕ ਵਾਲੀ ਫਾਰਮ ਆ ਗਈ ਇਹਨਾਂ ਦਾ ਵਰਬ ਦੀ ਫਾਰਮ ਨਾਲ ਐਸ ਜਾਂ ਈਐਸ ਨਹੀਂ ਲੱਗਦਾ ਡੂ ਡਸ ਨਾਲ ਤਾਂ ਡੂ ਡਸ ਨਾਲ ਸਿਰਫ ਵਰਬ ਦੀ ਪਹਿਲੀ ਫਾਰਮ ਹੀ ਵਰਤੀ ਜਾਂਦੀ ਹੈ ਇਹ ਖਾਸ ਗੱਲ ਹੈ ਜਿਹੜੀ ਨੋਟ ਕਰਨ ਵਾਲੀ ਹੈ ਸਮਝ ਗਏ ਤਾਂ ਡਸ ਹੀ प्यार ਦਾ ਲਬ ਤਾਂ ਇੱਥੇ ਲਬਜ਼ ਨਾ ਲਿਖ ਦਿਓ ਪੇਪਰ ਵਾਲਾ ਜ਼ਰੂਰ ਲਿਖ ਕੇ ਦਊਗਾ ਤੁਹਾਨੂੰ ਲਬਜ਼ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਐਸ்சிਐਸ ਤਾਂ ਮੂਰੀ ਆ ਗਿਆ ਡਸ ਚ ਤਾਂ ਦੁਬਾਰਾ ਐਸ்சிਐਸ ਲਾਉਣ ਦੀ ਕੀ ਲੋੜ ਹੈ ਮੈਨੂੰ ਲਬ ਹਿਸਬ ਸਮਝ ਗਏ ਤਾਂ ਕੁਝ ਕੁਐਸਚਨ ਕੋਈ ਗੱਲ ਨਹੀਂ ਐਂਡ ਤੇ ਕੁਐਸਚਨ ਬਹੁਤ ਪ੍ਰੈਕਟਿਸ ਕਰਨੇ ਨੇ ਆਪਾਂ ਨੇ ਪਹਿਲਾਂ ਪਰ ਜੇ ਸਮਝੋ ਜੇ ਸਮਝ ਲੱਗੂਗੀ ਗੱਲ ਤਾਂ ਕੁਐਸਚਨ ਹੁਣ ਇਹ ਤਾਂ ਹੈ ਨਹੀਂ ਵੀ ਜਿਹੜੇ ਮੈਂ ਕੁਐਸਚਨ ਕਰਾਤੇ ਉਹੀ ਪੇਪਰ 'ਚ ਪਏ ਹੋਣਗੇ ਜਰਾ ਮੈਂ ਪੇਪਰ ਸੈੱਟ ਕਰਨਾ ਹੈ ਜੇ ਰੂਲ ਸਮਝੇ ਹੋਣਗੇ ਕੁਐਸਚਨਾਂ ਨੂੰ ਖੁਦ ਅਟੈਂਪਟ ਕਰੋਗੇ ਤਾਂ ਪੇਪਰ ਵਾਲੇ ਕੁਐਸਚ ਚਲੋ ਅੱਗੇ ਚੱਲਦੇ ਹਾਂ ਪਾਸਟ ਇੰਡੈਫਿਨਿਟ ਪ੍ਰੈਜ਼ੈਂਟ ਹੋ ਗਿਆ ਪਾਸਟ ਇੰਡੈਫਿਨਿਟ ਦੇ ਵਿੱਚ ਪਿੱਛੇ ਆਵਾਜ਼ ਆਉਂਦੀ ਆ ਏ ਈ ਆ ਏ ਈ ਜਿਵੇਂ ਉਹ ਕਰੇ ਗਿਆ ਵੀ ਇਹਦੇ ਵਿੱਚ ਕਿਰਿਆ ਕੀ ਹੈ ਗਿਆ ਗਿਆ ਹੀ ਹੈ ਨਾ ਕਿਰਿਆ ਵੀ ਗਿਆ ਤਾਂ ਗਿਆ ਤਾਂ ਪਿੱਛੇ ਕੀ ਆ ਗਿਆ ਆ ਤੇ ਕਿਰਿਆ ਦੇ ਪਿੱਛੇ ਲਈ ਆ ਚੱਕਣੀ ਹੈ ਤਾਂ ਆ ਦੀ ਆਵਾਜ਼ ਆ ਗਈ ਤਾਂ ਆ ਏ ਈ ਤਾਂ ਪਾਸਟ ਇੰਡੈਫਿਨਿਟ ਹੈ ਉਸਨੇ 버거 ਖਾਇਆ ਖਾਣਾ ਕੀ ਹੈ ਕਿਰਿਆ ਤਾਂ ਪਿੱਛੇ ਕੀ ਆ ਸੇਰਾ ਆ ਗਿਆ ਠੀਕ ਹੈ ਤਾਂ ਇਸ ਤਰੀਕੇ ਨਾਲ ਤਾਂ ਆ ਏ ਈ ਦੀ ਆਵਾਜ਼ ਆਈ ਤਾਂ ਸਮਝਿਓ ਪਾਸਟ ਇੰਡੈਫਿਨਿਟ ਸਮਝ ਗਏ ਹੁਣ ਆ ਜੋ ਇਹਦੇ ਨਾਲ ਹਮੇਸ਼ਾ ਬਰਬ ਦੀ ਦੂਜੀ ਫਾਰਮ ਲੱਗਦੀ ਹੈ ਠੀਕ ਹੈ ਤੁਹਾਡੇ ਕੋਲੇ ਚਾਹੇ ਹੀ ਹੋਵੇ ਚਾਹੇ ਸ਼ੀ ਹੋਵੇ ਚਾਹੇ ਆਈ ਹੋਵੇ ਚਾਹੇ ਵੀ ਯੂ ਦੇ ਜੋ ਮਰਜੀ ਹੋਵੇ ਇੱਕ ਵਚਨ ਹੋਵੇ ਬਹੁਤ ਵਚਨ ਹੋਵੇ ਸਿੰਗੂਲਰ ਹੋਵੇ ਪਲੂਰਲ ਹੋਵੇ ਕੋਈ ਮੈਟਰ ਨਹੀਂ ਇਹਦੇ ਨਾਲ ਬਰਬ ਦੀ ਦੂਜੀ ਫਾਰਮ ਲੱਗੂਗੀ ਨਾਰਮਲ ਕੇਸ ਜਦੋਂ ਆ ਗਿਆ ਕੁਐਸਚਨ ਮਾਰਕ ਵਾਲਾ ਕੇਸ ਜਿਹਨੂੰ ਅਸੀਂ ਇੰਟਰੋਗੇਟਿਵ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਉੱਥੇ ਅਸੀਂ ਕੀ ਵਰਤਦੇ ਸੀ ਡੂ ਤੇ ਡਸ ਇੱਥੇ ਡੂ ਡਸ ਨਹੀਂ ਇੱਥੇ ਇਸਤੇਮਾਲ ਹੁੰਦਾ ਡਿਡ ਦਾ ਡਿਡ ਡਿਡ ਮੂਰੇ ਲੱਗਦਾ ਹੈ ਪਰ ਬੜੀ ਖਾਸ ਨੋਟ ਕਰਨ ਵਾਲੀ ਗੱਲ ਹੈ ਡਿਡ ਦੇ ਨਾਲ ਵਰਬ ਦੀ ਹਮੇਸ਼ਾ ਪਹਿਲੀ ਫਾਰਮ ਲੱਗਦੀ ਹੈ ਡਿਡ ਦੇ ਨਾਲ ਵਰਬ ਦੀ ਹਮੇਸ਼ਾ ਪਹਿਲੀ ਫਾਰਮ ਲੱਗਦੀ ਹੈ ਇਹ ਬਹੁਤ ਜ਼ਰੂਰੀ ਚੀਜ਼ ਹੈ ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਡਿਡ ਦੇ ਨਾਲ ਹਮੇਸ਼ਾ ਵਰਬ ਦੀ ਪਹਿਲੀ ਫਾਰਮ ਲੱਗੂਗੀ ਪੇਪਰ ਆਲਾ ਤੁਹਾਨੂੰ ਦੂਜੀ ਫਾਰਮ ਲਾ ਕੇ ਦੇਊਗਾ ਤੇ ਡਿਡ ਦੇ ਨਾਲ ਦੂਜੀ ਫਾਰਮ ਹਮੇਸ਼ਾ ਗਲਤ ਹੋਊ ਕਦੇ ਨਹੀਂ ਲੱਗਦੀ ਤਾਂ ਆ ਚੀਜ਼ ਦਾ ਧਿਆਨ ਰੱਖਿਓ ਬੇਸਿਕਲੀ ਸੈਂਟੈਂਸ ਦੀ ਬਣਤਰ ਕਿਵੇਂ ਹੁੰਦੀ ਹੈ ਜਿਵੇਂ ਦੇਖੋ ਸੈਂਟੈਂਸ ਦੇ ਵਿੱਚ ਨਾ ਕੀ ਕੀ ਚੀਜ਼ਾਂ ਹੁੰਦੀਆਂ ਨੇ ਇੱਕ ਸਬਜੈਕਟ ਹੁੰਦਾ ਹੈ ਇੱਕ ਮੇਰੇ ਕੋਲੇ ਹੈਲਪਿੰਗ ਵਰਬ ਹੁੰਦਾ ਹੈ ਇੱਕ ਮੇਨ ਵਰਬ ਹੁੰਦਾ ਹੈ ਇੱਕ ਮੇਰੇ ਕੋਲੇ ਆਬਜੈਕਟਿਵ ਕੇਸ ਹੁੰਦਾ ਹੁਣ ਇਹਦਾ ਇਹ ਇਹ ਗੱਲ ਕਹਿਣ ਦਾ ਕੀ ਮਤਲਬ ਹੈ ਹੁਣ ਮੈਂ ਤੁਹਾਨੂੰ ਸਮਝਾਉਣਾ ਜਿਵੇਂ ਮੈਂ ਪਹਿਲਾ ਸੈਂਟੈਂਸ ਹੀ ਲਿਖਿਆ ਹੀ ਵੈਂਟ ਟੂ ਸਕੂਲ ਹੁਣ ਜੇ ਤੁਹਾਨੂੰ ਇਸ ਸੈਂਟੈਂਸ ਵਿੱਚ ਮੈਂ ਕਹਾਂ ਦੱਸੋ ਇੱਥੇ ਸਬਜੈਕਟ ਕੀ ਹੈ ਸਬਜੈਕਟ ਹੁੰਦਾ ਕਰਤਾ ਪੰਜਾਬੀ ਵਿੱਚ ਸਮਝੋ ਕਰਤਾ ਆਬਜੈਕਟ ਹੁੰਦਾ ਕਰਮ ਮੇਨ ਵਰਬ ਹੁੰਦੀ ਹੈ ਸਾਡੀ ਕਿਰਿਆ ਹੈਲਪਿੰਗ ਵਰਬ ਸਾਡੀ ਹੁੰਦੀ ਹੈ ਸਹਾਇਕ ਕਿਰਿਆ ਹੁਣ ਪੰਜਾਬੀ ਵਾਲੀ ਰਿਵੀਜ਼ਨ ਕਰ ਲਓ ਤੁਹਾਨੂੰ ਪਤਾ ਲੱਗ ਜੂ ਕੀ ਚੀਜ਼ ਹੈ ਹੁਣ ਜੇ ਮੈਂ ਤੁਹਾਨੂੰ ਇੱਥੇ ਪੁੱਛਾਂ ਕਿ ਇਹ ਸੈਂਟੈਂਸ ਕਰਤਾ ਕੀ ਹੈ ਕੌਣ ਹੈ ਤਬ ਫਿਰ ਤੁਸੀਂ ਝੱਟ ਆਨਸਰ ਦੇ ਦੋਗੇ ਕਿ ਸਕੂਲ ਕੌਣ ਗਿਆ ਉਹ ਗਿਆ ਤੁਸੀਂ ਕਹੋਗੇ ਜੀ ਹੀ ਇੱਥੇ ਕਰਤਾ ਹੈ ਪਰ ਜਦੋਂ ਮੈਂ ਪੁੱਛ ਲਿਆ ਸਬਜੈਕਟ ਤੁਹਾਡੇ ਜੋ ਅਧਿਆਇਾਂ ਦੇ ਨਾਲ ਦੀ ਨਾਲ ਸਰ ਜੀ ਇਧਰ ਉਧਰ ਘੁੰਮਣ ਲੱਗ ਜਾਣਗੇ ਤਾਂ ਹੁੰਦਾ ਕੁਝ ਨਹੀਂ ਯਾਰ ਸਬਜੈਕਟ ਨੂੰ ਕਰਤਾ ਕਹਿੰਦੇ ਆ ਬਸ ਇੰਨੀ ਕੁ ਗੱਲਾਂ ਆਪਾਂ ਸਮਝ ਪੰਜਾਬੀ ਨਾਲ ਕੰਪੇਅਰ ਕਰਕੇ ਬੜੀ ਚੱਲੋ ਅੰਗਰੇਜ਼ੀ ਸਮਝ ਆਉਣੀ ਸ਼ੁਰੂ ਹੋ ਜੂਗੀ ਆਪਾਂ ਨੂੰ ਠੀਕ ਹੈ ਜੇ ਮੈਂ ਕਮਾ ਕਰਮ ਕੀ ਹੈ ਇਹਦੇ ਚ ਤੁਸੀਂ ਕਹੋਗੇ ਜੀ ਸਕੂਲ ਜਿੱਥੇ ਗਿਆ ਜਿੱਦੇ ਤੇ ਹੋਇਆ ਕਰਮ ਉਹ ਸਕੂਲ ਹੀ ਗਿਆ ਤਾਂ ਇਹ ਮੇਰਾ ਹੋ ਗਿਆ ਆਬਜੈਕਟ ਜਿਵੇਂ ਕਿ ਮੈਂ ਹੈਲਪਿੰਗ ਵਰਬ ਕੀ ਹੈ ਹੈਲਪਿੰਗ ਵਰਬ ਹੁੰਦਾ ਇਜ਼ ਆਮ ਆਰ ਠੀਕ ਹੈ ਹੈਜ਼ ਹੈਵ ਉਹਦੇ ਵਿੱਚ ਵਰਤਿਆ ਨਹੀਂ ਗਿਆ ਸੈਂਟੈਂਸ ਦੇ ਉੱਤੇ ਨਿਰਪਰ ਕਰਦਾ ਕਈ ਸੈਂਟੈਂਸਾਂ 'ਚ ਹੈਲਪਿੰਗ ਵਰਬ ਹੁੰਦਾ ਹੈ ਕਈਆਂ 'ਚ ਨਹੀਂ ਹੁੰਦਾ ਤਾਂ ਕੋਈ ਵੱਡੀ ਗੱਲ ਨਹੀਂ ਤਾਂ ਇਹਦੇ ਵਿੱਚ ਮੇਨ ਵਰਬ ਕੀ ਹੈ ਮੇਨ ਵਰਬ ਜਿਹੜੀ ਮੇਨ ਮੁੱਖ ਕਿਰਿਆ ਹੈ ਠੀਕ ਹੈ ਮੇਨ ਵਰਬ ਦਾ ਹੋ ਗਿਆ ਮੁੱਖ ਕਿਰਿਆ ਤਾਂ ਮੁੱਖ ਕਿਰਿਆ ਮੇਰੇ ਕੋਲੇ ਹੈਗੀ ਹੈ ਜੋ ਕਰਮ ਹੋਇਆ ਕੰਮ ਕੀਤਾ ਗਿਆ ਵੈਂਟ ਗਿਆ ਤਾਂ ਵੈਂਟ ਮੇਰੇ ਕੋਲੇ ਮੇਨ ਵਰਬ ਹੋ ਗਈ ਕਈ ਵਾਰ ਪੇਪਰ ਚ ਐਂ ਪਛਾਣ ਕਰਨ ਨੂੰ ਦੇ ਦਾਂਦੇ ਨੇ ਠੀਕ ਹੈ ਖਾਸ ਕਰ ਐਸਐਸ ਬੋਰਡ ਜੋ ਅੱਜ ਕੱਲ ਕੰਮ ਕਰ ਰਿਹਾ ਹੈ ਉਹਨੇ ਐਂ ਸੈਂਟੈਂਸ ਪੂਰਾ ਲਿਖ ਦੇਣਾ ਕਹਿ ਦੇਣਾ ਕਿ ਇਹਦੇ ਵਿੱਚੋਂ ਮੈਨੂੰ ਜੀ ਆਬਜੈਕਟ ਪਛਾਣ ਕੇ ਦੋ ਜਾਂ ਆਬਜੈਕਟਿਵ ਕੇਸ ਕੱਢ ਕੇ ਦੋ ਜਾਂ ਸਬਜੈਕਟਿਵ ਕੇਸ ਕੱਢ ਕੇ ਦੋ ਤਾਂ ਸਾਨੂੰ ਇਹ ਵੀ ਪਛਾਣ ਹੋਣੀ ਲਾਜ਼ਮੀ ਹੈ ਮੈਂ ਮੇਰੇ ਲਿਖਣ ਦਾ ਮੋਟਿਵ ਕੁਝ ਹੋਰ ਸੀ ਇੱਥੇ ਮੈਂ ਇਹ ਚੀਜ਼ ਤਾਂ ਨਹੀਂ ਦੱਸਣਾ ਚਾਹੁੰਦਾ ਸੀ ਇਹ ਤਾਂ ਚਲੋ ਵਿੱਚ ਆ ਗਈ ਤਾਂ ਤੁਹਾਨੂੰ ਪਤਾ ਲੱਗ ਗਈ ਤਾਂ ਬਹੁਤ ਵਧੀਆ ਗੱਲ ਹੈ ਮੈਂ ਦੱਸਣਾ ਚਾਹੁੰਦਾ ਸੀ ਕਿ ਜਦੋਂ ਇਹਦਾ ਇੰਟੈਰੋਗੇਟਿਵ ਕੁਐਸਚਨ ਮਾਰਕ ਵਾਲਾ ਕੇਸ ਬਣਾਉਣਾ ਹੈ ਤਾਂ ਕਿਵੇਂ ਬਣੂਗਾ ਮੂਰੇ ਹੈਲਪਿੰਗ ਵਰਬ ਆ ਜਾਊਗਾ ਫਿਰ ਉਸ ਤੋਂ ਬਾਅਦ ਜਾਊਗਾ ਤੁਹਾਡਾ ਸਬਜੈਕਟ ਫਿਰ ਤੁਹਾਡਾ ਜਾਊਗਾ ਮੇਨ ਵਰਬ ਫਿਰ ਜਾਊਗਾ ਆਬਜੈਕਟ ਇਹ ਐਵੇਂ ਬਦਲੂਗਾ ਇਹਦਾ ਕੀ ਮਤਲਬ ਹੈ ਹੁਣ ਜਿਵੇਂ ਠੀਕ ਹੈ ਜਿਵੇਂ ਹੀ ਵੈਂਟ ਟੂ ਸਕੂਲ ਮੈਂ ਆ ਗੱਲ ਲਿਖੀ ਉਹ ਸਕੂਲ ਗਿਆ ਠੀਕ ਹੈ ਉਹ ਸਕੂਲ ਗਿਆ ਕਿਉਂਕਿ ਆ ਇਹ ਦੀ ਆਵਾਜ਼ ਆਉਗੀ ਮੈਂ ਕਹਿੰਦਾ ਇਹਨੂੰ ਆਪਾਂ ਕੁਐਸਚਨ ਮਾਰਕ ਫਾਰਮ ਚ ਬਣਾਉਣੇ ਆ ਕੁਐਸਚਨ ਮਾਰਕ ਫਾਰਮ ਚ ਕਿਵੇਂ ਬਣਾਵਾਂਗੇ ਇਹਦੇ ਚ ਹੈਲਪਿੰਗ ਵਰਬ ਕੀ ਹੋਣਾ ਚਾਹੀਦਾ ਹੁਣ ਜਦੋਂ ਤੁਸੀਂ ਕਹਿੰਦੇ ਹੋ ਕਿ ਹੈਲਪਿੰਗ ਵਰਬ ਤਾਂ ਤੁਸੀਂ ਕਿਹਾ ਸੀ ਜੀ ਇਜ਼ ਐਮ ਆਰ ਕੁਝ ਹੋਣਾ ਚਾਹੀਦਾ ਤਾਂ ਹੈ ਨਹੀਂ ਜੇ ਨਹੀਂ ਹੈਗਾ ਤਾਂ ਤੁਹਾਨੂੰ ਇਹ ਖਿਆਲ ਰਵੇ ਕਿ ਇਹ ਵਰਬ ਦੀ ਦੂਜੀ ਫਾਰਮ ਹੈ ਜੇ ਵਰਬ ਦੀ ਦੂਜੀ ਫਾਰਮ ਹੈ ਤਾਂ ਇਹਦਾ ਮਤਲਬ ਇਹ ਪਾਸਟ ਇੰਡੈਫਿਨਿਟ ਹੈ ਜੇ ਇਹ ਪਾਸਟ ਇੰਡੈਫਿਨਿਟ ਕੇਸ ਹੈ ਤਾਂ ਇੱਥੇ ਜਿਹੜਾ ਵਰਬ ਹੈ ਹੈਲਪਿੰਗ ਵਰਬ ਉਹ ਡਿਡ ਹੈ ਜੇ ਇੱਥੇ ਗੋਜ਼ ਹੁੰਦਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਉੱਥੇ ਹੈਲਪਿੰਗ ਵਰਬ ਡੂ ਹੋਊਗਾ ਜਾਂ ਫਿਰ ਡਸ ਹੋਊਗਾ ਤਾਂ ਜੇ ਇੱਥੇ ਡਿਡ ਹੈ ਇਹਦਾ ਮਤਲਬ ਮੂਰੇ ਲਾਓ ਡਿਡ ਮੂਰੇ ਕੀ ਲੱਗਣਾ ਚਾਹੀਦਾ ਫਿਰ ਡਿਡ ਠੀਕ ਹੈ ਹੁਣ ਇਹਦੇ ਵਿੱਚ ਅੱਗੇ ਆਉਣਾ ਚਾਹੀਦਾ ਸਬਜੈਕਟ ਸਬਜੈਕਟ ਕੀ ਹੈ ਹੀ ਤਾਂ ਛੋਟਾ ਕਰ ਦੋ ਡਿਡ ਹੀ ਫੇਰ ਆਉਂਦਾ ਜੀ ਮੇਨ ਆਬਜੈਕਟ ਮੇਨ ਆਬਜੈਕਟ ਕੀ ਹੈ ਬੈਂਟ ਪਰ ਮੈਨੂੰ ਪਤਾ ਕਿ ਜਦੋਂ ਮੈਂ ਡਿਡ ਲਾਤਾ ਤਾਂ ਬਰਬ ਦੀ ਬੈਂਟ ਤਾਂ ਦੂਜੀ ਫਾਰਮ ਹੈ ਕਿਉਂਕਿ ਪਹਿਲੀ ਗੋ ਹੁੰਦੀ ਹੈ ਦੂਜੀ ਬੈਂਟ ਹੁੰਦੀ ਹੈ ਤੀਜੀ ਗੌਨ ਹੁੰਦੀ ਹੈ ਤਾਂ ਫਿਰ ਬੈਂਟ ਤਾਂ ਲੱਗ ਨਹੀਂ ਸਕਦਾ ਬਰਬ ਦੀ ਪਹਿਲੀ ਫਾਰਮ ਲੱਗੂ ਤਾਂ ਇੱਥੇ ਗੋ ਲੱਗਣਾ ਚਾਹੀਦਾ ਡਿਡ ਹੀ ਗੋ ਪਰ ਆਬਜੈਕਟ ਨੂੰ ਐ ਹੀ ਰਹਿਣ ਦਿਓ ਟੂ ਸਕੂਲ ਬਸ ਪਿੱਛੇ ਧਿਆਨ ਰੱਖਿਓ ਕਿ ਕੁਐਸਚਨ ਮਾਰਕ ਲੱਗ ਜੂ ਕੀ ਉਹ ਸਕੂਲ ਗਿਆ ਇਹ ਕੀ ਸੀ ਇਹ ਉਹ ਸਕੂਲ ਗਿਆ ਤਾਂ ਇਸ ਤਰੀਕੇ ਨਾਲ ਆਪਣੀ ਬਣਤਰ ਰਹੂਗੀ ਜਦੋਂ ਅਸੀਂ ਇਨਟੈਰੋਗੇਟਿਵ ਕੁਐਸਚਨ ਮਾਰਕ ਵਾਲੀ ਫਾਰਮ ਬਣਾਉਨੇ ਆ ਚਾਹੇ ਡੂ ਡਸ ਨਾਲ ਬਣਾਉਨੇ ਹੋ ਚਾਹੇ ਡਿਡ ਨਾਲ ਬਣਾਉਨੇ ਹੋ ਚਾਹੇ ਅੱਗੇ ਹੈਜ਼ ਹੈਵ ਜੋ ਮਰਜੀ ਆਊਗਾ ਹਾਂ ਬਣਤਰ ਧਿਆਨ ਚ ਰੱਖਿਓ ਕਈ ਵਾਰ ਉਹ ਹੀ ਪਿਛੇ ਲਾ ਦੰਦ ਨੇ ਗੋ ਨੂੰ ਅੱਗੇ ਲਿਆਉਂਦੇ ਨੇ ਅੱਗੇ ਤੁਸੀਂ ਕੁਐਸਚਨ ਪ੍ਰੈਕਟਿਸ ਕਰੋਗੇ ਤੁਹਾਨੂੰ ਪਤਾ ਲੱਗੂ ਵੀ ਕਿਵੇਂ ਐਸੇ ਸਟਰਕਚਰ ਨੂੰ ਬਦਲਦੇ ਨੇ ਉਹ ਵੀ ਇਹਨੂੰ ਅੱਗੇ ਪਿੱਛੇ ਕਰ ਦਾਨਗੇ ਕਿਤੇ ਨਾ ਕਿਤੇ ਮੇਨ ਵਰਬ ਅੱਗੇ ਲਿਆਉਣਗੇ ਜਾਂ ਇੱਥੇ ਸਬਜੈਕਟ ਦੀ ਥਾਂ ਤੇ ਆਬਜੈਕਟ ਲਿਖ ਦਣਗੇ ਆਬਜੈਕਟ ਦੀ ਥਾਂ ਤੇ ਸਬਜੈਕਟ ਲਿਖ ਦਣਗੇ ਕੁਝ ਵੀ ਕਰ ਸਕਦੇ ਆ ਠੀਕ ਹੈ ਤਾਂ ਆ ਵਿੱਚ ਕੁਝ ਉਦਾਹਰਨਾਂ ਨੇ ਜਿਹੜੀਆਂ ਆਪਾਂ ਪੜ ਸਕਦੇ ਆ ਜਿਵੇਂ ਉਦਾਹਰਨਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਆ ਹੁਣ ਉਹ ਸਕੂਲ ਗਿਆ ਹੀ ਵੈਂਟ ਟੂ ਸਕੂਲ ਉਸਨੇ ਭੋਜਨ ਖਾਇਆ ਤਾਂ ਹੀ ਖਾਇਆ ਮਤਲਬ ਵਰਬ ਦੀ ਦੂਜੀ ਫਾਰਮ ਈਟ ਏਟ ਪਹਿਲੀ ਵਰਬ ਦੀ ਫਾਰਮ ਈਟ ਹੁੰਦੀ ਹੈ ਦੂਜੀ ਏਟ ਹੁੰਦੀ ਹੈ ਤੀਜੀ ਹੁੰਦੀ ਹੈ ਈਟਨ ਇਹ ਤੀਜੀ ਵਰਬ ਦੀ ਫਾਰਮ ਹੁੰਦੀ ਹੈ ਇਹ ਤਾਂ ਹਲੇ ਇੱਥੇ ਵਰਤੀ ਨਹੀਂ ਗਈ ਤੇ ਦੂਜੀ ਵਰਬ ਦੀ ਫਾਰਮ ਆਉਗੀ ਕਿਉਂਕਿ ਮੈਨੂੰ ਪਤਾ ਕਿ ਖਾਇਆ ਤਾਂ ਆਦੀ ਵਾ ਜਾਗੀ ਤਹੀ ਏਟ ਫੂਡ ਹੁਣ ਉਹੀ ਦੇਖੋ ਹੁਣ ਤੁਸੀਂ ਕਹੋਗੇ ਉਰੇ ਫਰਕ ਕਿਵੇਂ ਪਿਆ ਹੁਣ ਇੱਥੇ ਵੀ ਰੈਡ ਲਿਖਿਆ ਕਈ ਥਾਂ ਤੇ ਉੱਥੇ ਵੀ ਸਾਨੂੰ ਰੈਡ ਲਿਖਣਾ ਪੈ ਜਾਂਦਾ ਤਾਂ ਫਰਕ ਕਿਵੇਂ ਪੈਂਦਾ ਹੈ ਹੁਣ ਜੇ ਇਸ ਨੂੰ ਮੈਂ ਪ੍ਰੈਜ਼ੈਂਟ ਇਨਡੈਫਿਨਿਟ ਚ ਲਿਖਦਾ ਤਾਂ ਸ਼ੀ ਦੇ ਨਾਲ ਹਮੇਸ਼ਾ ਕੀ ਆਉਣਾ ਸੀ ਰੀਡਸ ਆਉਣਾ ਸੀ ਕਿਉਂਕਿ ਸਿੰਗੂਲਰ ਦੇ ਨਾਲ ਐਸ ਜਾਂ ਈ ਐਸ ਜਾਂਦਾ ਤਾਂ ਇਹ ਪੜਿਆ ਜਾਣਾ ਸੀ ਕਿ ਉਹਨੇ ਨਾਵਲ ਦਾ ਹਰ ਹਿੱਸ ਉਹ ਨਾਵਲ ਦਾ ਹਰ ਹਿੱਸਾ ਪੜ੍ਹਦੀ ਹੈ ਪਰ ਜਦੋਂ ਮੈਂ ਇੱਥੇ ਇਕੱਲਾ ਰੈੱਡ ਲਿਖਦਾ ਨਾ ਇਹਦਾ ਮਤਲਬ ਹੈਗਾ ਉਸਨੇ ਨਾਵਲ ਦਾ ਹਰ ਹਿੱਸਾ ਪੜ੍ਹਿਆ ਦੇਖੋ ਇੰਨੀ ਕੀ ਚੀਜ਼ ਨਾਲ ਬਦਲ ਗਈ ਮਤਲਬ ਜੇ ਮੈਂ ਇੱਥੇ ਨੂੰ ਐ ਲਿਖ ਦੰਦਾ ਸ਼ੀ ਰੀਡਸ every aspect of the novel ਦੇਖੋ ਹੁਣ ਤੁਸੀਂ ਹੁਣ ਆਪ ਮੈਂ ਸੈਂਟੈਂਸ ਤੁਹਾਨੂੰ ਬਣਾਉਣ ਲਈ ਕਿਹਾ ਕਿ ਉਸਨੇ ਨਾਵਲ ਦਾ ਉਹ ਆਪਾਂ ਬਣਾਉਣੀ ਇਹਦੀ ਅੰਗਰੇਜ਼ੀ ਬਣਾਉਣੀ ਆ ਉਹ ਨਾਵਲ ਦਾ ਹਰ ਹਿੱਸਾ ਜਾਂ ਹਰ ਪਹਿਲੂ ਪੜਦੀ ਹੈ ਹੁਣ دی ਆ ਗਈ ਤਾਂ ਦਾਦੇ ਦੀ ਉਹ ਆ ਜਾਗੀ ਦਾਦੇ ਦੀ ਵਾਜ ਕੀਤੇ ਚ ਸੀ ਜਿਹੜਾ ਪਿੱਛੇ ਜਾਓ ਆ ਰਹੀ ਦਾਦੇ ਦੀ ਵਾਜ ਪ੍ਰੈਜ਼ੈਂਟ ਡੈਫੀਨਟ ਇਹਦੇ ਚ ਅਸੀਂ ਐਸ ਡੀ ਐਸ ਲਾਉਣਿਆ ਸਿੰਗੂਲਰ ਨਾਲ ਤਾਂ ਵਰਬ ਦੀ ਪਹਿਲੀ ਫਾਰਮ ਨਾਲ ਤਾਂ ਇੱਥੇ ਮੇਰੇ ਕੋਲੇ ਸਹੀ ਹੋ ਜਾਣਾ ਸੀ ਆਹ ਸ਼ੀ ਰੀਡਸ ਏਵਰੀ ਐਸਪੈਕਟ ਆਫ ਲਾਈਫ ਹੁਣ ਜੇ ਮੈਂ ਇੱਥੇ ਇਹੀ ਚੀਜ਼ ਨੂੰ ਮੈਂ ਬਦਲਦਾ ਉਸਨੇ ਆਪਾਂ ਇੱਥੇ ਬਸ ਇੰਨੀ ਗੱਲ ਹੀ ਲਿਖਣੀ ਹੈ ਕਿ ਉਸਨੇ ਨਾਵਲ ਦਾ ਹਰ ਹਿੱਸਾ ਪੜਿਆ ਹੁਣ ਆ ਏ ਦੀ ਆਵਾਜ਼ ਆ ਗਈ ਤਾਂ ਕਰੈਕਟ ਹੋ ਗਿਆ ਆਹ ਸ਼ੀ ਰੈਡ ਐਵਰੀ ਐਸਪੈਕਟ ਆਫ ਲਾਈਫ ਇੱਥੇ ਰੈਡ ਜਿਹੜਾ ਨਾ ਕਿਉਂ ਕਾਰਨ ਕੀ ਹੈ ਇਹਦਾ ਕਿਉਂਕਿ ਜਿਹੜੀ ਰੀਡ ਆ ਨਾ ਉਹਦੀ ਪਹਿਲੀ ਫਾਰਮ ਵੀ ਰੀਡ ਹੈ ਉਹਦੀ ਦੂਜੀ ਫਾਰਮ ਵੀ ਰੀਡ ਹੈ ਉਹਦੀ ਤੀਜੀ ਫਾਰਮ ਵੀ ਰੀਡ ਹੈ ਬਸ ਉਹ ਪੜਨ ਵੇਲੇ ਅਸੀਂ ਇਹਨੂੰ ਰੀਡ ਕਹਿੰਦੇ ਨੇ ਇਹਨੂੰ ਰੈਡ ਰੈਡ ਐਵੇਂ ਬੋਲਦਾਂ ਨੇ ਤਾਂ ਇਹੇ ਦੇ ਕਨਫਿਊਜ਼ਨ ਪਾਉਣਗੇ ਜਿਨ੍ਹਾਂ ਦੀ ਤਿੰਨੋਂ ਵਰਬ ਦੀਆਂ ਫਾਰਮਾਂ ਇੱਕੋ ਜਿਹੀਆਂ ਹੁੰਦੀਆਂ ਨੇ ਉੱਥੇ ਫਿਰ ਤੁਹਾਨੂੰ ਜੇ ਰੂਲ ਪਤਾ ਨਾ ਤਾਂ ਤੁਸੀਂ ਆਨਸਰ ਸਹੀ ਕੱਢ ਦੋਗੇ ਨਹੀਂ ਹੁਣਾ ਦੋਨੇ ਲਿਖੇ ਹੁੰਦੇ ਸ਼ੀ ਰੀਡਸ ਐਵਰੀ ਅਸਪੈਕਟ ਆਫ ਦਾ ਨੋਵਲ ਸ਼ੀ ਰੈਡ ਐਵਰੀ ਅਸਪੈਕਟ ਆਫ ਦਾ ਨੋਵਲ ਚਾਹੇ ਉਹ ਆਏ ਦੀ ਵਾਇਸ ਕੜਦਾਂ ਤੇ ਚਾਹੇ ਦਾਦੇ ਦੀ ਵਾਇਸ ਕੜਦਾਂ ਤੇ ਤੁਸੀਂ ਫਰਕ ਨਹੀਂ ਕੱਢ ਸਕਦੇ ਸੀ ਵੀ ਦੋਨਾਂ ਵਿੱਚੋਂ ਸਹੀ ਕਿਹੜਾ ਠੀਕ ਹੈ ਜੇ ਰੂਲ ਨਹੀਂ ਪਤਾ ਹੈਗਾ ਸਮਝ ਗਏ ਤਾਂ ਕੋਈ ਗੱਲ ਨਹੀਂ ਟਾਈਮ ਲਵਾਂਗੇ ਆਪਾਂ ਕਿਉਂਕਿ ਤਿੰਨ ਚਾਰ ਸਵਾਲ ਪੈਣੇ ਨੇ ਇਸ ਟਾਈਪ ਦੇ ਤਾਂ ਜੇ ਇਹ ਦੋ ਦੇ ਤਿੰਨ ਘੰਟੇ ਵੀ ਲਹਿ ਜਾਣ ਤਿੰਨ ਘੰਟਿਆਂ ਚ ਤਿੰਨ ਸਵਾਲ ਸੋਲਵ ਹੋ ਗਏ ਸਾਡੇ ਹੋਰ ਸਾਨੂੰ ਕੀ ਚਾਹੀਦਾ ਸਾਡੇ ਤਾਂ ਵਰਥ ਹੋ ਜਾਣੇ ਨੇ ਤਿੰਨ ਘੰਟੇ ਉਹ ਠੀਕ ਹੈ ਟਾਈਮ ਟੂ ਵੀਮ ਦਾ ਕੋਈ ਚੱਕਰ ਨਹੀਂ ਲੈਣਾ ਕਿ ਕਿੰਨਾ ਨੰਬਾ ਲੈਕਚਰ ਜਾਂਦਾ ਪਰ ਗੱਲ ਇੰਨੀ ਹੈ ਕਿ ਹਰ ਚੀਜ਼ ਨੂੰ ਡਿਟੇਲ ਚ ਬੜੇ ਚੰਗੇ ਤਰੀਕੇ ਨਾਲ ਪੜਾਂਗੇ ਹੋ ਗਿਆ ਜੀ ਹੁਣ ਕੀ ਉਹ ਤੁਹਾਡੇ ਕੋਲ ਆਇਆ ਮੈਂ ਕਿਹਾ ਕੀ ਉਹ ਤੁਹਾਡੇ ਕੋਲ ਆਇਆ ਲਓ ਜੀ ਆ ਏ ਦੀ ਵਾਰ ਫਿਰ ਤੁਹਾਨੂੰ ਦਿਖ ਰਹੀ ਹੈ ਜੇ ਆਏ ਦੀ ਆਵਾਜ਼ ਆ ਰਹੀ ਹੈ ਤਾਂ ਇਹਦਾ ਮਤਲਬ ਕੀ ਹੋਇਆ ਕਿ ਇਹ ਤਾਂ ਪਾਸਟ ਹੈ ਇਨਡੈਫਿਨਿਟ ਹੈ ਜੇ ਪਾਸਟ ਇਨਡੈਫਿਨਿਟ ਹੈ ਤਾਂ ਮੂਰੇ ਕੀ ਹੋਣਾ ਚਾਹੀਦਾ ਵਰਬ ਦੀ ਕਿਉਂਕਿ ਜਿਹੜਾ ਆਪਾਂ ਪਿੱਛੇ ਪੜਾਇਆ ਤੁਹਾਨੂੰ ਸਬਜੈਕਟ ਆਬਜੈਕਟਿਵ ਕੇਸ ਤਾਂ ਕੀ ਦੇ ਲਈ ਮੂਰੇ ਵਰਬ ਹੋਣੀ ਚਾਹੀਦੀ ਹੈ ਵਰਬ ਕਿਹੜੀ ਲੱਗਦੀ ਹੈ ਡੈਡ ਕਿਉਂਕਿ ਇਹਦੇ ਜੀ ਤਾਂ ਡੱਡੀ ਵਰਤੀ ਜਾਂਦੀ ਹੈ ਉਹ ਉਹ ਦੇ ਲਈ ਮੈਂ ਹੀ ਕਿਉਂਕਿ ਆਈ ਹੁੰਦਾ ਤਾਂ ਆਪਾਂ ਸ਼ੀ ਲਾ ਦਿੰਦੇ ਡੈਡ ਹੀ ਹੁਣ ਆਉਣ ਦੀ ਅੰਗਰੇਜ਼ੀ ਹੁੰਦੀ ਹੈ ਵੀ ਕਿਸੇ ਕੋਲ ਪਹੁੰਚਿਆ ਉਹ ਬੰਦਾ ਤਾਂ ਵਿਜ਼ਿਟ ਕਰਨਾ ਹੁੰਦਾ ਵੀ ਥੋੜੇ ਕੋਲ ਵਿਜ਼ਿਟ ਕੀਤੀਗੇ ਨਹੀਂ ਤਾਂ ਇੱਥੇ ਹੁਣ ਮੈਨੂੰ ਐਂ ਦੱਸੋ ਵਿਜ਼ਿਟ ਦੀ ਜਿਹੜੀ ਪਹਿਲੀ ਫਾਰਮ ਹੁੰਦੀ ਆ ਉਹ ਤਾਂ ਹੁੰਦੀ ਆ ਵਿਜ਼ਿਟ ਦੂਜੀ ਫਾਰਮ ਵਰਬ ਦੀ ਹੁੰਦੀ ਆ ਦੀ ਵਿਜ਼ਿਟਿਡ ਤੀਜੀ ਵੀ ਮੇਰੇ ਕੋਲ ਵਿਜ਼ਿਟਿਡ ਹੁੰਦੀ ਆ ਹੁਣ ਮੈਂ ਉਹ ਵਿਜ਼ਿਟਿਡ ਲਿਖਾਂ ਕਿ ਵਿਜ਼ਿਟ ਲਿਖਾਂ ਵੈਸੇ ਤਾਂ ਜੇ ਮੈਂ ਐਂ ਕਹਿੰਦਾ ਉਹ ਤੁਹਾਡੇ ਕੋਲ ਆਇਆ ਫੇਰ ਤੁਸੀਂ ਲਿਖਣਾ ਸੀ ਹੀ ਵਿਜ਼ਿਟਿਡ ਯੂ ਕਿਉਂਕਿ ਆਇਆ ਦੇ ਨਾਲ ਮੈਨੂੰ ਪਤਾ ਕਿ ਵਰਬ ਦੀ ਦੂਜੀ ਫਾਰਮ ਵਰਤੂੰਗਾ ਮੈਂ ਬਰਬਦੀ ਤਾਂ ਵਿਜ਼ਿਟਡ ਲਾਉਣਾ ਪੈ ਗਿਆ ਪਰ ਉਹ ਡਿਡ ਲੱਗ ਗਿਆ ਤਾਂ ਕਰਕੇ ਇੱਥੇ ਮੈਨੂੰ ਕੀ ਲਾਉਣਾ ਪਊ ਵਿਜ਼ਿਟ ਡਿਡ ਹੀ ਵਿਜ਼ਿਟ ਯੂ ਪਿੱਛੇ ਕੁਐਸਚਨ ਮਾਰਕ ਜਦੋਂ ਡਿਡ ਲੱਗ ਗਿਆ ਤਾਂ ਬਰਬਦੀ ਹਮੇਸ਼ਾ ਪਹਿਲੀ ਫਾਰਮ ਲੱਗੂਗੀ ਨਾ ਕਿ ਦੂਜੀ ਲੱਗੂਗੀ ਤਾਂ ਮੈਨੂੰ ਲੱਗਦਾ ਕਿ ਹੁਣ ਤਾਂ ਇੰਨੇ ਇਹਦੇ ਤੋਂ ਕਲੀਅਰ ਹੋ ਜਾਣਾ ਚਾਹੀਦਾ ਠੀਕ ਹੈ ਇਹ ਬਹੁਤ ਕਨਫਿਊਜ਼ਿੰਗ ਹੈ ਇਹਦੇ ਚੋ ਕੁਐਸਚਨ ਬਹੁਤ ਬਣਦੇ ਆ ਤਾਂ ਇਹਨੂੰ ਬਹੁਤ ਧਿਆਨ ਨਾਲ ਸੁਣਨਾ ਹੈ ਤੇ ਧਿਆਨ ਨਾਲ ਪ੍ਰੈਕਟਿਸ ਕਰਨੀ ਹੈ ਇਸ ਚੀਜ਼ ਦੀ ਦੇਖੋ ਅੰਗਰੇਜ਼ੀ ਦਾ ਇਹੀ ਹੱਲ ਹੈ ਹੋਰ ਕੋਈ ਹੱਲ ਨਹੀਂ ਤੁਸੀਂ ਐ ਜੇ ਤੁਹਾਨੂੰ ਇਹ ਮੇਰਾ ਲੈਕਚਰ ਜਿਹੜਾ ਹੈਗਾ ਨਾ ਬੇਸਿਕਲੀ ਜਿਨ੍ਹਾਂ ਨੂੰ ਇਹ ਉਹਨਾਂ ਲਈ ਤਾਂ ਹੈ ਹੀ ਨਹੀਂ ਮੈਂ ਨਾ ਉਹਨਾਂ ਲਈ ਬਣਾਇਆ ਕਿਉਂਕਿ ਜਿਹੜੇ ਕੋਈ ਚੰਗੇ ਸਕੂਲਾਂ 'ਚ ਪੜ੍ਹੇ ਨੇ ਉਹਨਾਂ ਲਈ ਤਾਂ ਇਹ ਬਹੁਤ ਜਵਾਕਾਂ ਵਾਲੀਆਂ ਗੱਲਾਂ ਨਹੀਂ ਮੈਂ ਪਹਿਲਾਂ ਬਣਾਉਂਦਾ ਵੀ ਨਹੀਂ ਸੀ ਇਹ ਲੈਕਚਰ ਨੂੰ ਪਰ ਮੈਂ ਹੁਣ ਜਦੋਂ ਪ੍ਰੈਕਟੀਕਲੀ ਇਸ ਚੀਜ਼ ਨੂੰ ਫੀਲ ਕੀਤਾ ਨਾ ਕਿ ਕਿੰਨੇ ਸਟੂਡੈਂਟ ਤਾਂ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਤਾਂ ਆਪਣੇ ਰੂਰਲ ਏਰੀਆ ਦੇ ਖਾਸ ਕਰਕੇ ਆਉਂਦੇ ਨੇ ਉਹਨਾਂ ਨੂੰ ਇਸ ਚੀਜ਼ 'ਚ ਬਹੁਤ ਪ੍ਰੋਬਲਮ ਆ ਰਹੀ ਹੈ। ਉਹਨਾਂ ਨੂੰ ਇਹ ਚੀਜ਼ ਨਹੀਂ ਪਕੜ ਪਾ ਰਹੇ। ਤਾਂ ਫਿਰ ਮੈਨੂੰ ਲੱਗਿਆ ਯਾਰ ਕੋਈ ਗੱਲ ਨਹੀਂ ਚਾਹੇ ਬਿਲਕੁਲ ਬੇਸ ਜ਼ੀਰੋ ਲੈਵਲ ਦਾ ਲੈਕਚਰ ਹੈ ਇਹ। ਇਹਦਾ ਕੋਈ ਲੈਵਲ ਨਹੀਂ ਹੈਗਾ। ਬਟ ਬਹੁਤ ਸਾਰੇ ਬੱਚਿਆਂ ਲਈ ਇਹ ਸ਼ਾਇਦ ਲੈਵਲ ਦਾ ਲੈਕਚਰ ਹੋਊਗਾ। ਤਾਂ ਮੈਂ ਉਹਨਾਂ ਬੱਚਿਆਂ ਨੂੰ ਦੇਖਦੇ ਹੋਏ ਹੀ ਇਸ ਲੈਕਚਰ ਨੂੰ ਮੈਂ ਅੱਜ ਬਣਾਇਆ ਹੈਗਾ ਕਿ ਉਹਨਾਂ ਤੱਕ ਇਹ ਪਹੁੰਚੇ ਤੇ ਉਹੋ ਇਸ ਚੀਜ਼ ਦਾ ਬੈਨੀਫਿਟ ਲੈ ਸਕਣ ਆਪਣੇ ਆਉਣ ਵਾਲੇ ਪੇਪਰ ਦੇ ਵਿੱਚ। ਬਾਕੀ ਪ੍ਰੈਕਟਿਸ ਕੁਸ਼ਨ ਐਂਡ ਤੇ ਨੇ ਉਹ ਤਾਂ ਕੋਈ ਵੀ ਲਾ ਸਕਦਾ ਠੀਕ ਹੈ ਜਿਹਨੂੰ ਆਉਂਦੇ ਨੇ ਉਹ ਵੀ ਲਾ ਸਕਦਾ ਉਹ ਇੰਨੇ ਪਾਰਟ ਨੂੰ ਟੈਂਸਸ ਸਮਝਣ ਵਾਲੇ ਪਾਰਟ ਨੂੰ ਸਕਿਪ ਵੀ ਕਰ ਸਕਦਾ ਬੰਦਾ ਪਿੱਛੇ ਜਾ ਕੇ ਸਿੱਧਾ ਕੁਸ਼ਨ ਤੋਂ ਕੁਸ਼ਨ ਲਾ ਲਵੇ ਜਿਹਨੂੰ ਇਹ ਟੈਂਸ ਨਹੀਂ ਆਉਂਦੇ ਉਹ ਜ਼ਰੂਰ ਇਹਨੂੰ ਲਾਉਣ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਆ ਜਾਓ ਕੀ ਤੁਸੀਂ ਉਸ ਖਿੜਕੀ ਦਾ ਸ਼ੀਸ਼ਾ ਤੋੜਿਆ ਕੀ ਤੁਸੀਂ ਉਸ ਖਿੜਕੀ ਦਾ ਸ਼ੀਸ਼ਾ ਤੋੜਿਆ ਜਦੋਂ ਕੀ ਲੱਗ ਗਿਆ ਡਿਡ ਯੂ ਬਰੇਕ ਦਾ ਦੇਖੋ ਪਹਿਲੀ ਫਾਰਮ ਬ੍ਰੇਕ ਪਹਿਲੀ ਹੁੰਦੀ ਹੈ ਦੂਜੀ ਫਾਰਮ ਹੁੰਦੀ ਹੈ ਬਰੋਕ ਤੇ ਤੀਜੀ ਵਰਬ ਦੀ ਫਾਰਮ ਹੁੰਦੀ ਹੈ ਬਰੋਕਨ ਇਹ ਵਰਬ ਦੀਆਂ ਫਾਰਮਾਂ ਨੇ ਨਹੀਂ ਆਉਂਦੀਆਂ ਤਾਂ ਇਹ ਧੱਪੜਨੀਆਂ ਪੈਣਗੀਆਂ ਇਹਦਾ ਤਾਂ ਕੋਈ ਹੱਲ ਨਹੀਂ ਇਹ ਤਾਂ ਫਿਰ 9.1 ਦੀ ਕਿਤਾਬਾਂ ਚੋਂ ਦੇਖਣੀਆਂ ਪੈਣਗੀਆਂ ਕਿ ਕਿਸੇ ਚੀਜ਼ ਦੀ ਵਰਬ ਦੀ ਪਹਿਲੀ ਫਾਰਮ ਕੀ ਹੈ ਦੂਜੀ ਕੀ ਹੈ ਤੀਜੀ ਕੀ ਹੈ ਹਨਾ 9.10 ਪੰਜਾਬ ਬੋਰਡ ਦੀ ਕਿਤਾਬ ਚੱਕ ਲਓ ਮਿਲ ਜਾਣਗੀਆਂ ਉਹਦੇ ਵਿੱਚ ਉੱਥੋਂ ਪੜ੍ਹ ਲਿਓ ਡਿਡ ਯੂ ਬ੍ਰੇਕ ਦਾ ਵਿੰਡੋਪੇ ਠੀਕ ਹੈ ਕਲੀਅਰ ਹੈ ਲਓ ਜੀ ਪਾਸਟ ਵੀ ਕਲੀਅਰ ਹੋ ਗਿਆ ਹੁਣ ਅਸੀਂ ਚੱਲਦੇ ਹਾਂ ਅੱਗੇ ਤੀਜਾ ਸਾਡੇ ਕੋਲੇ ਹੈਗਾ ਫਿਊਚਰ ਇੰਡੈਫੀਨਿਟ ਫਿਊਚਰ ਇੰਡੈਫੀਨਿਟ ਦੇ ਵਿੱਚ ਪਿੱਛੇ ਆਵਾਜ਼ ਆਉਂਦੀ ਹੈਗਾ ਗੇਗੀ ਜਿਵੇਂ ਉਹ ਸਕੂਲ ਜਾਵੇਗਾ ਉਹ ਨਾਵਲ ਪੜ੍ਹੇਗਾ ਉਹ ਨਾਵਲ ਪੜ੍ਹੇਗਾ ਉਹ ਸਕੂਲ ਜਾਵੇਗਾ ਜਾਂ ਜਾਏਗਾ ਲਿਖ ਲਓ ਜੋ ਮਰਜੀ ਹੁਣ ਤੁਸੀਂ ਦੇਖੋ ਇਹਦਾ ਸਾਰਿਆਂ ਦੇ ਵਿੱਚ ਜਾਣਾ ਪੜਨਾ ਇਹ ਕੀ ਹੈ ਇਹ ਮੇਰੇ ਕੋਲ ਕਿਰਿਆ ਹੈ ਇਹਦੇ ਪਿੱਛੇ ਜੇ ਗਾਗੇ ਦੀ ਆਵਾਜ਼ ਹੈਗੀ ਹੈ ਤਾਂ ਸਮਝ ਲਓ ਫਿਊਚਰ ਇਨਡੈਫਿਨਿਟ ਹੈ ਤਾਂ ਫਿਊਚਰ ਇਨਡੈਫਿਨਿਟ ਤੇ ਕੰਮ ਕਰਨਾ ਹੁਣ ਫਿਊਚਰ ਇਨਡੈਫਿਨਿਟ ਦੇ ਵਿੱਚ ਜਿਹੜਾ ਵਰਬ ਇਹਦੇ ਵਿੱਚ ਹੈਲਪਿੰਗ ਵਰਬ ਹੁਣ ਤੱਕ ਤਾਂ ਅਸੀਂ ਸਿਰਫ ਕਿਹੜੇ ਕੇਸ 'ਚ ਹੈਲਪਿੰਗ ਵਰਬ ਡੂ ਜਾਂ ਡਸ ਜਾਂ ਫਿਰ ਡਿਡ ਵਰਤਿਆ ਸੀ ਜਦੋਂ ਕੁਐਸਚਨ ਮਾਰਕ ਸੀ ਪਰ ਇੱਥੇ ਹਰ ਕੇਸ 'ਚ ਵਰਤਿਆ ਲਊ ਇੱਥੇ ਉਹ ਪੂਰਾ ਸੈਂਟੈਂਸ ਬਣੂ ਕਿ ਸਬਜੈਕਟ ਹੈਲਪਿੰਗ ਵਰਬ ਮੇਨ ਵਰਬ ਤੇ ਮੇਰੇ ਕੋਲੇ ਆਬਜੈਕਟ ਹੈਲਪਿੰਗ ਵਰਬ ਉਹ ਕਿਹੜਾ ਵਰਤਿਆ ਲਊ ਹੈਲਪਿੰਗ ਵਰਬ ਉਹ ਵਰਤਿਆ ਲਊ ਜਾਂ ਫਿਰ ਸ਼ੈਲ ਜਾਂ ਫਿਰ ਵਿਲ ਆਈ ਤੇ ਵੀ ਇਹਦੇ ਨਾਲ ਅਸੀਂ ਸ਼ੈਲ ਵਰਤਦੇ ਆਂ ਸੌਰੀ ਬਾਕੀ ਚਾਹੇ ਤੁਹਾਡੇ ਕੋਲੇ ਹੀ ਐ ਚਾਹੇ ਸ਼ੀ ਐ ਚਾਹੇ ਦੇ ਐ ਚਾਹੇ ਇਟਾ ਜੋ ਮਰਜੀ ਹੈ ਇਹਦੇ ਨਾਲ ਤੁਸੀਂ ਵਿਲ ਵਰਤੋਗੇ ਤਾਂ ਇਸ ਚੀਜ਼ ਦਾ ਧਿਆਨ ਰੱਖਿਓ ਠੀਕ ਹੈ ਨਾਲ ਵਰਬ ਦੀ ਪਹਿਲੀ ਫਾਰਮ ਲੱਗੂਗੀ ਹਮੇਸ਼ਾ ਤਾਂ ਆ ਚੀਜ਼ ਵੀ ਸਾਨੂੰ ਪਤਾ ਹੋਵੇ ਹੁਣ ਸਿੰਪਲ ਜੀ ਉਦਾਹਰਨਾਂ ਕਰਦੇ ਆ ਜੇ ਰੂਲ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਾਂ ਰੂਲ ਦੇ ਵਿੱਚ ਕੀ ਲਾਉਣਾ ਹੈ ਆਜੋ ਦੇਖੋ ਉਹ ਸਕੂਲ ਜਾਏਗਾ ਉਹ ਸਕੂਲ ਜਾਵੇਗਾ ਗਾਗੇ ਦੀ ਆ ਗਈ ਉਹ ਕੌਣ ਹੀ ਹੀ ਦੇ ਨਾਲ ਕੀ ਲਾਉਣਾ ਸ਼ੈਲ ਜਾ ਬਿਲ ਹੀ ਦੇ ਨਾਲ ਲੱਗੂਗਾ ਜੀ ਬਿਲ ਹੀ ਵਿਲ ਜਾਣਾ ਗੋ ਵਰਬ ਦੀ ਪਹਿਲੀ ਫਾਰਮ ਹੀ ਲੱਗੂ ਸਕੂਲ ਜਾਣਾ ਹੀ ਵਿਲ ਗੋ ਟੂ ਸਕੂਲ ਹੁਣ ਜੇ ਮੈਂ ਇਹਨੂੰ ਕਹਾਂ ਜਾਂਦਾ ਮੈਂ ਸਕੂਲ ਜਾਵਾਂਗਾ ਤਾਂ ਮੈਂ ਕੀ ਆਈ ਤਾਂ ਆਈ ਦੇ ਨਾਲ ਜਾਊਗਾ ਸ਼ੈਲ ਆਈ ਸ਼ੈਲ ਗੋ ਟੂ ਸਕੂਲ ਸਿੰਪਲੀ ਠੀਕ ਹੈ ਉਹ ਤੁਹਾਨੂੰ ਗਾਈਡ ਕਰੇਗਾ ਉਹ ਤੁਹਾਨੂੰ ਗਾਈਡ ਕਰੇਗਾ ਤਾਂ ਹੀ ਵਿਲ ਗਾਈਡ ਯੂ ਹੁਣ ਜੇ ਏਵੇਂ ਆਪਾਂ ਕੁਐਸਚਨ ਮਾਰਕ ਤੇ ਆ ਜਾਈਏ ਕੀ ਉਹ ਕੱਲ ਆਏਗਾ ਕੀ ਉਹ ਕੱਲ ਆਏਗਾ ਹੁਣ ਮੈਨੂੰ ਪਤਾ ਕਿ ਕੀ ਮੂਰੇ ਲੱਗਿਆ ਗਾਗੇ ਦੀ ਆਵਾਜ਼ ਹੈ ਤਾਂ ਮੂਰੇ ਦਾ ਸ਼ੈਲ ਆਊ ਜਾਂ ਵੈਲ ਆਊ ਜੇ ਉਹ ਹੈ ਤਾਂ ਮਤਲਬ ਹੀ ਤਾਂ ਹੀ ਦੇ ਨਾਲ ਕੀ ਜਾਂਦਾ ਵੈਲ ਤਾਂ ਵੈਲ ਹੀ ਆਏਗਾ ਦਾ ਮਤਲਬ ਕਮ ਜਾਂ ਵਿਜ਼ਿਟ ਕਰ ਲੋ ਹੀ ਬਿਲ ਹੀ ਕਮ ਕੱਲ ਦਾ ਕੀ ਹੈ ਟੂਮੋਰੋ ਕੁਐਸਚਨ ਮਾਰਕ ਵੈਲ ਹੀ ਕਮ ਟੂਮੋਰੋ ਵੈਰੀ ਸਿੰਪਲ ਅ ਸਟਰਕਚਰ ਧਿਆਨ ਚ ਰੱਖੋ ਮੂਰੇ ਹੈਲਪਿੰਗ ਵਰਬ ਨਾਲ ਦੀ ਨਾਲ ਸਬਜੈਕਟ ਜਾਊਗਾ ਫੇਰ ਤੁਹਾਡਾ ਮੇਨ ਵਰਬ ਜਾਊਗਾ ਤੇ ਇਸ ਤਰੀਕੇ ਨਾਲ ਲਾਸਟ ਚ ਤੁਹਾਡਾ ਆਬਜੈਕਟ ਚਲਾ ਜਾਊਗਾ ਹੈਲਪਿੰਗ ਵਰਬ ਉਸ ਮੂਰੇ ਚਲਾ ਜਾਂਦਾ ਹੋਰ ਕੁਝ ਨਹੀਂ ਹੁੰਦਾ ਠੀਕ ਹੈ ਤਾਂ ਇਹ ਗੱਲ ਬਹੁਤ ਧਿਆਨ ਚ ਜਿਹਨੂੰ ਆਹ ਨਹੀਂ ਸਮਝ ਆਉਂਦੀ ਸਬਜੈਕਟ ਆਬਜੈਕਟ ਛੱਡੋ ਬਸ ਸਿੰਪਲ ਸਮਝੋ ਕਿ ਕੀ ਵੇਲੇ ਮੂਰੇ ਅਸੀਂ ਨੇ ਹੈਲਪਿੰਗ ਵਰਬ ਜਿਹੜਾ ਆ ਬਿਲ ਐ ਇਹਨੂੰ ਲੈ ਆਉਣਾ ਹੈ ਬਾਕੀ ਸੈਂਟੈਂਸ ਨੂੰ ਉਵੇਂ ਹੀ ਰਹਿਣ ਦੇਣਾ ਜਿਵੇਂ ਹੈਗਾ ਠੀਕ ਹੈ ਹੁਣ ਕੀ ਉਹ ਅਗਲੇ ਪੇਪਰ ਦੇ ਵਿੱਚ ਪੈਨ ਦੇਣਗੇ ਠੀਕ ਹੈ ਕੀ ਉਹ ਅਗਲੇ ਪੇਪਰ ਦੇ ਵਿੱਚ ਪੈਨ ਦੇਣਗੇ ਹੁਣ ਜੇ ਕੀ ਉਹ ਅਗਲੇ ਪੇਪਰ ਜਾਂ ਫਿਰ ਇਮਤਿਹਾਨ ਵਿੱਚ ਪੈਨ ਦੇਣਗੇ ਦੱਸੋ ਜੀ ਹੁਣ ਦੇਖੋ ਦੇਣਗੇ ਗਾਗੇ ਗੇ ਦਾ ਮਤਲਬ ਹੈ ਇੱਥੇ ਬਹੁਤੇ ਹੋਗੇ ਜੇ ਬਹੁਤੇ ਹੋਗੇ ਤਾਂ ਇੱਥੇ ਹੋ ਉਹੋ ਦਾ ਮਤਲਬ ਹੀ ਨਹੀਂ ਹੈਗਾ ਫਿਰ ਇਹ ਦੇ ਐ ਠੀਕ ਹੈ ਕਿ ਬੋਤਾਂ ਲਈ ਦੇ ਵਰਤਦੇ ਆ ਇਕੱਲੇ ਲਈ ਹੀ ਵਰਤਦੇ ਆ ਕੁੜੀਓ ਵੇ ਸ਼ੀ ਵਰਤਦੰਨੇ ਆ ਠੀਕ ਹੈ ਹੁਣ ਦੇ ਦੇ ਨਾਲ ਵੀ ਮੈਨੂੰ ਪਤਾ ਚੰਦਦਾ ਬਿਲ ਹੀ ਐ ਤਾਂ ਬਿਲ ਦੇ ਤਾਂ ਸਿੱਧਾ ਹੀ ਲੱਗ ਗਿਆ ਹੁਣ ਦੇਣ ਦਾ ਮਤਲਬ ਪ੍ਰੋਵਾਈਡ ਕਰਨਾ ਤਾਂ ਬਿਲ ਦੇ ਪ੍ਰੋਵਾਈਡ ਪ੍ਰੋਵਾਈਡ ਦੀ ਦੂਜੀ ਫਾਰਮ ਹੁੰਦੀ ਆ ਪ੍ਰੋਵਾਈਡਡ ਤੀਜੀ ਫਾਰਮ ਵੀ ਪ੍ਰੋਵਾਈਡਡ ਹੁੰਦੀ ਆ ਔਰ ਵੈਲ ਤੇ ਸ਼ੈਲ ਦੇ ਨਾਲ ਤਾਂ ਅਸੀਂ ਪਹਿਲੀ ਵਾਰ ਉਹ ਵੀ ਫਾਰਮ ਹੀ ਲਾਉਨੇ ਆ ਪ੍ਰੋਵਾਈਡ ਪੈਨ ਇਨ ਦਾ ਨੈਕਸਟ ਐਗਜ਼ਾਮ देन ਨੈਕਸਟ ਐਗਜ਼ਾਮ ਪਿੱਛੇ ਕੁਐਸਚਨ ਮਾਰਕ ਤਾਂ ਵੈਰੀ ਸਿੰਪਲ ਕੁਝ ਨਹੀਂ ਹੈਗਾ ਜੇ ਕਨਸੈਪਚੁਅਲ ਚੀਜ਼ ਨੂੰ ਸਮਝ ਹੀ ਜਾਓਗੇ ਤਾਂ ਇਹਨਾਂ ਦੇ ਵਿੱਚ ਕੱਖ ਨਹੀਂ ਹੈਗਾ ਠੀਕ ਹੈ ਲਓ ਜੀ ਅੱਗੇ ਆਜੋ ਹੁਣ ਆ ਗਿਆ ਪ੍ਰੈਜ਼ੈਂਟ ਕੰਟੀਨਿਊਸ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੇ ਵਿੱਚ ਕੀ ਹੁੰਦਾ ਰਿਹਾ ਹੈ ਰਹੇ ਹਨ ਰਹੀ ਹੈ ਮਤਲਬ ਆ ਪਿੱਛੇ ਲੱਗਾ ਮਿਲੂਗਾ ਜਿਵੇਂ ਤੈਨੂੰ ਪਤਾ ਹੀ ਹੈ ਪੰਜਾਬ ਵਿੱਚ ਮੀ ਪੈ ਰਿਹਾ ਹੈ ਮੈਂ ਕਹਿੰਦਾ ਜੀ ਮੀ ਆਲੇ ਤਾਂ ਵਾਟੀ ਕੱਢੇ ਪਏ ਆ ਹਨਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਅੱਜ ਮੈਂ ਜਿਹੜੇ ਦਿਨ ਰਿਕਾਰਡ ਕਰ ਰਹੇ ਆ ਤਾਂ ਅੱਜ ਦੀ ਡੇਟ ਦੇ ਵਿੱਚ ਯਾਨੀ ਕਿ 9 ਜੁਲਾਈ ਅੱਜ ਬਹੁਤ ਮੀ ਪੈ ਰਿਹਾ ਤਾਂ ਪੰਜਾਬ ਵਿੱਚ ਮੀ ਪੈ ਰਿਹਾ ਹੈ ਰਹਾ ਹੈ ਦੀ ਆਵਾਜ਼ ਆ ਗਈ ਤਾਂ ਸਮਝ ਲਓ ਪ੍ਰੈਜ਼ੈਂਟ ਕੰਟੀਨਿਊਸ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਅਸੀਂ ਇਜ਼ ਐਮ ਆਰ ਇਹਨਾਂ ਦਾ ਇਸਤੇਮਾਲ ਕਰਦੇ ਹਾਂ ਨਾਲ ਵਰਬ ਦੀ ਪਹਿਲੀ ਫਾਰਮ ਪਰ ਵਰਬ ਦੀ ਪਹਿਲੀ ਫਾਰਮ ਦੇ ਨਾਲ ਜੀਨਰੈਂਟ ਜੀਨਰੈਂਟ ਅਸੀਂ ਆਈ ਐਨ ਜੀ ਨੂੰ ਕਹਿੰਦੇ ਹਾਂ ਨਾਲ ਆਈ ਐਨ ਜੀ ਲੱਗੂਗਾ ਹਮੇਸ਼ਾ ਆਈ ਐਨ ਜੀ ਆ ਰਿਹਾ ਹੈ ਰਹੀ ਹੈ ਇਹਨੂੰ ਦਰਸਾਉਂਦਾ ਸਾਡੇ ਕੋਲੇ ਇਨਟੈਰੋਗੇਟਿਵ ਕੇਸ ਹੈ ਤਾਂ ਮੂਰੇ ਇਜ਼ ਐਮ ਆਰ ਨੂੰ ਮੂਰੇ ਲੈ ਜਾਓ ਠੀਕ ਹੈ ਬਾਕੀ ਉਮੀਰ ਰਹਿਣ ਦੋ ਉਹ ਸੇਮ ਚੀਜ਼ ਉਮੀਰ ਰਹੂਗੀ ਜਿਵੇਂ ਹੁਣ ਹੁਣ ਕਈ ਵਾਰ ਨਾ ਕੀ ਰੌਲਾ ਪੈ ਜਾਂਦਾ ਕਿ ਸਾਨੂੰ ਐ ਨਹੀਂ ਪਤਾ ਲੱਗਦਾ ਵੀ ਸਬਜੈਕਟ ਕੀ ਰੱਖੀਏ ਜਿਵੇਂ ਹੁਣ ਮੀਂਹ ਪੈ ਜਿਵੇਂ ਪੰਜਾਬ ਵਿੱਚ ਮੀਂਹ ਪੈ ਰਿਹਾ ਹੈ ਭਾਈ ਮੀਂਹ ਪੈ ਰਿਹਾ ਹੁਣ ਮੀਂਹ ਨੂੰ ਤਾਂ ਮੈਂ ਮੂਰੇ ਰੇਨ ਨਹੀਂ ਲਿਖ ਸਕਦਾ ਠੀਕ ਹੈ ਜਦੋਂ ਮੈਨੂੰ ਇਹ ਨਾ ਸਮਝ ਆਵੇ ਵੀ ਮੈਂ ਸਬਜੈਕਟ ਕੀ ਤਰ੍ਹਾਂ ਠੀਕ ਹੈ ਉਦੋਂ ਫਿਰ ਦੋ ਸ਼ਬਦ ਨੇ ਇੱਕ देयर ਇੱਕ ਇਟ ਅੰਗਰੇਜ਼ੀ ਸਿਖਾਉਣ ਵਾਲੇ ਨੇ ਇੱਕ ਗੱਲ ਕਹਿੰਦੇ ਨੇ ਕਹਿੰਦੇ ਆ ਦੋ ਸ਼ਬਦ ਹਮੇਸ਼ਾ ਤੁਹਾਡੀ ਜੇਬ ਚ ਹੋਣੇ ਚਾਹੀਦੇ ਨੇ ਕਿਉਂ ਜਿੱਥੇ ਤੁਹਾਨੂੰ ਲੱਗੇ ਵੀ ਉਹਨੂੰ ਮੈਨੂੰ ਸਮਝ ਨਹੀਂ ਆ ਰਹੀ ਮੈਂ ਸਬਜੈਕਟ ਕੀ ਲਾਵਾਂ ਸਬਜੈਕਟ ਲਾਉਣ ਦਾ ਮਤਲਬ ਵੀ ਇਹ ਕਾਰਿਆ ਕੌਣ ਕਰ ਰਿਹਾ ਹੈ ਹੁਣ ਇਹ ਤਾਂ ਰੱਬ ਪਾ ਰਿਹਾ ਮੈਂ ਸਾਨੂੰ ਨਹੀਂ ਪਤਾ ਨਾ ਤਾਂ ਜਦੋਂ ਪਤਾ ਨਾ ਲੱਗੇ ਵੀ ਕੰਮ ਕਰ ਕੌਣ ਰਿਹਾ ਹੈ ਬਈ ਚੁੱਪ ਕਰਕੇ ਇਟ ਦੇਰ ਲਾ ਦਿਓ ਇੱਥੇ ਵੀ ਇਹੀ ਹੈ ਹੁਣ ਜਦੋਂ ਨਹੀਂ ਪਤਾ ਲੱਗ ਰਿਹਾ ਤਾਂ ਮੂਰੇ ਲਾਤਾ ਇਟ ਇਟ ਇਜ਼ ਮੀ ਪੈਣਾ ਕਿ ਹੁੰਦਾ ਰੇਨ ਪਰ ਮੈਂ ਦੱਸਿਆ ਕਿ ਰੇਨ ਦੀ ਪਹਿਲੀ ਫਾਰਮ ਦੇ ਨਾਲ ਪਿੱਛੇ ਕੀ ਲੱਗ ਜੂ ਆਈ ਐਨ ਜੀ ਇਟ ਇਜ਼ ਰੇਨਿੰਗ ਇਨ ਪੰਜਾਬ ਇਟ ਇਜ਼ ਰੇਨਿੰਗ ਇਨ ਪੰਜਾਬ ਪੰਜਾਬ ਵਿੱਚ ਵੀ ਪੈ ਰਿਹਾ ਹੈ ਵੈਰੀ ਸਿੰਪਲ ਮੈਂ ਸਕੂਲ ਜਾ ਰਿਹਾ ਹਾਂ ਆਈ ਦੇ ਨਾਲ ਐਮ ਕਿਉਂਕਿ ਆਈ ਦੇ ਨਾਲ ਹਮੇਸ਼ਾ ਐਮ ਜਾਂਦਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਬਾਕੀ ਹੀ ਸ਼ੀ ਸ਼ੀ ਦੇ ਨਾਲ ਇਜ਼ ਜਾਊਗਾ ਠੀਕ ਹੈ ਜਿਵੇਂ ਹੀ ਹੈ ਸ਼ੀ ਹੈ ਕਿਉਂਕਿ ਇਹ ਇੱਕ ਬਚਨ ਨੇ ਇਹਨਾਂ ਨਾਲ ਇਜ਼ ਲੱਗਦਾ ਹੈ ਬਹੁਵਚਨ ਹੋਣਗੇ ਜਿਵੇਂ ਦੇ ਹੋ ਗਿਆ ਦੋਜ਼ ਹੋ ਗਿਆ ਇਹਨਾਂ ਸਾਰਿਆਂ ਨਾਲ ਕੀ ਲੱਗਦਾ ਆਰ ਲੱਗਦਾ ਬਸ ਇੰਨੀ ਗੱਲ ਹੈ ਉਹ ਮੈਨੂੰ ਗਾਈਡ ਕਰ ਰਿਹਾ ਹੈ ਹੀ ਇਜ਼ ਗਾਈਡਿੰਗ ਮੀ ਉਹ ਨਾਵਲ ਪੜ ਰਿਹਾ ਹੈ ਉਹ ਨਾਵਲ ਪੜ ਰਹਾ ਹਾਂ ਉਹ ਕੌਣ ਹੀ ਹੀ ਦੇ ਨਾਲ ਕੀ ਲੱਗਦਾ ਇਜ਼ ਪੜਨ ਦਾ ਕੀ ਹੁੰਦਾ ਰੀਡ ਤੇ ਰੀਡ ਦੇ ਨਾਲ ਮੈਨੂੰ ਪਤਾ ਕੀ ਲੱਗੂ ਆਈ ਐਨ ਜੀ ਹੀ ਇਜ਼ ਰੀਡਿੰਗ ਕੀ ਪੜ ਰਿਹਾ ਹੈ ਨੋਵਲ ਜਾਂ ਦਾ ਨੋਵਲ ਕਰ ਦੂ ਹੀ ਇਜ਼ ਰੀਡਿੰਗ ਦਾ ਨੋਵਲ ਵੈਰੀ ਸਿੰਪਲ ਸਮਝ ਗਏ ਕਿਸ ਤਰੀਕੇ ਨਾਲ ਸੈਂਟੈਂਸ ਬਣਾਣਾ ਆਹੀ ਜੀ ਸਿੱਖਣੀ ਆ ਯਾਰ ਆਪਾਂ ਨੇ ਉੱਥੇ ਕਿਉਂਕਿ ਉੱਥੇ ਕਿਹੜਾ ਸੀ ਸੈਂਟੈਂਸ ਬਣਾਉਣੇ ਨੇ ਦੇਖੋ ਸੈਂਟੈਂਸ ਬਣਾਉਣੇ ਤਾਂ ਔਖੇ ਹੁੰਦੀ ਨਹੀਂ ਕਿਉਂਕਿ ਉਹਦੇ ਚ ਤੁਹਾਨੂੰ ਅੰਗਰੇਜ਼ੀ ਆਉਣੀ ਜ਼ਰੂਰੀ ਹੈ ਹਰ ਇੱਕ ਸ਼ਬਦ ਦਾ ਅੰਗਰੇਜ਼ੀ ਚ ਮਤਲਬ ਪਤਾ ਹੋਵੇ ਪਰ ਪੇਪਰ ਵਾਲਿਆਂ ਤਾਂ ਇੰਨਾ ਸੌਖਾ ਕੰਮ ਆ ਕਿ ਚਾਰ ਆਪਸ਼ਨਾਂ ਦਿੱਤੀ ਹੋਣਗੀਆਂ ਅੰਗਰੇਜ਼ੀ ਦੇ ਸ਼ਬਦ ਤਾਂ ਪੀ ਲਿਖੇ ਹੋਣਗੇ ਉਹਨਾਂ ਨੇ ਅਸੀਂ ਤਾਂ ਸਿਰਫ ਉਹਦਾ ਸਹੀ ਟੈਂਸ ਪਹਿਚਾਣਨਾ ਸਹੀ ਬਣਤਰ ਪਹਿਚਾਣਣੀ ਹੈ ਵੀ ਸਹੀ ਮੰਤਰ ਚਾਰਾਂ ਚੋਂ ਕਿਹੜੀ ਹੈ ਤਾਂ ਉਹਦੇ ਲਈ ਰੂਲ ਪਤਾ ਹੋਵੇ ਅੰਗਰੇਜ਼ੀ ਬਕੈਵ ਸਟਰੋਂਗ ਹੋਣੀ ਜ਼ਰੂਰੀ ਨਹੀਂ ਹੈਗੀ ਰੂਲ ਪਤਾ ਹੋਣਾ ਜ਼ਿਆਦਾ ਜ਼ਰੂਰੀ ਹੈ ਰੂਲ ਦੇ ਬਿਹਾਫ ਤੋਂ ਵੀ ਤੁਸੀਂ ਛਾਂਟੀ ਲਾ ਲਾ ਕੇ ਆਨਸਰ ਕੱਢ ਲੋਗੇ ਅੱਗੇ ਆਪਾਂ ਜਦੋਂ ਉਦਾਹਰਨਾ ਕਰਾਂਗੇ ਤੁਸੀਂ ਇਸ ਚੀਜ਼ ਨੂੰ ਦੇਖੋਗੇ ਠੀਕ ਹੈ ਜੀ ਐਵੇਂ ਹੀ ਕੀ ਉਹ ਕੱਲ ਆ ਰਿਹਾ ਹੈ ਹੁਣ ਕੀ ਲੱਗਿਆ ਮੂਰੇ ਇਹਦਾ ਮਤਲਬ ਜਿਹੜਾ ਇਜ਼ ਐਮ ਆਰ ਹੈ ਇਹ ਮੂਰੇ ਆਊਗਾ ਹੁਣ ਗੱਲ ਇੰਨੀ ਆ ਵੀ ਆਊਗਾ ਕੀ ਇਹਨਾਂ ਚੋਂ ਉਹ ਰਹਾ ਹੈਗਾ ਇੱਕ ਵਚਨ ਹੈ ਉਹ ਤਾਂ ਉਹ ਇੱਕ ਵਚਨ ਲਈ ਮੈਂ ਹੀ ਲਾਉ ਹੀ ਦੇ ਨਾਲ ਹਮੇਸ਼ਾ ਇਜ਼ ਲੱਗਦਾ ਇਜ਼ ਹੀ ਆਉਣ ਦੀ ਅੰਗਰੇਜ਼ੀ ਹੁੰਦੀ ਆ ਕੰਮ ਪਰ ਕਮ ਨਹੀਂ ਕਿਉਂਕਿ ਮੈਂ ਕੰਮ ਦੇ ਨਾਲ ਪਲੱਸ ਆਈ ਐਨ ਜੀ ਲਾਉਂਗਾ ਤਾਂ ਉਹ ਬਣ ਜਾਂਦਾ ਕਮਿੰਗ ਇਜ਼ ਹੀ ਕਮਿੰਗ ਕਦੋਂ ਕੱਲ ਤਾਂ ਟੂਮੋਰੋ ਪਿੱਛੇ ਕੁਐਸਚਨ ਮਾਰਕ ਇਜ਼ ਹੀ ਕਮਿੰਗ ਟੂਮੋਰੋ ਕੀ ਉਹ ਅਗਲੇ ਇਮਤਿਹਾਨ ਦੇ ਵਿੱਚ ਪੈਨ ਦੇਣਗੇ ਉਹ ਬਹੁਤੇ ਨਹੀਂ ਤਾਂ ਆਰ ਲੱਗ ਗਿਆ ਆਰ ਦੇ ਪ੍ਰੋਵਾਈਡ ਨਹੀਂ ਆਊਗਾ ਪ੍ਰੋਵਾਈਡਿੰਗ ਕਿਉਂਕਿ ਵਰਬ ਦੀ ਪਹਿਲੀ ਫਾਰਮ ਦੇ ਨਾਲ ਆਈ ਐਨ ਜੀ ਲੱਗੂ ਰੱਦ ਦੇਣਗੇ ਨਹੀਂ ਦੇ ਰਹੇ ਨੇ ਸੌਰੀ ਮੈਂ ਗਲਤ ਬੋਲ ਗਿਆ ਕਿ ਇਹਦੀ ਪੰਜਾਬੀ ਕੀ ਬਣੂਗੀ ਜੇ ਆਪਾਂ ਪੰਜਾਬੀ ਬਣਾਉਣੀ ਹੋਵੇ ਤੇ ਅੰਗਰੇਜ਼ੀ ਜੀ ਤਾਂ ਆਪਾਂ ਲਿਖ ਰੱਖਿਆ ਕੀ ਉਹ ਅਗਲੇ ਇਮਤਿਹਾਨ ਜਾਂ ਪੇਪਰ ਦੇ ਵਿੱਚ ਪੈਨ ਦੇ ਰਹੇ ਹਨ ਤਾਂ ਰਹੇ ਆ ਗਿਆ ਆਰ ਮੂਰੇ ਆਰ ਦੇ ਪ੍ਰੋਵਾਈਡਿੰਗ ਪੈਨ ਇਨ ਦਾ ਨੈਕਸਟ ਐਗਜ਼ਾਮ ਸਮਝ ਗਏ ਤਾਂ ਰੂਲ ਸਮਝੋ ਬਾਕੀ ਤਾਂ ਆਪਣੇ ਆਪ ਗੱਲ ਸਮਝ ਆਉਂਦੀ ਜਾਏਗੀ ਪਾਸਟ ਕੰਟੀਨਿਊਸ ਕੁਝ ਵੀ ਫਰਕ ਨਹੀਂ ਬਸ ਰਹੇ ਹੈ ਦੀ ਜਗ੍ਹਾ ਰਹੀ ਸੀ ਆ ਜੂ ਰਹੇ ਸਨ ਆ ਜੂ ਜਾਂ ਰਹੀ ਸੀ ਆ ਜੂ ਇਹਦੇ ਵਿੱਚ ਵੀ ਵਰਬ ਦੀ ਪਹਿਲੀ ਫਾਰਮ ਦੇ ਨਾਲ ਆਈ ਐਨ ਜੀ ਲੱਗੂ ਬਸ ਵਾਸ ਤੇ ਵਰ ਲੱਗੂ ਕਿਉਂਕਿ ਸੀ ਸਨ ਪਿੱਛੇ ਆ ਰਿਹਾ ਹੈ ਜੇ ਇੱਕ ਵਚਨ ਹੈ ਸਿੰਗੂਲਰ ਹੈ ਤਾਂ ਵਾਜ਼ ਲਾ ਦਿਓ ਜੇ ਬਹੁਤ ਵਚਨ ਹੈ ਦੇ ਹੈਨਾ ਆ ਗਿਆ ਸਾਡੇ ਕੋਲੇ ਦੇ ਵਗੈਰਾ ਨਾਲ ਤਾਂ ਯੂ ਨਾਲ ਤਾਂ ਉਹਦੇ ਨਾਲ ਤੁਸੀਂ ਕੀ ਲਾ ਦੋਗੇ ਵਰ ਲਾ ਦੋਗੇ ਜਿਵੇਂ ਮੈਂ ਸਕੂਲ ਜਾ ਰਿਹਾ ਸੀ ਜਦੋਂ ਮੈਂ ਕਹਿੰਦਾ ਮੈਂ ਸਕੂਲ ਜਾ ਰਹਾ ਹਾਂ ਹਾਂ ਤਾਂ ਆਈ ਐਮ ਗੋਇੰਗ ਟੂ ਸਕੂਲ ਸੀ ਲਾਤਾ ਬਸ ਐਮ ਦੀ ਜਗ੍ਹਾ ਵਾਜ਼ ਲਾਤਾ ਬਾਕੀ ਤਾਂ ਸੇਮ ਹੀ ਹੈ ਵਰਬ ਦੀ ਪਹਿਲੀ ਫਾਰਮ ਹੈ ਨਾਲ ਆਈ ਐਨ ਜੀ ਹੈ ਆਈ ਵਾਸ ਗੋਇੰਗ ਟੂ ਸਕੂਲ ਉਹ ਮੇਰੀ ਮਦਦ ਕਰ ਰਿਹਾ ਸੀ ਜਾਂ ਮੈਨੂੰ ਗਾਈਡ ਕਰ ਰਿਹਾ ਸੀ ਹੀ ਵਾਸ ਗਾਈਡਿੰਗ ਮੀ ਉਹ ਨਾਵਲ ਪੜ੍ਹ ਰਹੀ ਸੀ ਸ਼ੀ ਵਾਸ ਰੀਡਿੰਗ ਦਾ ਨਾਵਲ ਕੀ ਉਹ ਕੱਲ ਨੂੰ ਆ ਰਹੀ ਸੀ ਕੀ ਉਹ ਕੱਲ ਆ ਰਹੀ ਸੀ ਠੀਕ ਹੈ ਬਸ ਇਹ ਸੈਂਟੈਂਸ ਦਾ ਬਣਦਾ ਨਹੀਂ ਪਰ ਐਨੀਵੇਜ਼ ਇਹਨੂੰ ਇੱਥੇ ਛੱਡ ਦਿਓ ਜਾਂ ਤਾਂ ਜੈਸਟਰਡੇ ਕਰ ਦਿੰਦੇ ਵਰ ਦੇ ਪ੍ਰੋਵਾਈਡਿੰਗ ਪੈਨ ਇਨ ਦਾ ਐਗਜ਼ਾਮ ਕੀ ਉਹ ਪੇਪਰ ਵਿੱਚ ਪੈਨ ਦੇ ਰਹੇ ਸੀ ਤਾਂ ਸੀ ਲੱਗ ਗਿਆ ਤਾਂ ਵਰ ਵਰ ਦੇ ਦੇ ਨਾਲ ਬਹੁਤਿਆਂ ਦੇ ਨਾਲ ਤੇ ਇਕੱਲੇ ਨਾਲ ਵਾਸ ਕੋਈ ਫਰਕ ਨਹੀਂ ਹੈਗਾ ਮੈਂ ਤਾਂ ਹੀ ਉਹੀ ਸੈਂਟੈਂਸ ਨੇ ਜੋ ਇੱਥੇ ਆਰ ਇਜ਼ ਨਾਲ ਬਣਾਏ ਨੇ ਇੱਥੇ ਵਾਸ ਵਰ ਨਾਲ ਬਣਾਤੇ ਕਿਉਂਕਿ ਪਿੱਛੇ ਸੀ ਸੀ ਦਾ ਤਾਂ ਸੇਮ ਰੂਲ ਹੈ ਕੋਈ ਔਖਾ ਨਹੀਂ ਇਹਨੂੰ ਪਛਾਣਨਾ ਆਜੋ ਅੱਗੇ ਫਿਊਚਰ ਕੰਟੀਨਿਊਸ ਦੇਖੋ ਕੰਟੀਨਿਊਸ ਦਾ ਮਤਲਬ ਇਹੀ ਹੁੰਦਾ ਵੀ ਜਿਹੜੀ ਚੀਜ਼ ਹਲੇ ਚੱਲ ਰਹੀ ਹੋਵੇ ਠੀਕ ਹੈ ਜਿਹੜੀ ਚੀਜ਼ ਚੱਲ ਰਹੀ ਹੋਵੇ ਕੰਟੀਨਿਉਟੀ ਦੇ ਵਿੱਚ ਹੋਵੇ ਉੱਥੇ ਹੀ ਅਸੀਂ ਕੰਟੀਨਿਊਸ ਵਰਤਦੇ ਆਂ ਤਾਂ ਇਹਦੇ ਵਿੱਚ ਰਹਾ ਹੋਵੇਗਾ ਰਹੇ ਹੋਣਗੇ ਰਹੀ ਹੋਵੇਗੀ ਜਿਵੇਂ ਉਹ ਖੇਡ ਰਹੀ ਹੋਵੇਗੀ ਜਾਂ ਉਹ ਫਟਵਾਲ ਖੇਡ ਰਿਹਾ ਹੋਵੇਗਾ ਉਹ ਸਕੂਲ ਜਾ ਰਿਹਾ ਹੋਵੇਗਾ ਇਹੋ ਜਿਹੇ ਸਾਰੇ ਕੇਸ ਇਹਦੇ ਵਿੱਚ ਫਿਰ ਅਸੀਂ ਕੀ ਕਰਦੇ ਆਂ ਵਿਲ ਦੇ ਨਾਲ ਬੀ ਜਾਂ ਸ਼ੈਲ ਦੇ ਨਾਲ ਵੀ ਤੇ ਵਰਬ ਦੀ ਪਹਿਲੀ ਫਾਰਮ ਦੇ ਨਾਲ ਆਈ ਐਨ ਜੀ ਤਾਂ ਲੱਗੇਗੀ ਲੱਗੇਗਾ ਜਿਵੇਂ ਉੱਥੇ ਆਪਾਂ ਨੇ ਕੀ ਲਾਇਆ ਸੀਗਾ ਫਿਊਚਰ ਇੰਡੈਫਿਨਿਟ ਚ ਵਿਲ ਤੇ ਸ਼ੈਲ ਵਰਤਤੇ ਸੀ ਵਰਤਨੇ ਵਿਲ ਸ਼ੈਲ ਓਮੀ ਨੇ ਕਿ ਆਈ ਨਾਲ ਵਿਲ ਸ਼ੈਲ ਤੇ ਵੀ ਨਾਲ ਵੀ ਸ਼ੈਲ ਬਾਕੀ ਯੂ ਦੇ ਸਭ ਦੇ ਨਾਲ ਕੀ ਲੱਗੂ ਵਿਲ ਲੱਗੂ ਤਾਂ ਸਿੰਪਲੀ ਮੈਂ ਕੀ ਕੀਤਾ ਜਿਵੇਂ ਆ ਸੈਂਟੈਂਸ ਬਣਾਉਣਾ ਇੱਕ ਓਹ ਨਾਵਲ ਪੜ ਰਹੀ ਹੋਵੇਗੀ ਸ਼ੀ ਸ਼ੀਦਨਨ ਕੀ ਲੱਗਦਾ ਬਿਲ ਸ਼ੀ ਵਿਲ ਰਹੀ ਹੈ ਤਾਂ ਵੀ ਲਾਉਣਾ ਬੂ ਪੜਨ ਦਾ ਰੀਡ ਹੁੰਦਾ ਤਾਂ ਰੀਡ ਦੇ ਨਾਲ ਆਈ ਐਨ ਜੀ ਲੱਗ ਗਿਆ ਸ਼ੀ ਵਿਲ ਬੀ ਰੀਡਿੰਗ ਦਾ ਨੋਵਲ ਤਾਂ ਸ਼ੀ ਵਿਲ ਬੀ ਰੀਡਿੰਗ ਦਾ ਨੋਵਲ ਥੈਟਸ ਇਟ ਠੀਕ ਹੈ ਸਮਝ ਗਏ ਹੁਣ ਇਹਦੇ ਚ ਇੱਕ ਖਾਸ ਗੱਲ ਹੈ ਉਹ ਕੀ ਹੈ ਜਿੱਥੇ ਐਗਜ਼ਾਮੀਨਰ ਫਸਾਊਗਾ ਉਹ ਚੀਜ਼ ਦੱਸਦਾ ਹੁਣ ਕੀ ਉਹ ਕੱਲ ਆ ਰਹੀ ਹੋਏਗੀ ਕੀ ਲੱਗਿਆ ਉਹ ਲੱਗਿਆ ਰਹੀ ਐ ਤਾਂ ਉਹ ਇੱਥੇ ਕੀ ਐ ਸ਼ੀ ਐ ਤੇ ਸ਼ੀ ਦੇ ਬਿਨੇ ਮੈਨੂੰ ਕੀ ਲੱਗਦਾ ਬਾਈ ਜੀ ਬਿੱਲ ਪਰ ਹੁਣ ਇੱਥੇ ਬਿੱਲ ਵੀ ਲੱਗੂਗਾ ਆ ਗੜਬੜਾ ਇਹਦੇ ਵਿੱਚ ਆਪਾਂ ਲਾਉਨੇ ਆ ਵਿਲੀ ਜਾਂ ਸ਼ੈਲ ਵੀ ਕੀ ਸ਼ੀ ਦੇ ਮੂਰੇ ਜਿਵੇਂ ਪਹਿਲਾਂ ਅਸੀਂ ਲਾਉਂਦੇ ਸੀ ਪਹਿਲਾਂ ਤਾਂ ਮੂਰੇ ਵੀ ਵਿਲ ਸ਼ੀ ਕਰਕੇ ਅਸੀਂ ਨੇ ਚੇਪ ਦੇਣਾ ਸੀਗਾ ਕੰਮ ਪਰ ਇੱਥੇ ਐਵੇਂ ਨਹੀਂ ਇਹਦੀ ਸੈਂਟੈਂਸ ਦੀ ਬਣਤਰ ਕੀ ਹੁੰਦੀ ਹੈ ਕਿ ਜਿਹੜਾ ਤੁਹਾਡਾ ਇਹ ਆ ਨਾ ਮਤਲਬ ਵਿਲ ਲੱਗ ਗਿਆ ਫਿਰ ਸ਼ੀ ਉਸ ਤੋਂ ਬਾਅਦ ਬੀ ਲੱਗੂਗਾ ਮਤਲਬ ਪਹਿਲਾਂ ਤੁਹਾਡਾ ਹੈਲਪਿੰਗ ਵਰਬ ਹੈਲਪਿੰਗ ਵਰਬ ਤੋਂ ਬਾਅਦ ਤੁਹਾਡਾ ਸਬਜੈਕਟ ਇੱਥੇ ਬੀ ਲਾ ਲਓ ਜਿਹੜਾ ਹੈਲਪਿੰਗ ਵਰਬ ਦੇ ਨਾਲ ਲੱਗਿਆ ਹੋਇਆ ਐਵੇਂ ਜਾਣਾ ਚਾਹੀਦਾ ਫੇਰ ਮੇਨ ਵਰਬ ਆਊਗਾ ਫੇਰ ਤੁਹਾਡਾ ਆਬਜੈਕਟ ਆਊਗਾ ਤਾਂ ਵਿਲ ਸ਼ੀ ਬੀ ਠੀਕ ਹੈ ਕਮਿੰਗ ਟੁਮਰੋ ਬਾਕੀ ਰੂਲ ਉਹੀ ਹੈ ਕਿ ਵਰਬ ਦੀ ਪਹਿਲੀ ਫਾਰਮ ਕਮ ਉਹਦੇ ਨਾਲ ਆਈ ਐਨ ਜੀ ਲੱਗ ਗਿਆ ਤੇ ਪਿੱਛੇ ਕੁਐਸਚਨ ਮਾਰਕ ਚਲਾ ਗਿਆ ਤਾਂ ਇਸ ਤਰੀਕੇ ਨਾਲ ਆਪਾਂ ਨੇ ਕਰਨਾ ਕੀ ਉਹ ਕੱਲ ਪੈਨ ਦੇ ਰਹੇ ਹੋਣਗੇ ਵਿਲ ਦੇ ਬੀ ਮਤਲਬ ਆ ਬੀ ਜਿਹੜਾ ਹੈਗਾ ਸਬਜੈਕਟ ਤੋਂ ਬਾਅਦ ਆਏਗਾ ਆਹੀ ਚੀਜ਼ ਇਥੇ ਮੇਨ ਦੱਸਣ ਵਾਲੀ ਸੀ ਇੱਥੇ ਆਪਣਾ ਫਿਊਚਰ ਕੰਟੀਨਿਊਸ ਵੀ ਖਤਮ ਹੁੰਦਾ ਹੈ ਅੱਗੇ ਚੱਲਦੇ ਹਾਂ ਅੱਗੇ ਮੇਰੇ ਕੋਲੇ ਆ ਗਿਆ ਪ੍ਰੈਜ਼ੈਂਟ ਪਰਫੈਕਟ ਟੈਂਸ ਜਦੋਂ ਕੋਈ ਕੰਮ ਹੋ ਚੁੱਕਿਆ ਹੋਵੇ ਠੀਕ ਹੈ ਮੈਂ ਇਹ ਕੰਮ ਕਰ ਚੁੱਕਾ ਹਾਂ ਪ੍ਰੈਜ਼ੈਂਟ ਚ ਹੋਵੇ ਹਾਂ ਹਨ ਠੀਕ ਹੈ ਉਦੋਂ ਜਿਵੇਂ ਉਦਾਹਰਨ ਦੇ ਤੌਰ ਤੇ ਮੈਂ ਲਿਖਦਾ ਮੈਂ ਇਹ ਕੰਮ ਕਰ ਚੁੱਕਾ ਹਾਂ ਇਹਦੇ ਵਿੱਚ ਹੈਜ਼ ਤੇ ਹੈਵ ਦਾ ਇਸਤੇਮਾਲ ਕੀਤਾ ਜਾਂਦਾ ਹੈਲਪਿੰਗ ਵਰਬ ਦੇ ਤੌਰ ਤੇ ਨਾਲ ਵਰਬ ਦੀ ਤੀਜੀ ਫਾਰਮ ਵਰਤੀ ਜਾਂਦੀ ਹੈ ਖਾਸ ਕਰ ਹੁਣ ਦੇਖੋ ਮੈਂ ਸਭ ਤੋਂ ਪਹਿਲਾਂ ਮੈਂ ਕੌਣ ਹੋ ਗਿਆ ਆਈ ਮੈਂ ਇਹ ਕੰਮ ਕਰ ਚੁੱਕਾ ਹੋਵਾਂਗਾ ਆਈ ਦੇ ਨਾਲ ਤੇ ਵੀ ਦੇ ਨਾਲ ਤੇ ਦੇ ਦੇ ਨਾਲ ਹੈਵ ਲਾਇਓ she he it ਇਹਨਾਂ ਨਾਲ has ਜਾਊਗਾ those ਨਾਲ ਵੀ have ਹੀ ਆਉਂਦਾ ਹੈ ਤਾਂ i ਵੀ ਖਾਸ ਹੈ ਕਿਉਂਕਿ i ਇਕੱਲਾ ਸਪੈਸ਼ਲੀ i ਦੇ ਨਾਲ ਕਿਤੇ has ਨਾ ਲਾ ਦਿਓ i ਨਾਲ ਹਮੇਸ਼ਾ have ਲੱਗਦਾ ਹੈ ਠੀਕ ਹੈ ਇਹ ਨੋਟ ਕਰਨ ਵਾਲੀ ਗੱਲ ਹੈ ਮੈਂ ਇਹ ਕੰਮ ਕਰ ਚੁੱਕਾ ਹਾਂ i have ਲੱਗ ਗਿਆ ਕੰਮ ਕਰਨਾ do do did done ਵਰਬ ਦੀ ਪਹਿਲੀ ਫਾਰਮ ਦੂਜੀ ਫਾਰਮ ਤੀਜੀ ਫਾਰਮ ਆਈ ਹੈਵ ਡਨ ਕਿਉਂਕਿ ਵਰਬ ਦੀ ਤੀਜੀ ਫਾਰਮ ਵਰਤਣੀ ਚਾਹੀਦੀ ਆ ਇਹ ਕੰਮ ਆਈ ਹੈਵ ਡਨ ਥਿਸ ਵਰਕ ਆਈ ਹੈਵ ਡਨ ਥਿਸ ਸਮਝ ਗਏ ਇਸ ਤਰੀਕੇ ਨਾਲ ਸੈਂਟੈਂਸ ਤੁਸੀਂ ਨੇ ਬਣਾਉਣਾਗਾ ਰੂਲ ਸਮਝਣਾ ਜ਼ਰੂਰੀ ਹੈ ਰੂਲ ਸਮਝ ਕੇ ਤਾਂ ਹੁਣ ਸੈਂਟੈਂਸ ਬਣਾ ਲਓ ਅੱਜ ਬਹੁਤ ਮੀ ਪੈ ਚੁੱਕਾ ਹੈ ਜਾਂ ਅੱਜ ਬਹੁਤ ਮੀ ਪਿਆ ਹੈ ਐਵੇਂ ਵੀ ਲਿਖ ਸਕਦੇ ਆ ਜੇ ਤਾਂ ਮੈਂ ਕਹਿੰਦਾ ਅੱਜ ਮੀ ਪਿਆ ਜੇ ਤਾਂ ਅੱਲਾ ਪਿਆ ਹੁੰਦਾ ਫਿਰ ਤਾਂ ਇੱਥੇ ਆਵਾਜ਼ ਆ ਜਾਂਦੀ ਆ ਏ ਈ ਦੀ ਤਾਂ ਸਿੱਧਾ ਪਾਸਟ ਵਾਲਾ ਰੂਲ ਲੱਗਣਾ ਸੀ ਤਾਂ ਮੈਂ ਇਹਨੂੰ ਲਿਖਦਾ ਜਿਵੇਂ ਅੱਜ ਬਹੁਤ ਮੀ ਪਿਆ ਤਾਂ ਮੈਂ ਲਿਖਦਾ ਇਟ ਰੇਨਡ ਹੈਬੀਲੀ ਟੂਡੇ ਹੈਬੀਲੀ ਦਾ ਮਤਲਬ ਬਹੁਤ ਪਿਆ ਇਟ ਰੇਨਡ ਹੈਬੀਲੀ ਟੂਡੇ ਜਾਂ ਇਟ ਰੇਨਡ ਅ ਲੋਟ ਟੂਡੇ ਚਾਹੇ ਇੱਥੇ ਇਹ ਤਾਂ ਚਲੋ ਅੰਗਰੇਜ਼ੀ ਬਣਾਉਣ ਨਾਲ ਜਿਵੇਂ ਮਰਜ਼ੀ ਬਣਾ ਲੈਣਾ ਅ ਲੋਟ ਟੂਡੇ ਇਹਦਾ ਕੋਈ ਫਰਕ ਨਹੀਂ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਵਰਬ ਦੀ ਦੂਜੀ ਫਾਰਮ ਆ ਤੇ ਇਹ ਕਦੋਂ ਲੱਗੀ ਜਦੋਂ ਕੱਲਾ ਇੱਥੇ ਆ ਏ ਈ ਦੇ ਗੱਲ ਖਤਮ ਹੋ ਰਹੀ ਹੁੰਦੀ ਜੇ ਮੈਂ ਦੇ ਪਿੱਛੇ ਹੈ ਲਾਦਾ ਨਾ ਕਹਾਣੀਓ ਪਲਟ ਜੂਗੀ ਠੀਕ ਹੈ ਫੇਰ ਤੁਸੀਂ ਇਹ ਸਿੱਧਾ ਪ੍ਰੈਜ਼ੈਂਟ ਪਰਫੈਕਟ ਚ ਚਲਾ ਜਾਊਗਾ ਪਿਆ ਹੈ ਜਾਂ ਪਿਆਸੀ ਫਿਰ ਉਹ ਪਾਸਟ ਪਰਫੈਕਟ ਤੇ ਚਲਾ ਜਾਊਗਾ ਤਾਂ ਪਿਆ ਹੈ ਜਦੋਂ ਮੈਂ ਕਹਿੰਦਾ ਨਾ ਜਾਂ ਪੈ ਚੁੱਕਾ ਕਈ ਵਾਰ ਤਾਂ ਮੋਸਟ ਪੌਬਲੀਲੀ ਚੁੱਕਾ ਲੱਗਊ ਜੇ ਨਹੀਂ ਲੱਗਿਆ ਕਈ ਵਾਰ ਸਿੱਧਾ ਵੀ ਲਿਖ ਸਕਦੇ ਆ ਤਾਂ ਇਹ ਚੁੱਕਾ ਜਿਹਦਾ ਲੱਭਣਾ ਬਹੁਤ ਸੌਖਾ ਪਿਆ ਹੈ ਤੁੜ ਜੂਗੇ ਤਾਂ ਉੱਥੇ ਤੁਸੀਂ ਹੈ ਪੜਿਓ ਪਿੱਛੇ ਤਾਂ ਤੁਸੀਂ ਲਿਖਣਾ it has rained a lot today ਕਿਉਂਕਿ ਇਹਦੇ ਨਾਲ ਹੈਜ਼ ਜਾਊ ਤੇ ਰੇਨ ਦੀ ਤੀਜੀ ਫਾਰਮ ਹੁੰਦੀ ਹੈ ਰੇਨਡ it has rained a lot today ਕੀ ਅੱਜ ਬਹੁਤ ਮੀਂਹ ਪੈ ਚੁੱਕਾ ਹੈ ਤਾਂ ਫਿਰ ਕੀ ਕਰੋਗੇ ਹੈਜ਼ ਮੂਰੇ ਇਟ ਉਰੇ ਬਾਕੀ ਉਹ ਮੀ ਰੇਨਡ ਟੂਡੇ ਕੀ ਅੱਜ ਬਹੁਤਾ ਮੀਂਹ ਨਹੀਂ ਪਿਆ ਹੈ has ਦੇ ਨਾਲ not ਉਹ ਸਾਰਿਆਂ ਦੇ ਨਾਲ ਹੀ did ਦੇ ਨਾਲ ਵੀ not ਲੱਗ ਜੂ do ਦੇ ਨਾਲ ਵੀ not ਲੱਗ ਜੂ ਜਦੋਂ 네ਗੇਟਿਵ ਸੈਂਟੈਂਸ ਬਣਾਉਣਾ ਨਾ ਨਾਂ ਵਾਲਾ ਤਾਂ ਤੁਹਾਨੂੰ ਹੈਲਪਿੰਗ ਵਰਬ ਲਾਉਣਾ ਹੀ ਲਾਉਣਾ ਪਊਗਾ ਬਿਨਾ ਹੈਲਪਿੰਗ ਵਰਬ ਤੋਂ ਤੁਹਾਡਾ ਨਾਂ ਵਾਲਾ ਸੈਂਟੈਂਸ ਨਹੀਂ ਬਣ ਸਕਦਾ ਕਿਉਂਕਿ ਆਦਰਵਾਇਸ ਤਾਂ ਜਿਵੇਂ do does ਜਾਂ did ਚ ਆਪਾਂ ਦੇਖਿਆ ਸੀ ਕਿ ਇਹਨਾਂ ਤੋਂ ਬਿਨਾ ਵੀ ਸੈਂਟੈਂਸ ਬਣਦੇ ਨੇ ਪੋਜ਼ਿਟਿਵ ਤਾਂ ਉਥੇ ਤਾਂ ਵਰਬ ਦੀ ਦੂਜੀ ਫਾਰਮ ਜਾਂ ਪਹਿਲੀ ਫਾਰਮ ਦੇ ਨਾਲ اس r ies ਲਾ ਕੇ ਕੰਮ ਚੱਲੇ ਜਾਂਦਾ ਪਰ ਜਦੋਂ 네ਗੇਟਿਵ ਬਣਾਉਣਾ ਹੈ ਤਾਂ ਤੁਹਾਨੂੰ ਦੇਖਣਾ ਪਊ ਤੁਹਾਨੂੰ ਨਾਲ ਨਾਟ ਲੱਗਣ ਡੂ ਜਾਂ ਡਸ ਜਾਂ ਡਿਡ ਇਹਨਾਂ ਦੇ ਨਾਲ ਹੀ ਲੱਗੂਗਾ ਇਸ ਦੇ ਨਾਲ ਐਮ ਦੇ ਨਾਲ ਆਰ ਦੇ ਨਾਲ ਨਾਟ ਇਕੱਠੀ ਲੱਗੇ ਤੁਹਾਨੂੰ ਮਿਲੂਗਾ ਠੀਕ ਹੈ ਅੱਛਾ ਇੱਕ ਗੱਲ ਹੋਰ ਹੁੰਦੀ ਹੈ ਦੇ ਵਿੱਚ ਖਾਸ ਕੀ ਉਹਨਾਂ ਇਹ ਕੰਮ ਨਹੀਂ ਕੀਤਾ ਹੈ ਕੀ ਉਹਨਾਂ ਇਹ ਕੰਮ ਨਹੀਂ ਕੀਤਾ ਹੈ ਹੁਣ ਕੀ ਵੀ ਆ ਗਿਆ ਨਹੀਂ ਵੀ ਆ ਗਿਆ ਇਹਨਾਂ ਦੇ ਵਿੱਚ ਕਿਵੇਂ ਜਾਣਨੇ ਆ ਉਹਨਾਂ ਦਾ ਮਤਲਬ ਹੋ ਗਿਆ ਦੇ ਜਾਂ ਦੋਜ਼ ਦੇ ਆਊਗਾ ਬੇਸਿਕਲੀ ਉਹਨਾਂ ਮਤਲਬ ਉਹ ਬਹੁਤ ਸਾਰੇ ਨਹੀਂ ਤੇ ਦੇ ਦੇ ਕੇਸ ਦੇ ਵਿੱਚ ਸਾਨੂੰ ਵਰਤਣਾ ਪਊਗਾ ਹੈਵ ਹੈਵ ਦੇ ਹੁਣ ਨਹੀਂ ਦੇ ਨਾਲ ਤਾਂ ਹੈਵ ਨਾਟ ਲੱਗਣਾ ਚਾਹੀਦਾ ਪਰ ਜਿਵੇਂ ਬੀ ਵਾਲਾ ਕੇਸ ਆ ਨਾ ਜਦੋਂ ਮੂਰੇ ਲਾਉਣਾ ਤਾਂ ਉਰੇ ਵੀ ਨਾਟ ਨਹੀਂ ਲੱਗਣਾ ਸਬਜੈਕਟ ਤੋਂ ਬਾਅਦ ਨਾਟ ਲੱਗੂ ਹੈਵ ਦੇ ਨਾਟ ਡਨ ਥਿਸ ਵਰਕ ਹੈਵ ਦੇ ਨਾਟ ਡਨ ਥਿਸ ਵਰਕ ਸਮਝ ਗਏ ਤਾਂ ਨਾਟ ਵੀ ਹਮੇਸ਼ਾ ਕੱਠਾ ਨਹੀਂ ਜਾਂਦਾ ਚਾਹੇ ਉਹ ਡੈਡ ਹੈ ਡੈਡ ਤੋਂ ਵੀ ਹੀ ਤੋਂ ਬਾਅਦ ਨਾਟ ਚਾਹੇ ਉਹ ਡੂ ਹੈ ਡੂ ਹੀ ਤੋਂ ਬਾਅਦ ਨਾਟ ਮਤਲਬ ਜੇ ਹੀ ਸ਼ੀ ਜੋ ਵੀ ਲੱਗਿਆ ਹੋਇਆ ਤਾਂ ਨਾਟ ਵੀ ਇਸ ਤੋਂ ਬਾਅਦ ਜਾਂਦਾ ਹੈ ਬੀ ਲੱਗ ਗਿਆ ਬੀਨ ਲੱਗ ਗਿਆ ਗਿਆਊਗਾ ਸਾਰੇ ਮਤਲਬ ਮੂਰੇ ਕੱਲਾ ਹੀ ਲੱਗਦਾ ਹੁੰਦਾ ਵਿੱਚ ਵਿਚਾਲੇ ਤੁਹਾਨੂੰ ਸਬਜੈਕਟ ਲਿਆਉਣਾ ਪਊਗਾ ਨਾਲ ਬੀ ਬੀਨ ਨਾਟ ਕੁਝ ਵੀ ਹੈ ਉਹ ਹਮੇਸ਼ਾ ਸਬਜੈਕਟ ਤੋਂ ਬਾਅਦ ਤੁਹਾਡੇ ਕਰਤੇ ਤੋਂ ਬਾਅਦ ਜਾਊਗਾ ਠੀਕ ਹੈ ਆਗਲ ਨੋਟ ਰੱਖਿਓ ਬਣਤਰ ਹੈ ਯਾਰ ਇਹ ਬਣਤਰ ਤੇ ਹੀ ਸਵਾਲ ਬਣਨੇ ਆ ਇੱਥੇ ਉਲਝਾਉਣਗੇ ਲਓ ਜੀ ਪਾਸਟ ਪਰਫੈਕਟ ਕੋਈ ਫਰਕ ਨਹੀਂ ਬਸ ਚੁੱਕਾ ਸੀ ਚੁੱਕੇ ਸਨ ਚੁੱਕੀ ਸੀ ਤਾਂ ਇੱਥੇ ਹੈਡ ਲਾ ਦਿਓ ਬਸ ਇੱਥੇ ਤਾਂ ਕੋਈ ਚੱਕਰ ਹੀ ਨਹੀਂ ਚਾਹੇ ਆਈ ਹੈ ਚਾਹੇ ਵੀ ਹੈ ਚਾਹੇ ਦੇ ਹਰ ਇੱਕ ਨਾਲ ਹੈਡ ਲੱਗਣਾ ਤੇ ਵਰਬ ਦੀ ਤੀਜੀ ਫਾਰਮ ਲੱਗਣੀ ਹੈ ਉਹੋ ਇਹ ਕੰਮ ਕਰ ਚੁੱਕਾ ਸੀ ਜਾਂ ਉਹਨੇ ਇਹ ਕੰਮ ਕਰ ਲਿਆ ਸੀ ਉਹਨੇ ਇਹ ਕੰਮ ਕਰ ਲਿਆ ਕੱਲਾ ਲਿਆ ਤੇ ਛੱਡਤਾ ਤਾਂ ਤਾਂ ਫਿਰ ਪਾਸਟ ਇਨਡੈਫਿਨਿਟ ਹੋ ਗਿਆ ਠੀਕ ਹੈ ਜੇ ਤੁਸੀਂ ਲਿਆ ਸੀ ਲਾਤਾ ਫਿਰ ਪਾਸਟ ਪਰਫੈਕਟ ਚ ਆ ਗਿਆ ਆਈ ਹੈਵ ਡਨ ਥਿਸ ਵਰਕ ਮੈਂ ਇਹ ਕੰਮ ਕਰ ਚੁੱਕਿਆ ਸੀ ਇਟ ਹੈਡ ਰੇਨਡ ਅ ਲੋਟ ਟੂਡੇ ਅੱਜ ਬਹੁਤ ਮੀਂਹ ਪਿਆ ਸੀ ਜੱਜ ਬਹੁਤ ਮੀਂਹ ਪੈ ਚੁੱਕਾ ਸੀ ਕੀ ਅੱਜ ਬਹੁਤ ਮੀਂਹ ਪਿਆ ਸੀ ਹੈਡ ਇਟ ਰੇਨਡ ਅ ਲੋਟ ਟੂਡੇ ਉਹੀ ਹੈ ਬਿਲਕੁਲ ਸੇਮ ਹੈ ਬਸ ਪਿੱਛੇ ਸੀਸੀ ਵਾਲਾ ਕਨਸੈਪਟ ਹੈ ਠੀਕ ਹੈ ਤਾਂ ਆਪਾਂ ਟਾਈਮ ਨਹੀਂ ਖਰਾਬ ਕਰਾਂਗੇ ਜੋ ਇਹਦੇ ਵਿੱਚ ਸਮਝਾਇਆ ਸੇਮ ਚੀਜ਼ ਹੈ ਬਸ ਪਿੱਛੇ ਸੀ ਆ ਜਾਊਗਾ ਤਾਂ ਕਰਕੇ ਮੈਨੂੰ ਹੈਡ ਲਾਉਣਾ ਪੈ ਗਿਆ ਪਾਸਟ ਦਾ ਸਿਮਿਲਰਲੀ ਅਸੀਂ ਯੂਜ਼ ਕਰਦੇ ਹਾਂ ਫਿਊਚਰ ਦੇ ਵਿੱਚ ਚੁੱਕਾ ਹੋਵੇਗਾ ਇਹ ਕੰਮ ਖਤਮ ਹੋ ਚੁੱਕਾ ਹੋਵੇਗਾ ਉਹ ਫਟਬਾਲ ਖੇਡ ਚੁੱਕੇ ਹੋਣਗੇ ਠੀਕ ਹੈ ਉਹਨਾਂ ਨੇ ਰੋਟੀ ਖਾ ਲਈ ਹੋਊਗੀ ਜਦੋਂ ਕੰਮ ਹੋ ਚੁੱਕਿਆ ਹੋਵੇ ਉਦੋਂ will ਦੇ ਨਾਲ ਹੈਬ ਤੇ ਨਾਲ ਵਰਬ ਦੀ ਤੀਸਰੀ ਫਾਰਮ ਮਤਲਬ will have ਪਲੱਸ ਵਰਬ ਦੀ ਤੀਸਰੀ ਫਾਰਮ ਇਹ ਸਾਨੂੰ ਦੇਖਣ ਨੂੰ ਮਿਲਦੀ ਹੈ ਠੀਕ ਹੈ ਹੁਣ ਉਹੀ ਉਹ ਫੁੱਟਬਾਲ ਖੇਡ ਚੁੱਕੇ ਹੋਣਗੇ ਸੌਰੀ ਸੋ ਦੌਹੀ ਲੱਗੇਗਾ ਹੁਣ ਉਹ ਚੁੱਕੇ ਹੋਣਗੇ ਜੇ ਤਾਂ ਬਹੁਤੇ ਨੇ ਤਾਂ ਦੇ will have ਬਾਰਬ ਦੀ ਤੀਜੀ ਫਾਰਮ ਪਲੇਡ ਫੁੱਟਬਾਲ ਦੇ will have ਪਲੇਡ ਫੁੱਟਬਾਲ ਮੈਂ ਫੁੱਟਬਾਲ ਖੇਡ ਚੁੱਕਾ ਹੋਵਾਂਗਾ ਆਈ will have ਪਲੇਡ ਫੁੱਟਬਾਲ ਉਹ ਕਾਰ ਚਲਾ ਚੁੱਕਿਆ ਹੋਵੇਗਾ ਹੀ ਵਿਲ ਹੈਵ ਡਰਿਵਨ ਆ ਕਾਰ ਸਮਝ ਗਏ ਕਿਸ ਤਰੀਕੇ ਨਾਲ ਲਾਉਣਾ ਕੀ ਉਸਨੇ 5 ਵਜੇ ਤੱਕ ਆਪਣਾ ਕੰਮ ਖਤਮ ਕਰ ਲਿਆ ਹੋਵੇਗਾ ਹੁਣ ਉਹੀ ਗੱਲ ਆ ਗਈ ਕਿ ਵਿਲ ਨਾਲ ਹੈਵ ਆ ਨਾ ਤਾਂ ਇਹ ਇਕੱਠੇ ਨਹੀਂ ਆਉਣਗੇ ਫਿਰ ਜਦੋਂ ਮੂਹਰੇ ਲੱਗੂਗਾ ਤਾਂ ਵਿਲ ਦੇ ਹੈਵ ਫਿਨਿਸ਼ਡ देयर वर्क बाय 5 ओ क्लॉक की उन्होंने अपना काम 5 बजे तक खत्म कर लिया होएगा की उन्होंने अपना काम 5 बजे तक खत्म कर लिया ਹੋਏਗਾ ਮਤਲਬ ਖਤਮ ਕਰ ਚੁੱਕੇ ਨੇ ਕੰਮ ਹੋ ਚੁੱਕਿਆ ਠੀਕ ਹੈ ਵਿਲ ਦੇ ਹੈਵ ਫਿਨਿਸ਼ਡ देयर ਵਰਕ ਇਥੇ ਇਕੱਲੇ ਲਈ ਕੀ ਉਹ 5 ਵਜੇ ਤੱਕ ਆਪਣਾ ਖਤਮ ਕਰ ਚੁੱਕਾ ਹੋਵੇਗਾ ਕੰਮ ਵਿਲ ਹੀ ਹੈਵ ਫਿਨਿਸ਼ਡ ਹਿਸ ਵਰਕ ਕਹਿਣ ਦਾ ਮਤਲਬ ਆ ਕਿ ਆ ਜਿਹੜਾ ਵੀ ਹੈਲਪਿੰਗ ਵਰਬ ਹੋਊਗਾ ਇਹਦੇ ਮੂਰੇ ਵਿਲ ਜਾਊ ਬਾਅਦ ਚ ਹੈਵ ਲੱਗੂਗਾ ਠੀਕ ਹੈ ਵਿਲ ਦਾ ਕੰਸਰਟ ਹੈਵ ਸਟਾਰਟਡ ਬਾਈ 20 ਮਿੰਟਸ ਕੀ ਇਹ ਜਿਹੜਾ ਵੀ ਪਲੇ ਹੋਣ ਵਾਲਾ ਕੰਸਰਟ ਕੁਛ ਵੀ ਕੋਈ ਇਵੈਂਟ ਹੋਣ ਵਾਲਾ ਇਹ 20 ਮਿੰਟ ਦੇ ਵਿੱਚ ਸ਼ੁਰੂ ਹੋ ਚੁੱਕਾ ਹੋਵੇਗਾ ਜਾਂ 20 ਮਿੰਟ ਦੇ ਵਿੱਚ ਸ਼ੁਰੂ ਹੋ ਜਾਏਗਾ ਜਿਵੇਂ ਆਂ ਕਹ ਲਈਏ ਠੀਕ ਹੈ ਤਾਂ ਜਦੋਂ ਵੀ ਇਹ ਚੀਜ਼ ਇਹ ਬਿਲ ਦਾ ਕੰਸਰਟ ਹੈਵ ਕੰਸਰਟ ਫੇਰ ਵਿੱਚ ਆ ਗਿਆ ਹੈਵ ਇਸ ਤੋਂ ਬਾਅਦ ਲੱਗੂਗਾ ਸਮਝ ਗਏ ਤੇ ਜਦੋਂ ਦੂਜੀ ਗੱਲ ਆ ਵੀ ਖਾਸ ਗੱਲ ਹੈ ਇਹਦੇ ਵਿੱਚ ਜਦੋਂ 네ਗੇਟਿਵ ਸੈਂਟੈਂਸ ਹੈ ਇੱਥੇ ਤੁਸੀਂ ਇਹ ਨਹੀਂ ਲਾਉਣਾ ਕਿ ਵਿਲ ਹੈਵ ਨਾ ਵਿਲ ਨਾਟ ਤੁਸੀਂ ਲਾਉਣਾ ਵਿਲ ਨਾਟ ਹੈਵ ਠੀਕ ਹੈ ਅਗਲੀ ਗੱਲ ਜੇ ਕੀ ਵਾਲਾ ਵਰਡ ਆ ਜੀ ਮਤਲਬ ਜਿਵੇਂ ਕੀ ਨਾਲ ਉਤੋਂ ਨੈਗੇਟਿਵ ਸੈਂਟੈਂਸ ਹੈ ਕੀ ਉਸਨੇ ਕੀ ਉਸਨੇ ਜਾਂ ਉਹੀ ਲਾਓ ਕੀ ਉਹ ਰੋਟੀ ਨਹੀਂ ਖਾ ਚੁੱਕਾ ਹੋਊਗਾ ਚੁੱਕਾ ਹੋਏਗਾ ਠੀਕ ਹੈ ਹੁਣ ਚੁੱਕਾ ਹੋਏਗਾ ਤਾਂ ਤੁਸੀਂ ਕੀ ਲਾਉਂਗੇ ਉਹ ਹੈ ਤਾਂ ਹੀ will he not have ਠੀਕ ਹੈ ਇੱਥੇ ਨਹੀਂ will not he have ਲਾ ਦੂੰ ਕਿਤੇ ਗਲਤ ਹੋ ਜੂ will he not have ਪਰ ਵੀ ਤੀਜੀ ਫਾਰਮ ਈਟ ਏਟ ਈਟਨ ਚਪਾਤੀ ਕਹਿ ਲਓ ਜਾਂ ਫੂਡ ਕਹਿ ਲਓ not eaten ਚਪਾਤੀ ਇਹ ਬਣੋ ਮੇਰਾ ਕਨਸੈਪਟ ਆ ਸਮਝਾਉਣ ਦਾ ਮਤਲਬ ਸੀ ਕਿ not be have ਨਾਲ ਚਿਪਕਿਆ ਹੋਊਗਾ ਪਰ ਵਿਲ ਤੋਂ ਬਾਅਦ ਨਹੀਂ ਸਬਜੈਕਟ ਤੋਂ ਬਾਅਦ not have ਪਿੱਛੇ ਜਾਊਗਾ ਕਲੀਅਰ ਹੈ ਆ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿੱਥੇ ਗੜਬੜ ਹੋਊਗੀ ਇਹੀ ਗੜਬੜ ਫੜ ਸੈੱਟ ਕਰਨੀ ਆਪਾਂ ਨੇ ਅੱਗੇ ਆਓ ਤਾਂ ਲਾਸਟ ਚਾਰ ਰਹਿ ਗਏ ਚਲੋ ਇਹਨੂੰ ਵੀ ਛੇਤੀ ਛੇਤੀ ਨਿਵੇੜਦੇ ਆ ਪ੍ਰੈਜ਼ੈਂਟ ਪਰਫੈਕਟ ਫਿਰ ਆਪਾਂ ਪ੍ਰੈਕਟਿਸ ਤੇ ਆਲਾਂਗੇ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਜਦੋਂ ਕੰਮ ਹੋ ਰਿਹਾ ਹੋਵੇ ਪਰ ਨਾਲ ਸਮਾਂ ਦਿੱਤਾ ਹੋਵੇ ਮਤਲਬ ਕੰਟੀਨਿਊਸ ਹੈ ਜਿਵੇਂ ਉੱਥੇ ਮੈਂ ਕਹਿ ਰਿਹਾ ਸੀਗਾ ਕਿ ਰਿਹਾ ਹੈ ਰਹੀ ਹੈ ਰਿਹਾ ਰਹੇ ਹਨ ਤਾਂ ਉਹ ਤਾਂ ਮੇਰੇ ਕੋਲੇ ਇਕੱਲਾ ਕੰਟੀਨਿਊਸ ਸੀ ਇਜ਼ ਐਮ ਆਰ ਲਾਉਂਦਾ ਸੀਗਾ ਮੈਂ ਨਾਲ ਪਲੱਸ ਆਈ ਐਨ ਜੀ ਵਰਬ ਦੀ ਪਹਿਲੀ ਫਾਰਮ ਦੇ ਨਾਲ ਹਣਾ ਇਹੀ ਪੜਿਆ ਮੈਂ ਹੁਣ ਤੱਕ ਪਰ ਜਦੋਂ ਮੈਨੂੰ ਨਾਲ ਸਮਾਂ ਦਿੱਤਾ ਕਿ ਮੀ ਸਵੇਰ ਦੇ 4 ਵਜੇ ਦਾ ਪਹਿ ਰਿਆ ਜਾਂ ਫਿਰ ਉਹ ਸਵੇਰ ਦੇ 7 ਵਜੇ ਤੋਂ ਖੇਡਣ ਲੱਗਿਆ ਹੋਇਆ ਹੈ ਤਾਂ ਉਸ ਕੇਸ 'ਚ ਅਸੀਂ ਇਹਨੂੰ ਚੱਕ ਕੇ ਲੈ ਜਾਣਾ ਹੈ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ 'ਚ ਇਹਦੇ ਵਿੱਚ ਹੈਜ਼ ਤੇ ਹੈਵ ਦਾ ਜਿਵੇਂ ਪਹਿਲਾਂ ਇਸਤੇਮਾਲ ਹੁੰਦਾ ਸੀ ਕਿ ਇਕੱਲੇ ਨਾਲ ਹੈਜ਼ ਬਹੁਤੇ ਨਾਲ ਹੈਵ ਤੇ ਆਈ ਨਾਲ ਹੈਵ ਜਾਉ ਨਾਲ ਬਸ ਬੀਨ ਲੱਗ ਜਾਂਦਾ ਹੈ ਤੇ ਵਰਬ ਦੀ ਪਹਿਲੀ ਫਾਰਮ ਰਹੂਗੀ ਤੇ ਨਾਲ ਆਈ ਐਨ ਜੀ ਇਹ ਕੰਟੀਨਿਊਸ ਵਾਲਾ ਰੂਲ ਸੇਮ ਹੈ ਕਿ ਵਰਬ ਦੀ ਪਹਿਲੀ ਫਾਰਮ ਦੇ ਪਿੱਛੇ ਆਈ ਐਨ ਜੀ ਲਾਉਂਗੇ ਪਰ ਇੱਥੇ ਹੈਜ਼ ਹੈਵ ਨਾਲ ਬੀਨ ਲਾਉਣਾ ਪੈਂਦਾ ਜਿਵੇਂ ਉਹ ਤਿੰਨ ਸਾਲਾਂ ਤੋਂ ਪੇਪਰਾਂ ਦੀ ਤਿਆਰੀ ਕਰ ਰਹੀ ਹੈ ਉਹ 3 ਸਾਲਾਂ ਤੋਂ ਪੇਪਰਾਂ ਦੀ ਤਿਆਰੀ ਕਰ ਰਹੀ ਹੈ ਹੁਣ ਸ਼ੀ ਠੀਕ ਹੈ ਸ਼ੀ ਮੈਨੂੰ ਪਤਾ ਸ਼ੀ ਨਾਲ ਹੈਜ਼ ਲੱਗਦਾ ਹੈਜ਼ ਬੀਨ ਤਿਆਰੀ ਕਰਨਾ ਹੁੰਦਾ ਪ੍ਰਪੇਅਰ ਪ੍ਰਪੇਅਰਿੰਗ ਕਿਉਂਕਿ ਇਹਦੇ ਨਾਲ ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀਉ ਪ੍ਰਪੇਅਰਿੰਗ ਕਾਦੇ ਲਈ ਫਾਰ ਐਗਜ਼ਾਮਸ ਹੁਣ ਆ ਚੀਜ਼ ਸਮਝਣ ਵਾਲੀ ਹੈ ਫਾਰ 3 ইয়ার্স ਇੱਥੇ ਇੱਕ ਨਵੇਂ ਸ਼ਬਦ ਇਸਤੇਮਾਲ ਹੁੰਦੇ ਨੇ ਸਿንስ ਤੇ ਫਾਰ ਜੇ ਤਾਂ ਮੈਨੂੰ ਮਤਲਬ ਗਿਣਤੀ ਚ ਕੋਈ ਚੀਜ਼ ਦਿੱਤੀ ਹੋਵੇ ਜਿਵੇਂ ਤੁਸੀਂ ਕਹੋ ਚਾਰ ਸਾਲਾਂ ਤੋਂ ਪੰਜ ਸਦੀਆਂ ਤੋਂ ਐਵੇਂ ਫੇਰ ਤਾਂ ਮੈਂ ਇਸਤੇਮਾਲ ਕਰਦਾ ਫਾਰ ਦਾ ਟਾਈਮ ਲਿਖਣ ਵਾਸਤੇ ਜੇ ਮੈਂ ਉਹ ਲਿਖਦਾ ਕਿ ਉਹ ਸਵੇਰ ਤੋਂ ਪੇਪਰ ਦੀ ਤਿਆਰੀ ਕਰ ਰਹੀ ਹੈ ਜੇ ਇੱਥੇ ਹੁੰਦਾ ਕਿ ਉਹ 3 ਸਾਲਾਂ ਤੋਂ ਨਹੀਂ ਮੈਂ ਇਹਨੂੰ ਮਿਟੇਦਾ ਨਾ ਇੱਥੇ ਮੈਂ ਲਿਖ ਦਿੰਦਾ ਕਿ ਉਹ ਸਵੇਰ ਤੋਂ ਜਦੋਂ ਐਂ ਫਿਕਸ ਟਾਈਮ ਆ ਜੇ ਕਿ ਸਵੇਰ ਤੋਂ ਫਿਰ ਮੈਂ ਕੀ ਕਰਦਾ ਹੁਣ 4 ਸਾਲਾਂ ਚ ਤਾਂ ਮੈਨੂੰ ਪਤਾ ਨਹੀਂ ਨਾ ਕਿ ਕਿਹੜੇ ਕਦੋਂ ਤੋਂ ਲੱਗੀ ਹੋਈ ਹੈ ਉਹ ਠੀਕ ਹੈ ਤਾਂ ਇਸ ਕੇਸ ਦੇ ਵਿੱਚ ਮੈਂ ਲਿਖਣਾ ਸੀਗਾ ਸਿੰਸ she has been preparing for exam since morning ਸਵੇਰ ਸ਼ਾਮ ਰਾਤ ਦੁਪਹਿਰ ਸੈਂਸ ਨਾਲ ਜਾਣਗੇ ਗਿਣਤੀ ਚ ਜਾਊਗਾ ਤਾਂ ਫੋਰ ਨਾਲ ਜਾਣਗੇ ਜਿਵੇਂ ਹੋਰ ਦੇਖ ਲੈਣੇ ਆਪਾਂ ਜਿਵੇਂ ਆ ਇੱਥੇ ਆ ਜੂ ਕਹਿੰਦਾ ਮੋਹਿਤ ਸਵੇਰ ਦਾ ਨਾਵਲ ਪੜ ਰਿਹਾ ਹੈ ਮੋਹਿਤ ਹੈਜ਼ ਬੀਨ ਸਟੱਡਿੰਗ ਬਸ ਸਟੱਡਿੰਗ ਕਰਨਾ ਗਲਤ ਹੈ ਰੀਡਿੰਗ ਲਵ ਮੋਹਨ ਹੈਜ਼ ਬੀਨ ਰੀਡਿੰਗ ਨੋਵਲ ਸਿንስ ਮਾਰਨਿੰਗ ਸਵੇਰ ਤੋਂ ਦਾ ਸੈਂਸ ਲਾ ਦੋ ਸਿਮਿਲਰਲੀ ਮੰਡੇ ਫਿਕਸ ਹੈ ਜਦੋਂ ਗਿਣਤੀ ਆ ਗਈ ਫਿਰ ਅਥਰ ਸਿንስ ਦੀ ਜਗ੍ਹਾ ਫੋਰ ਲੱਗ ਜਾਂਦਾ ਹੁਣ ਜਿਵੇਂ ਕੀ ਉਹ ਸਵੇਰ ਦਾ ਕੰਪਿਊਟਰ ਤੇ ਗੇਮ ਖੇਡ ਰਿਹਾ ਹੈ ਮੈਂ ਕਹ ਰਿਹਾ ਕੀ ਉਹ ਸਵੇਰ ਦਾ ਕੰਪਿਊਟਰ ਤੇ ਗੇਮ ਖੇਡ ਰਿਹਾ ਹੈ ਮਤਲਬ ਸਮਾ ਆ ਗਿਆ ਵਿੱਚ ਸਮਾ ਆ ਗਿਆ ਤਾਂ ਪਰਫੈਕਟ ਕੰਟੀਨਿਊਸ ਪਰ ਮੂਰੇ ਕੀ ਹੈ ਤੇ ਕੁਐਸਚਨ ਮਾਰਕ ਹੈ ਤਾਂ ਕੀ ਦੇ ਕੇਸ ਚ ਉਹ ਹੈ ਉਹ ਨਾਲ ਤਾਂ ਹੈਜ਼ ਜਾਂਦਾ ਹੈ ਤਾਂ ਉਰੇ ਹੀ ਰੱਖੋ ਉਰੇ ਲਾਤਾ ਮੈਂ ਹੈਜ਼ ਹੈਜ਼ ਹੀ ਹੁਣ ਬੀਨ ਤਾਂ ਇਕੱਠਾ ਨਹੀਂ ਲੱਗ ਸਕਦਾ ਆਪਾਂ ਨੂੰ ਪਤਾ ਕਿ ਹੀ ਤੋਂ ਬਾਅਦ ਹੀ ਜਾਣਾ ਚਾਹੀਦਾ ਹੈਜ਼ ਹੀ ਬੀਨ ਖੇਡਣ ਦਾ ਮਤਲਬ ਹੋ ਗਿਆ ਪਲੇ ਪਰ ਪਲੇ ਨਹੀਂ ਲੱਗੂ ਪਲੇਇੰਗ ਲੱਗੂ ਕਿਉਂਕਿ ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ ਲਾਉਣਾ ਪਲੇਇੰਗ ਕੰਪਿਊਟਰ ਗੇਮ ਸਮਾਗੀ ਦਿੱਤਾ ਮੰਡੇ ਤੋਂ ਕੀ ਉਹ ਸਵੇਰ ਨਹੀਂ ਅਤੇ ਭਾਈ ਸੋਮਵਾਰ ਸੀ ਮੈਂ ਕਿ ਸਵੇਰ ਗਲਤ ਲੱਗ ਗਿਆ ਕੀ ਉਹ ਸੋਮਵਾਰ ਤੋਂ ਜੇ ਸਵੇਰ ਹੁੰਦਾ ਫਿਰ ਤਾਂ ਸੈਂਸ ਮਾਰਨਿੰਗ ਸਿੱਧੀ ਲਿਖ ਦੋਗੇ ਸਵੇਰ ਤਾਂ ਵੀ ਮੇਰੇ ਕੋਲ ਸੈਂਸ ਸੀ ਆਫ ਸੈਂਸ ਮੰਡੇ ਓਹੋ ਸੋਮਵਾਰ ਦਾ ਕਿ ਉਹ ਸੋਮਵਾਰ ਦਾ ਕੰਪਿਊਟਰ ਦੀ ਗੇਮ ਖੇਡਣ ਲੱਗਿਆ ਹੋਇਆ ਹੈ ਲੱਗਿਆ ਹੋਇਆ ਨਹੀਂ ਕਹੂੰਗੀ ਖੇਡ ਰਿਹਾ ਹੈ ਰਿਹਾ ਵਿੱਚ ਜ਼ਰੂਰ ਆਉ ਕਿਉਂਕਿ ਕੰਟੀਨਿਉਟੀ ਦਿਖਾਉਣੀ ਹੈ ਸਮਝ ਗਏ ਤਾਂ ਮੈਨੂੰ ਲੱਗਦਾ ਕਿ ਸਮਝ ਲੱਗੀ ਗੱਲ ਆਜੋ ਅੱਗੇ ਜੇ ਭਈ ਇਹਦੇ ਵਿੱਚ ਸੀ ਆ ਜੇ ਤਾਂ ਕੁਝ ਨਹੀਂ ਕਰਨਾ ਬਸ ਇੱਥੇ ਲਿਖਣਾ ਹੀ ਰਹਿ ਗਿਆ ਕਿ ਹੈਡ ਲਾ ਦਿਓ ਹੈਡ ਦੇ ਨਾਲ ਬੀਨ ਤੇ ਬਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ ਲੱਗ ਜੂ ਸਿንስ ਫੋਰ ਓ ਮਾਈ ਦੇ ਹੈਡ ਬੀਨ ਯੂਜ਼ਿੰਗ ਆਈਫੋਨ ਫਾਰ 2 ਇਅਰਸ ਉਹ ਦੋ ਸਾਲਾਂ ਤੋਂ ਆਈਫੋਨ ਵਰਤ ਰਿਹਾ ਰਹੇ ਹਨ ਰਹੇ ਸਨ ਸੌਰੀ ਉਹ ਦੋ ਸਾਲਾਂ ਤੋਂ ਆਈਫੋਨ ਵਰਤ ਰਹੇ ਸਨ ਦੇ ਕਿਉਂਕਿ ਬਹੁਤ ਸਾਰੇ ਨੇ ਸਨ ਆ ਗਿਆ ਪਿਛੇ ਨਹੀਂ ਤਾਂ ਸੀ ਆਉਣਾ ਸੀ ਵਰਤ ਰਿਹਾ ਸੀ ਜਿਸੀ ਹੁੰਦਾ ਤਾਂ ਹੀ ਲ ਆਉਂਦੇ ਰਹੀ ਹੈ ਹੈਡ ਬੀਨ using iphone ਕਿਉਂਕਿ ਗਿਣਤੀ ਦੇਤੀ 2 3 4 5 ਤਾਂ ਫੋਰ ਲਾਤਾ ਫੋਰ ਟੂ ইয়ারਸ ਠੀਕ ਹੈ ਮੈਂ 2 ਸਾਲਾਂ ਤੋਂ ਪੜ੍ਹਾ ਰਿਹਾ ਹਾਂ ਪੜ੍ਹਾ ਰਿਹਾ ਸੀ ਮੈਂ 2 ਸਾਲਾਂ ਤੋਂ ਪੜ੍ਹਾ ਰਿਹਾ ਸੀ ਜੇ ਹਾਂ ਤਾਂ ਹੈਵ ਸੀ ਤਾਂ ਆਈ ਹੈਵ ਬੀਨ ਟੀਚਿੰਗ ਇੰਗਲਿਸ਼ ਫੋਰ 2 ইয়ারਸ ਮੈਂ 2 ਸਾਲਾਂ ਤੋਂ ਅੰਗਰੇਜ਼ੀ ਪੜ੍ਹਾ ਰਿਹਾ ਸੀ ਠੀਕ ਹੈ ਕੀ ਉਹ 2 ਮਹੀਨਿਆਂ ਤੋਂ ਫੁੱਟਬਾਲ ਖੇਡ ਰਹੇ ਹਨ ਕੀ ਉਹ 2 ਮਹੀਨਿਆਂ ਤੋਂ ਮੈਂ ਲਿਖ ਰਿਹਾ ਕਿ ਉਹ 2 ਮਹੀਨਿਆਂ ਤੋਂ ਫਟਵਾਲ ਖੇੜ ਰਹੇ ਹਨ ਹੁਣ ਦੇਖੋ ਕੀ ਲੱਗਿਆ ਇਹਦਾ ਮਤਲਬ ਮੂਰੇ ਆਉਣਾ ਚਾਹੀਦਾ ਇੱਥੇ ਤਾਂ ਕੋਈ ਰੌਲਾ ਹੀ ਨਹੀਂ ਹੈਡ ਹੀ ਲੱਗਣਾ ਤਾਂ ਹੈਡ ਹੀ ਮੂਰੇ ਆ ਗਿਆ ਹੈਡ ਹਨ ਮਤਲਬ ਬਹੁਤ ਸਾਰੇ ਨੇ ਤਾਂ ਇੱਥੇ ਆ ਗਿਆ ਦੇ had they been ਖੇਡਣ ਦਾ ਪਲੇਇੰਗ ਕੀ ਕਿਹਾ ਫੁੱਟਬਾਲ ਹੁਣ ਕੀ 2 ਮਹੀਨੇ ਫੋਰ 2 ਮੰਥਸ ਜੇ ਗਿਣਤੀਆਂ ਦਾ ਫੋਰ ਲਾ ਦੋ ਨਹੀਂ ਪਾਈ ਫਿਰ ਕੀ ਲਾ ਦੋ ਨਹੀਂ ਸਿੰਪਲੀ ਆਪਾਂ ਨੇ ਕੀ ਲਾਉਣਾ ਸਿੰਸ ਸਿੰਸ ਮਾਰਨਿੰਗ ਠੀਕ ਹੈ ਸਿੰਸ ਮੰਡੇ ਸਿੰਸ ਜਨਵਰੀ ਜਦੋਂ ਐਂ ਦਿੱਤਾ ਹੋਵੇ ਸਿੰਪਲ ਠੀਕ ਹੈ ਫਿਕਸ ਦਿੱਤਾ ਹੋਵੇ ਤਾਂ ਗੱਲ ਕਲੀਅਰ ਹੋ ਗਈ ਤਾਂ ਆਹੀ ਆਪਣੇ ਟੈਂਸ ਨੇ ਬੇਸਿਕਲੀ ਐਵੇਂ ਆਪਣੇ ਕੋਲੇ ਫਿਊਚਰ ਦਾ ਹੋ ਕਿ ਉਹ ਪਿਛਲੇ 4 ਘੰਟਿਆਂ ਤੋਂ ਪੜਾ ਰਿਹਾ ਹੋਵੇਗਾ ਉਹ ਪਿਛਲੇ 10 ਘੰਟਿਆਂ ਤੋਂ ਸੌਂ ਰਹੀ ਹੋਏਗੀ ਠੀਕ ਹੈ ਜਦੋਂ ਟਾਈਮ ਆ ਗਿਆ ਨਾਲ ਤਾਂ ਪਰਫੈਕਟ ਕੰਟੀਨਿਊਸ ਤਾਂ ਇਹਦੇ ਵਿੱਚ ਓਮੇ ਵਿਲ ਹੈਵ ਦਾ ਹੀ ਇਸਤੇਮਾਲ ਹੋਊ ਪਰ ਪਿੱਛੇ ਬੀਨ ਲੱਗ ਜਾਊਗਾ ਤੇ ਵਰਬ ਦੀ ਪਹਿਲੀ ਫਾਰਮ ਨਾਲ आईएनजी ਜਿਵੇਂ ਉਹ ਪੰਜ ਸਾਲਾਂ ਤੋਂ ਦੇ ਵਿਲ ਹੈਵ ਬੀਨ ਟੀਚਿੰਗ ਫ੍ਰੈਂਚ ਫਾਰ 5 ইয়ার্স বাই দা এন্ড ਆਫ ਦਿਸ ਇਸ ਸਾਲ ਦੇ ਅੰਤ ਤੱਕ ਉਹ ਪਿਛਲੇ ਪੰਜ ਸਾਲਾਂ ਤੋਂ ਫ੍ਰੈਂਚ ਪੜਾ ਰਿਹਾ ਹੋਵੇਗਾ ਮਤਲਬ ਜਦੋਂ ਉਹਦੇ ਆ ਸਾਲ ਦਾ ਐਂਡ ਆ ਗਿਆ ਤਾਂ ਉਹਨੂੰ ਪੰਜ ਸਾਲ ਪੂਰੇ ਹੋ ਜਾਣਗੇ ਫ੍ਰੈਂਚ ਪੜਾਉਂਦੇ ਨੂੰ ਉਹਨਾਂ ਨੂੰ ਦੇ ਵਿਲ ਹੈਵ ਬੀਨ ਟੀਚਿੰਗ ਫ੍ਰੈਂਚ ਫੋਰ ਫਾਈਵ イヤーズ ਰੂਲ ਸੇਮ ਹੈ ਯਾਰ ਬਸ ਵਿਲ ਹੈਵ ਬੀਨ ਦਾ ਇਸਤੇਮਾਲ ਹੋ ਗਿਆ ਓਮੀ ਬਿੱਲ ਕੱਲਾ ਲੱਗੂ ਫਿਰ ਦੇ ਲਾ ਦਿਓ ਫਿਰ ਬੀਨ ਲਾ ਦਿਓ ਠੀਕ ਹੈ ਮਤਲਬ ਵਿਲ ਦੇ ਹੈਵ ਬੀਨ ਲਾ ਦਿਓ ਹੈਵ ਰਹਿ ਗਿਆ ਸੀ ਇਥੇ ਹੈਵ ਬੀਨ ਜੇ ਐ ਆ ਗਿਆ ਜਿਵੇਂ ਆ ਸੀ ਬਿੱਲ ਯੂ ਹੈਵ ਬੀਨ ਵਰਕਿੰਗ ਫੋਰ ਲੌਂਗ ਟਾਈਮ ਕੀ ਤੁਸੀਂ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ ਬਿੱਲ ਯੂ ਹੈਵ ਬੀਨ ਠੀਕ ਹੈ ਤਾਂ ਮਤਲਬ ਯੂ ਦੇ ਨਾਲ ਆ ਹੈਵ ਬੀ ਨਦਰ ਨਿਕਲ ਜੂਗਾ ਬਿਲ ਇਧਰ ਨਿਕਲ ਜੂਗਾ ਜੇ ਤੁਹਾਡੇ ਕੋਲੇ ਨਾਟ ਆ ਜੇ ਤਾਂ ਕਿਵੇਂ ਲਾਉਂਗੇ ਜਿਵੇਂ ਇੱਥੇ ਇਹਦਾ ਮਤਲਬ ਤਾਂ ਕੀ ਹੋ ਗਿਆ ਕੀ ਬਿਲ ਯੂ ਹੈਵ ਬੀਨ ਮੇਕਿੰਗ ਅ ਕੇਕ ਇਨ ਦਾ ਕਿਚਨ ਕੀ ਤੁਸੀਂ ਰਸੋਈ ਦੇ ਵਿੱਚ ਕੇਕ ਬਣਾ ਰਹੇ ਹੋਵੋਗੇ ਜਿਵੇਂ ਕਹਿ ਰਹੇ ਹਾਂ ਦਾ ਕੀ ਤੁਸੀਂ ਰਸੋਈ ਦੇ ਵਿੱਚ ਕੇਕ ਨਹੀਂ ਬਣਾ ਰਹੇ ਹੋਵੋਗੇ ਤਾਂ ਤੁਸੀਂ ਕੀ ਕਰਨਾ ਸੀ ਬਿਲ ਯੂ ਨਾਟ have been ਸਹੀ ਹੈ ਨਹੀਂ ਇਹਦਾ ਬਣਨਾ ਸੀ will you ਸਲਾ ਕਰੈਕਟ ਬਣਨਾ ਸੀਗਾ ਇਸ ਤਰੀਕੇ ਨਾਲ will you not have been will you not have been ਬਾਕੀ ਆਹੀ ਮੇਕਿੰਗ ਅ ਕੇਕ ਇਨ ਦਾ ਕਿਚਨ ਮਤਲਬ not ਤੋਂ ਬਾਅਦ have been ਜਾਣਾ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਯਾਦ ਰੱਖਣੀਆਂ ਪੈਣਗੀਆਂ ਜੇ ਕਰੈਕਟ ਕਰਨਾ ਚਾਹੁੰਦੇ ਆਪਾਂ ਸੈਂਟੈਂਸ ਸਮਝ ਗਏ ਤਾਂ ਏ ਸੀ ਦੇ ਆਪਣੇ ਸੈਂਟੈਂਸ ਹੁਣ 1 2 ਕੁਝ ਹੋਰ ਇੰਪੋਰਟੈਂਟ ਚੀਜ਼ਾਂ ਮੈਂ ਦੱਸਣ ਜਾ ਰਿਹਾ ਜਿਹੜੀਆਂ ਤੁਹਾਡੇ ਪੇਪਰਾਂ 'ਚ ਪੁੱਛੀਆਂ ਗਈਆਂ ਨੇ ਤੇ ਉਹਦੇ ਨਾਲ ਰਿਲੇਟਡ ਸਾਨੂੰ ਪਤਾ ਹੋਣਾ ਚਾਹੀਦਾ ਇੱਕ ਕੇਸ ਹੁੰਦਾ ਰਿਸਪੌਂਸਿਬਿਲਟੀ ਕੇਸ ਰਿਸਪੌਂਸਿਬਿਲਟੀ ਕੇਸ ਦਾ ਮਤਲਬ ਹੋ ਗਿਆ ਵੀ ਤੁਹਾਨੂੰ ਆਹ ਕੰਮ ਕਰਨਾ ਹੀ ਪਊਗਾ ਯਾਰ ਤੁਹਾਨੂੰ ਇਹ ਕੰਮ ਕਰਨਾ ਹੀ ਪਊਗਾ ਜਾਂ ਤੁਹਾਨੂੰ ਆਹ ਕੰਮ ਕਰ ਹੀ ਕਰ ਜਿਵੇਂ ਮੈਨੂੰ ਚੰਡੀਗੜ੍ਹ ਜਾਣਾ ਹੀ ਪੈਣਾ ਹੈ ਜਮੈ ਨੂੰ ਚੰਡੀਗੜ੍ਹ ਜਾਣਾ ਹੀ ਪੈਣਾ ਸੀ ਆਈ ਹੈਡ ਟੂ ਗੋ ਟੂ ਚੰਡੀਗੜ੍ਹ ਮੈਨੂੰ ਇਹ ਕੰਮ ਕਰਨਾ ਹੀ ਪਏਗਾ ਵਿਲ ਹੈਵ ਟੂ ਮਤਲਬ ਉਹ ਤਾਂ ਗਾਗੇਗੀ ਦੀ ਵਾਅਦਾ ਜੇ ਕੱਲੀ ਸੀ ਹੈ ਉਹ ਤਾਂ ਗੱਲ ਵਿਲ ਉਹਦੋਂ ਵਰਤੋਂਗੇ ਜਦੋਂ ਗਾਗੇ ਮੈਨੂੰ ਇਹ ਕੰਮ ਕਰਨਾ ਹੀ ਪਏਗਾ ਆਈ ਵਿਲ ਹੈਵ ਟੂ ਡੂ ਥਿਸ ਵਰਕ ਮਤਲਬ ਆਈ ਵਿਲ ਹੈਵ ਟੂ ਡੂ ਥਿਸ ਵਰਕ ਮੈਨੂੰ ਇਹ ਕੰਮ ਕਰਨਾ ਹੀ ਪਊਗਾ ਠੀਕ ਹੈ ਜੈ ਆਈ ਹੈਵ ਟੂ ਕਵਰ ਐਨਟਾਇਰ ਸਿਲੇਬਸ ਟੂ ਕਲੀਅਰ ਦਾ ਐਗਜ਼ਾਮ ਪੇਪਰ ਕਲੀਅਰ ਕਰਨ ਲਈ ਮੈਂ ਮੈਨੂੰ ਸਾਰਾ ਸਿਲੇਬਸ ਪੂਰਾ ਕਰਨਾ ਹੀ ਪੈਣਾ ਹੈ ਠੀਕ ਹੈ ਗਾਗੇ ਗੀਤ ਦੇ ਵਿੱਚ ਵਿਲ ਹੈਵ ਹੋ ਗਿਆ ਤਾਂ ਹੈਜ਼ ਟੂ ਹੈਵ ਟੂ ਇਨਾ ਸਾਰਿਆਂ ਨਾਲ ਜਦੋਂ ਪਿੱਛੇ ਟੂ ਲੱਗਿਆ ਮਿਲ ਰਿਹਾ ਨਾ ਇਹਦਾ ਮਤਲਬ ਰਿਸਪੌਂਸਿਬਿਲਟੀ ਕੇਸ ਹੈ ਮਤਲਬ ਤੁਹਾਨੂੰ ਉਹ ਕੰਮ ਕਰਨਾ ਹੀ ਪਊਗਾ ਤੇ ਦੂਜੀ ਗੱਲ ਇਹਦੇ ਨਾਲ ਵਰਬ ਦੀ ਹਮੇਸ਼ਾ ਪਹਿਲੀ ਫਾਰਮ ਲੱਗੂਗੀ ਆਈ ਵਿਲ ਹੈਵ ਟੂ ਕਵਰ ਹੁਣ ਕਵਰ ਆਊਗਾ ਨਾ ਕਿ ਕਵਰਡ ਕਿਉਂਕਿ ਵਰਬ ਦੀ ਪਹਿਲੀ ਫਾਰਮ ਕਵਰ ਹੈ ਦੂਜੀ ਆਜੂਗੀ ਕਵਰਡ ਤੇ ਤੀਜੀ ਵੀ ਆਹੀ ਹੈ ਇਹਨਾਂ 'ਚ ਕੋਈ ਵੀ ਨਹੀਂ ਲੱਗਣੀ ਠੀਕ ਹੈ ਤਾਂ ਇਸ ਚੀਜ਼ ਦਾ ਖਾਸ ਧਿਆਨ ਰੱਖਿਓ ਹੁਣ ਅੱਗੇ ਦੇਖਦੇ ਹਾਂ ਹੁਣ ਜਿਵੇਂ ਆ ਇੱਕ ਕੇਸ ਹੈ ਇਹ ਵੀ ਇੰਪੋਰਟੈਂਟ ਹੈ ਜਦੋਂ ਉਹ ਆਏਗਾ ਮੈਂ ਚਲਾ ਜਾਵਾਂਗਾ ਐਕਚੁਅਲ ਜੀ ਕੀ ਹੋਣਾ ਚਾਹੀਦਾ ਵੈਨ ਹੀ ਵਿਲ ਕਮ ਆਈ ਸ਼ਲ ਗੋ ਕਿਉਂਕਿ ਮੈਂ ਤਾਂ ਇਹੀ ਪੜਾਇਆ ਹੁਣ ਤੱਕ ਤੁਹਾਨੂੰ ਕਿ ਗਾਗੇ ਦੀ ਆਵਾਜ਼ ਆ ਗਈ ਤਾਂ ਸਮਝ ਲਿਓ ਜੀ ਵੈਲ ਸ਼ੈਲ ਵਰਤਿਆ ਜਾਣਾ ਚਾਹੀਦਾ ਵੈਨ ਜਦੋਂ ਵੈਨ ਹੀ ਵਿਲ ਕਮ ਜਦੋਂ ਉਹ ਆਏਗਾ ਆਈ ਸ਼ਲ ਗੋ ਬਾਇ ਰੂਲ ਤਾਂ ਸਹੀ ਹੋਣਾ ਚਾਹੀਦਾ ਹਨਾ ਪਰ ਇਹ ਸਹੀ ਨਹੀਂ ਹੈਗਾ ਕਿ ਹੋਣੀ ਹੈਗਾ ਹੁਣ ਇਹ ਸਮਝਾਉਣਾ ਜਦੋਂ ਤੁਹਾਡੇ ਕੋਲੇ ਅਲੱਗ-ਅਲੱਗ ਬੰਦਿਆਂ ਤੇ ਐਵੇਂ ਲੱਗਦਾ ਵੀ ਇੱਥੇ ਉਹ ਆ ਰਿਹਾ ਮੈਂ ਜਾ ਰਿਹਾ ਦੋ ਬੰਦੇ ਅਲੱਗ-ਅਲੱਗ ਹੋਗੇ ਨਾ ਆਹ ਅਲੱਗ ਬੰਦਾ ਹੈ ਆਹ ਅਲੱਗ ਬੰਦਾ ਹੈ ਉਦੋਂ ਆਹ ਰੂਲ ਕੰਮ ਨਹੀਂ ਕਰਦਾ ਸੇਮ ਜੇ ਤਾਂ ਇਹ ਸੇਮ ਬੰਦਾ ਹੁੰਦਾ ਮਤਲਬ ਮੈਂ ਰੋਟੀ ਖਾਧੀ ਫੇਰ ਮੈਂ ਪਹਿਲਾਂ ਮੈਂ ਰੋਟੀ ਖਾਊਂਗਾ ਫੇਰ ਮੈਂ ਸੌਂਜੂਗਾ ਫੇਰ ਤਾਂ ਜਿਵੇਂ ਮਰਜ਼ੀ ਲਓ आई विल टेक फूड आई विल स्लीप ਲਿਖਿਆ ਜਾਊਗਾ ਕੋਈ ਗਲਤੀ ਨਹੀਂ ਸੇਮ ਪਰਸਨ ਤੇ ਕੋਈ ਰੌਲਾ ਨਹੀਂ ਪੈਂਦਾ ਪਰ ਜਦੋਂ ਵੱਖਰੇ ਵੱਖਰੇ ਇੱਥੇ ਬੰਦਾ ਆਉਣ ਵਾਲਾ ਕੋਈ ਹੋਰ ਕੰਮ ਕਰ ਰਿਹਾ ਹੈ ਜਾਣ ਵਾਲਾ ਕੋਈ ਲੱਗ ਹੈ ਉਸ ਕੇਸ ਦੇ ਵਿੱਚ ਅਸੀਂ ਕੀ ਕਰਦੇ ਹਾਂ ਜਿਹੜਾ ਕੰਮ ਪਹਿਲਾਂ ਹੋਣਾ ਹੁੰਦਾ ਹੈ ਪਹਿਲਾਂ ਕੀ ਹੋਣਾ ਪਹਿਲਾ ਉਹ ਆਊਗਾ ਫੇਰ ਉਹ ਜਾਊਗਾ ਤਾਂ ਆਉਣ ਵਾਲੇ ਨਾਲ ਅਸੀਂ ਲਾ ਦਨੇ ਆ ਪ੍ਰੈਜ਼ੈਂਟ ਇਨਡੈਫਿਨਿਟ ਪ੍ਰੈਜ਼ੈਂਟ ਇਨਡੈਫਿਨਿਟ ਤੇ ਇਹਦੇ ਨਾਲ ਸਾਡਾ ਕੀ ਜਾਊਗਾ ਫਿਊਚਰ ਜੋ ਨਾਰਮਲ ਬਣਨਾ ਚਾਹੀਦਾ ਸੀ ਜੋ ਪਹਿਲਾਂ ਹੋ ਰਿਹਾ ਟਾਸਕ ਜੋ ਪਹਿਲਾਂ ਕੰਮ ਹੋ ਰਿਹਾ ਹੈ ਉਹਦੇ ਨਾਲ ਪ੍ਰੈਜ਼ੈਂਟ ਇਨਡੈਫਿਨਿਟ ਪ੍ਰੈਜ਼ੈਂਟ ਇਨਡੈਫਿਨਿਟ ਚ ਮੈਨੂੰ ਪਤਾ ਹੈ ਕਿ ਬਰਬ ਦੀ ਪਹਿਲੀ ਫਾਰਮ ਦੇ ਨਾਲ ਐਸ ਜਾਂ ਈਐਸ ਲੱਗ ਜਾਂਦਾ ਜਾਂ ਫਿਰ ਡੂ ਡਸ ਦਾ ਮੈਂ ਇਸਤੇਮਾਲ ਕਰਦਾ ਹਾਂ ਤਾਂ ਇਹਦਾ ਕਰੈਕਟ ਕੀ ਬਣਨਾ ਚਾਹੀਦਾ ਫਿਰ ਵੈਨ ਹੀ ਕਮਜ਼ ਜਦੋਂ ਉਹ ਆਊਗਾ ਆਈ ਵਿਲ ਗੋ ਵੈਰੀ ਇੰਪੋਰਟੈਂਟ ਕਾਫੀ ਇੰਪੋਰਟੈਂਟ ਕੇਸ ਹੈ ਧਿਆਨ ਨਾਲ ਨੋਟ ਕਰਿਓ when he comes i will go ਕਲਾ ਕਨਸਟੇਬਲ ਇਨੀ ਕਈ ਪੇਪਰਾਂ ਦੇ ਵਿੱਚ ਇਸ ਕੈਟਾਗਰੀ ਦੇ ਸਵਾਲ ਚੰਗੇ ਪੇਪਰ ਤੇ ਤੁਹਾਨੂੰ ਪੁੱਛੇ ਜਾ ਸਕਦੇ ਆ ਚਾਹੇ ਐਸਐਸ ਬੋਰਡ ਪੁੱਛਦਾ ਠੀਕ ਹੈ ਬਾਕੀ ਆ ਕੋਈ ਵੀ ਨਹੀਂ ਬਣ ਸਕਦੇ ਠੀਕ ਹੈ ਓਨਲੀ অপਸ਼ਨ 2 ਇਜ਼ கரੈਕਟ ਇੱਕ ਹੋਰ ਸਪੈਸ਼ਲ ਕੇਸ ਹੈ ਜਦੋਂ ਉਹ ਆਇਆ ਮੈਂ ਚਲਾ ਗਿਆ ਇੱਥੇ ਦੋਨਾਂ ਦੇ ਵਿੱਚ ਆ ਏ ਈ ਦੀ ਆਵਾਜ਼ ਆ ਫਿਰ ਹਨਾ ਤੁਸੀਂ ਕਹੋਗੇ ਜੀ ਇੱਥੇ ਤਾਂ ਆ ਪਾਸਟ ਇਨਡੈਫਿਨਿਟ ਲੱਗਣਾ ਚਾਹੀਦਾ ਤੇ ਪਾਸਟ ਇੰਡੈਫਿਨਿਟ ਚ ਮੈਨੂੰ ਪਤਾ ਵਰਬ ਦੀ ਦੂਜੀ ਫਾਰਮ ਆ ਜਾਂ ਫਿਰ ਡਿਡ ਦੇ ਨਾਲ ਵਰਬ ਦੀ ਪਹਿਲੀ ਫਾਰਮ ਆਹੀ ਚੀਜ਼ਾਂ ਲੱਗਦੀਆਂ ਇਹੀ ਪੜ੍ਹ ਕੇ ਆਇਆ ਪਿੱਛੇ ਤੇ ਇਸ ਹੱਬ ਨਾਲ ਤਾਂ ਜਦੋਂ ਉਹ ਆਇਆ ਬੈਨ ਹੀ ਕੇਮ ਜਦੋਂ ਉਹ ਆਇਆ ਆਈ ਵੈਂਟ ਮੈਂ ਚਲਾ ਗਿਆ ਆਹੀ ਸਹੀ ਹੁੰਣਾ ਬਣਦਾ ਪਰ ਇਹਦੇ ਚ ਵੀ ਇਹ ਨਹੀਂ ਸਹੀ ਹੋਊਗਾ ਇਹਦੇ ਚ ਕਿਵੇਂ ਸਹੀ ਹੁੰਦਾ ਫਿਰ ਪਾਸਟ ਵਾਲੇ ਕੇਸ ਦੇ ਵਿੱਚ ਅਸੀਂ ਕੀ ਕਰਦੇ ਆ ਇੱਥੇ ਵੀ ਉਹੀ ਰੂਲ ਹੈ ਇੱਥੇ ਉਹ ਤੇ ਮੈਂ ਹੋਣ ਕਰਕੇ ਯਾਨੀ ਕਿ ਵੱਖਰੇ ਵੱਖਰੇ ਬੰਦੇ ਹੋਣ ਕਰਕੇ ਰੌਲਾ ਪਿਆ ਜੇ ਸੇਮ ਹੋਵੇ ਫਿਰ ਤੁਸੀਂ ਜੋ ਨਾਰਮਲ ਰੂਲ ਹੈ ਉਹਦੇ ਹਿਸਾਬ ਨਾਲ ਹੀ ਚੱਲੋਗੇ ਫਿਰ ਤੁਸੀਂ ਆਹੀ ਸਹੀ ਹੋਣਾ ਸੀ ਤੁਹਾਡਾ ਜੇ ਉੱਥੇ ਹੁੰਦਾ ਕਿ ਜਦੋਂ ਮੈਂ ਆਇਆ ਮੈਂ ਚਲਾ ਗਿਆ ਵੈਨ ਆਈ ਕੇਮ ਆਈ ਵੈਂਟ ਫਿਰ ਸਹੀ ਸੀ ਆਪਣੇ ਆਪ ਦੇ ਵਿੱਚ ਫਿਰ ਨਹੀਂ ਗਲਤ ਕਰ ਸਕਦੇ ਪਰ ਜਦੋਂ ਵੱਖਰੇ ਵੱਖਰੇ ਨੇ ਫਿਰ ਤੁਹਾਡੇ ਕੋਲ கரੈਕਟ ਬਣੂਗਾ ਆਹਾ ਵੈਨ ਹੀ ਹੈਡ ਕਮ ਆਈ ਵੈਂਟ ਮਤਲਬ ਕਿ ਜੋ ਪਹਿਲਾਂ ਹੋਇਆ ਉਹ ਪਰਫੈਕਟ ਪਾਸਟ ਪਰਫੈਕਟ ਚ ਬਦਲ ਦੋ ਪਾਸਟ ਪਰਫੈਕਟ ਚ ਸਾਨੂੰ ਪਤਾ ਕੀ ਹੁੰਦਾ ਹੈ ਕਿ ਹੈਡ ਦੇ ਨਾਲ ਵਰਬ ਦੀ ਤੀਜੀ ਫਾਰਮ ਹੁਣ ਕਮ ਕੇਮ ਕਮ ਠੀਕ ਹੈ ਕਮ ਦੀ ਇਹੀ ਹੁੰਦੀ ਹੈ ਪਹਿਲੀ ਕਮ ਦੂਜੀ ਕੇਮ ਹੁੰਦੀ ਹੈ ਤੀਜੀ ਵੀ ਕਮ ਹੀ ਹੁੰਦੀ ਹੈ ਮੇਰੇ ਕੋਲੇ ਤਾਂ ਹੀ ਇੱਥੇ ਦੁਬਾਰਾ ਕਮ ਲੱਗ ਗਿਆ ਵੈਨ ਹੀ ਹੀ ਹੈਡ ਕਮ ਆਈ ਵੈਂਟ ਐਸ ਇਟ ਇਜ਼ ਰਹਿ ਗਿਆ ਤਾਂ ਦੋ ਰੂਲ ਜ਼ਰੂਰੀ ਯਾਦ ਰੱਖਿਓ ਕਿ ਇੱਥੇ ਪ੍ਰੈਜ਼ੈਂਟ ਇੰਡੈਫੀਨਿਟ ਬਣ ਜਾਂਦਾ ਜਦੋਂ ਫਿਊਚਰ ਵਾਲਾ ਕੇਸ ਹੈ ਜਦੋਂ ਪਾਸਟ ਵਾਲਾ ਕੇਸ ਹੈ ਤਾਂ ਪਾਸਟ ਪਰਫੈਕਟ ਉਹ ਚੀਜ਼ ਜਿਹੜੀ ਪਹਿਲਾਂ ਹੋਈ ਹੋਊਗੀ ਠੀਕ ਹੈ ਜਿਹੜੀ ਪਹਿਲਾਂ ਹੋਈ ਹੋਊਗੀ ਉਹ ਚੀਜ਼ ਨਾਲ ਤੁਸੀਂ ਪ੍ਰੈਜ਼ੈਂਟ ਕਿਉਂਕਿ ਇੱਥੇ ਪਹਿਲਾਂ ਉਹ ਆਇਆ ਤੇ ਚਲਾ ਉਹ ਬਾਅਦ ਚ ਗਿਆ ਠੀਕ ਹੈ ਐਵੇਂ ਕੋਈ ਵੀ ਸੈਂਟੈਂਸ ਬਣਾ ਸਕਦੇ ਨੇ ਜਿਵੇਂ ਉਸਨੇ ਪਹਿਲਾਂ ਜਿਵੇਂ ਕੁਲਫੀ ਖਾਧੀ ਫਿਰ ਉਹ ਬਿਮਾਰ ਹੋ ਗਿਆ ਤਾਂ ਬਿਮਾਰਤਾ ਬਾਅਦ ਚ ਹੋਇਆ ਪਹਿਲਾਂ ਕੁਲਫੀ ਖਾਈ ਤਾ ਖਾਣ ਵਾਲੀ ਨੂੰ ਖਾਧੀ ਸੀ ਹੈ ਜੇ ਤਾਂ ਹੈਡ ਨਾਲ ਬਣਾ ਦਿਓ ਬਿਮਾਰ ਹੋਣ ਨੂੰ ਚੱਕ ਕੇ ਕਿਹਦੇ ਨਾਲ ਬਣਾ ਦਿਓ ਨਾਰਮਲ ਜੋ ਵੀ ਉਹਦੇ ਤੇ ਰੂਲ ਲੱਗ ਰਿਹਾ ਹੋ ਉਹਦੇ ਨਾਲ ਬਣਾ ਦਿਓ ਠੀਕ ਹੈ ਤਾਂ ਇਹ ਮੇਰੇ ਕੋਲੇ ਕੁਝ ਰੂਲਸ ਸੀ ਜਿਹੜੇ ਮੈਂ ਤੁਹਾਨੂੰ ਦੱਸਣੇ ਸੀ ਲਾਜ਼ਮੀ ਹੁਣ ਆਪਾਂ ਪ੍ਰੈਕਟਿਸ ਕੁਐਸਚਨਾਂ ਤੇ ਚੱਲਦੇ ਹਾਂ ਸਿੱਧਮ ਸਿੱਧੇ ਇੱਥੇ ਸਾਰੇ ਬੱਚੇ ਹੀ ਇਹਦਾ ਫਾਇਦਾ ਲੈ ਸਕਦੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਟੈਂਸ ਜਿਨ੍ਹਾਂ ਨੂੰ ਲੱਗਦੇ ਨੇ ਕਿ ਸਾਡੇ ਵੀਕ ਨੇ ਜਾਂ ਕੋਈ ਰਿਵਾਈਜ਼ ਕਰਨਾ ਚਾਹੁੰਦੇ ਨੇ ਉਹ ਸਾਰੇ ਇਸ ਘੰਟੇ ਦੇ ਲੈਕਚਰ ਜਿੰਨਾ ਆਪਣਾ ਹੋ ਚੁੱਕਿਆ ਉਹਨੂੰ ਸੁਣੋ ਚੰਗੀ ਤਰ੍ਹਾਂ ਨਾਲ ਸੁਣੋ ਜਿਨ੍ਹਾਂ ਦੇ ਖਾਸ ਕਰ ਬਹੁਤ ਵੀਕ ਨੇਗੇ ਉਹਨਾਂ ਨੂੰ ਤਾਂ ਬਹੁਤ ਲਾਜ਼ਮੀ ਆ ਪ੍ਰੈਕਟਿਸ ਵਾਲੇ ਕੁਐਸਚਨ ਸਾਰਿਆਂ ਲਈ ਉਹ ਬੈਸਟ ਨੇ ਠੀਕ ਆ ਸਾਰੇ ਹੀ ਕਰ ਲੈਣ ਦਾ ਸਾਰਿਆਂ ਲਈ ਉਹ ਬੈਟਰ ਹੋਣਗੇ ਜਦੋਂ ਮੈਂ ਪਾਣੀ ਪੀਤਾ ਮੇਰੀ ਪਿਆਸ ਬੁਝ ਗਈ ਠੀਕ ਹੈ ਜਦੋਂ ਮੈਂ ਪਾਣੀ ਪੀਤਾ ਮੇਰੀ ਪਿਆਸ ਬੁਝ ਗਈ ਹੁਣ ਇੱਥੇ ਮੈਂ ਹੀ ਪਾਣੀ ਪੀਤਾ ਮੇਰੀ ਹੀ ਪਿਆਸ 부ਜੀ ਹੈ ਠੀਕ ਹੈ ਇਹਦੇ ਚ ਸੇਮ ਇੰਡੀਵਿਜੂਅਲ ਐਕਸ਼ਨ ਹੈ ਜੇ ਸੇਮ ਇੰਡੀਵਿਜੂਅਲ ਐਕਸ਼ਨ ਹੈ ਫਿਰ ਪੀਤਾ ਆ ਏ ਈ ਗਈ ਈ ਇਦਾ ਮਤਲਬ ਪਾਸਟ ਇੰਡੈਫਿਨਿਟ ਯੂਜ਼ ਹੋਊਗਾ ਬਰਬ ਦੀ ਦੂਜੀ ਫਾਰਮ ਚੱਕੋ ਵੈਨ ਆਈ ਟੁਕ ਵਾਟਰ ਮਾਈ ਥਰਸਟ ਬਾ ਸੈਟੀਸਫਾਈਡ ਵੈਨ ਆਈ ਹੈਡ ਵਾਟਰ ਮਾਈ ਥਰਸਟ ਸੈਟੀਸਫਾਈਡ ਵੈਨ ਆਈ ਹੈਡ ਟੇਕਨ ਵਾਟਰ ਮਾਈ ਥਰਸਟ ਸੈਟੀਸਫਾਈਡ ਕਿਹੜਾ ਹੋਣਾ ਚਾਹੀਦਾ ਠੀਕ ਹੈ ਹੁਣ ਇੱਥੇ ਕੀ ਹੈ ਹੈਡ ਵਾਲਾ ਆ ਨਹੀਂ ਸਕਦਾ ਕਿਉਂਕਿ ਜੇ ਉਹ ਰਹੇ ਹੁੰਦਾ ਕਿ ਜਦੋਂ ਉਸਨੇ ਪਾਣੀ ਪੀਤਾ ਮੇਰੀ ਪਿਆਸ ਬੁਝ ਗਈ ਫੇਰ ਤੁਸੀਂ ਕਹਿੰਦੇ ਵਨ ਹੀ ਹੈਡ ਟੇਕਨ ਵਾਟਰ ਮਾਈ ਥਰਸਟ ਸੈਟੀਸਫਾਈਡ ਇਸੇ ਹੀ ਹੋ ਜਾਂਦਾ ਅਲੱਗ-ਅਲੱਗ ਹੁੰਦੇ ਜਦੋਂ ਸੇਮ ਨੇ ਤਾਂ ਇਹਦਾ ਮਤਲਬ ਇੱਥੇ ਦੋਨਾਂ ਦੇ ਵਿੱਚ ਆ ਵੀ ਪਾਸਟ ਫਾਰਮ ਦਿਖਾ ਰਿਹਾ ਵੈਸੇ ਤੋਰੇ ਹੋਣਾ ਚਾਹੀਦਾ ਥਰਸਟ ਸੈਟੀਸਫਾਈਡ ਪਰ ਮੇਰੇ ਕੋਲ ਆਪਸ਼ਨ ਇਹੋ ਜੀਆਂ ਨੇ ਹੈ ਤਾਂ ਇਹ ਵੀ ਪਾਸਟ ਦੀ ਆਪਸ਼ਨ ਹੀ ਹੈ ਨਾ ਵਾਸ ਬੁੱਧ ਗਈ ਪਾਸਟ ਹੋਣੀ ਦਿਖਾ ਰਿਹਾ ਤਾਂ ਇਹ ਵੀ ਮੇਰੇ ਕੋਲ கரੈਕਟ ਹੋ ਜਾਊਗਾ ਤਾਂ ਇਹਦਾ ਆਨਸਰ ਆ ਬਣੂਗਾ ਠੀਕ ਹੈ ਜੇ ਇੱਥੇ ਲਿਖਿਆ ਹੁੰਦਾ ਕਿ ਮਾਈ ਥਰਸਟ ਕੱਲਾ ਸੈਟੀਸਫਾਈਡ ਉਹ ਸਭ ਤੋਂ ਬੈਸਟ ਆਪਸ਼ਨ ਹੁੰਦੀ ਕੱਢਣ ਵਾਸਤੇ ਇਹ ਚੌਥੀ ਆਪਸ਼ਨ ਉਹ ਦਿੱਤੀ ਹੁੰਦੀ ਪਰ ਪੇਪਰ ਵਾਲਿਆਂ ਨੇ ਨਹੀਂ ਦਿੱਤੀ ਤਾਂ ਕੋਈ ਚੱਕਰ ਨਹੀਂ ਹੈਗਾ ਤਾਂ ਇਹ ਸਹੀ ਹੋ ਗਿਆ ਆ ਤਾਂ ਸਹੀ ਬਣਦੀ ਹੀ ਨਹੀਂ ਨਾ ਰੂਲ ਦੇ ਹਿਸਾਬ ਨਾਲ ਜੋ ਮੈਂ ਤੁਹਾਨੂੰ ਰੂਲ ਸਮਝਾਇਆਗਾ ਤਾਂ ਇਹ ਐਮਏ ਦੇ ਕੁਐਸਚਨ ਸਾਨੂੰ ਦੇਖਣ ਨੂੰ ਮਿਲਦੇ ਨੇ ਪੁਰਾਣੇ ਪੇਪਰ ਦੇ ਹੀ ਸਵਾਲ ਸੀਗਾ ਠੀਕ ਹੈ ਹੁਣ ਇੱਥੇ ਆ ਲੋ ਰਾਜ ਬਹੁਤ ਸੋਹਣਾ ਕਾਉਂਦਾ ਹੈ ਠੀਕ ਹੈ ਦਾ ਇਹ ਤੁਹਾਡੇ ਪੇਪਰ ਚ ਆਇਆ ਹੋਇਆ ਸਵਾਲ ਹੈ ਦਾ ਦਾ ਦੇ ਦੀ ਪ੍ਰੈਜ਼ੈਂਟ ਇਨ ਡੈਫੀਨਿਟ ਹੈ ਜੀ ਜੇ ਪ੍ਰੈਜ਼ੈਂਟ ਇੰਡੈਫਿਨਿਟ ਹੈ ਤਾਂ ਮੇਰੇ ਕੋਲੇ ਵਰਬ ਦੀ ਪਹਿਲੀ ਫਾਰਮ ਨਾਲ ਐਸ ਡਾ ਇਸ ਚੇਪ ਦੋ ਠੀਕ ਹੈ ਹੁਣ ਆਜੋ ਕਿਹੜਾ ਹੁੰਦਾ ਰਾਜ ਬਹੁਤ ਸੋਣਾ ਗੋਂਦਾ ਹੈ ਰਾਜ ਸਿੰਘ ਵੈਰੀ ਬਿਊਟੀਫੁਲੀ ਭਈ ਜੇ ਰਾਜ ਕੱਲਾ ਹੈ ਤਾਂ ਇੱਥੇ ਸਿੰਘ ਕੱਲਾ ਤਾਂ ਆ ਨਹੀਂ ਸਕਦਾ ਸਿੰਘ ਦੇ ਨਾਲ ਤਾਂ ਐਸ ਜੀ ਐਸ ਹੋਣਾ ਚਾਹੀਦਾ ਨਹੀਂ ਹੋ ਸਕਦਾ ਰਾਜ ਦੇ ਬਿਊਟੀਫੁਲ ਸਿੰਘ ਕੋ ਬਹੁਤ ਵਧੀਆ ਗਵਈਆ ਹੈ ਇਹ ਤਾਂ ਉਹਨੇ ਪੁੱਛਿਆ ਹੀ ਨਹੀਂ ਰਾਜ sings very beautifully ਆ ਆਪਣੇ ਆਪ ਚ ਠੀਕ ਐ ਸੈਂਗ ਆ ਗਿਆ ਰਾਜ ਨੇ ਬਹੁਤ ਵਧੀਆ ਗਾਇਆ ਇੱਥੇ ਆ ਜੂਗਾ ਫਿਰ ਰਾਜ ਨੇ ਬਹੁਤ ਵਧੀਆ ਗਾਇਆ ਕਿਉਂਕਿ ਸੈਂਗ ਵਰਬ ਦੀ ਦੂਜੀ ਫਾਰਮ ਐ ਇਹਦਾ ਮਤਲਬ ਪਾਸਟ ਚਲਾ ਗਿਆ ਪਾਸਟ ਤਾਂ ਫਿਰ ਆ ਏ ਈ ਦੀ ਵਜ ਦਿੰਦਾ ਤਾਂ ਇਹਦਾ ਮਤਲਬ ਹੋਊਗਾ ਰਾਜ ਨੇ ਬਹੁਤ ਸੋਹਣਾ ਗਾਇਆ ਤਾਂ ਇਹ ਆਪਣੇ ਆਪ ਚ ਕਹਿਣਾ ਠੀਕ ਰਹੂਗਾ ਸਮਝ ਗਏ ਤਾਂ ਕਿਵੇਂ ਕੱਢਿਆ ਆਪਾਂ ਨੇ ਆਨਸਰ ਰੂਲ ਐ ਯਾਰ ਇਹ ਰੂਲ ਪਿਛਲੇ ਤੁਸੀਂ ਨਹੀਂ ਸਮਝਦੇ ਚੰਗੀ ਤਰੀਕੇ ਨਾਲ ਆਨਸਰ ਨਹੀਂ ਨਿਕਲੂਗਾ ਤੁਹਾਡੇ ਨੂੰ ਠੀਕ ਐ ਅਦਰਭਈ ਤੁਸੀਂ ਬਿਡੇ ਛੱਟ ਨਾਲ ਕੱਢ ਲੋਗੇ ਆਜੋ ਕਮਰਾ ਸਾਫ ਕਰੋ ਕਮਰਾ ਸਾਫ ਕਰੋ ਵੈਰੀ ਸਿੰਪਲ ਹੈ ਤਾਂ ਕਲੀਨ ਦਾ ਰੂਮ ਕਮਰਾ ਸਾਫ ਕਰੋ ਕੀਪ ਦਾ ਰੂਮ ਕਲੀਨ ਹੁਣ ਇਹਦਾ ਕੀ ਮਤਲਬ ਹੈ ਕੀਪ ਦਾ ਰੂਮ ਕਲੀਨ ਕਮਰੇ ਨੂੰ ਸਾਫ ਰੱਖੋ ਇਹ ਤਾਂ ਉਹਨੇ ਪੁੱਛਿਆ ਹੀ ਨਹੀਂ ਤਾਂ ਹੋ ਨਹੀਂ ਸਕਦਾ ਕੀਪ ਇਟ ਕਲੀਨ ਹੇਅਰ ਇਹਨੂੰ ਇੱਥੇ ਸਾਫ ਕਰਕੇ ਰੱਖ ਦਿਓ ਜੈਨੂੰ ਇੱਥੇ ਸਾਫ਼ ਕਰਕੇ ਰੱਖੋ ਕਲੀਨ ਦਿਸ ਰੂਮ ਇਸ ਕਮਰੇ ਨੂੰ ਸਾਫ਼ ਕਰ ਦੋ 21 ਵਜੇ ਦਾ ਕਲੀਨ ਦਾ ਰੂਮ ਇਹ ਤਾਂ ਬਹੁਤ ਸੌਖਾ ਸੀ ਸ਼ਾਇਦ ਸਭ ਨੇ ਕੱਢ ਲਿਆ ਹੋਊਗਾ ਆਜੋ ਉਸ ਕੋਲ ਵੱਡਾ ਘਰ ਹੈ ਹੁਣ ਉਹਦੇ ਕੋਲ ਹੈ ਘਰ ਠੀਕ ਹੈ ਤਾਂ ਕੋਲ ਹੋਣ ਨੂੰ ਹੈ ਆ ਹੁਣ ਤੁਸੀਂ ਉਹ ਕੱਢਣਾ ਇਹਦਾ ਆਨਸਰ ਦੇਖੋ ਜੇ ਕੁਝ ਵੀ ਨਹੀਂ ਆਉਂਦਾ ਰੂਲ ਤਾਂ ਆਉਂਦੇ ਨੇ ਨਾ ਹੈਡ ਕਦੋਂ ਆਊਗਾ ਜਦੋਂ ਸੀ ਦੀ ਆਵਾਜ਼ ਆਊ ਵਿੱਚ ਕਿਤੇ ਨਾ ਕਿਤੇ ਸੀ ਤਾਂ ਕਿਤੇ ਹੈ ਨਹੀਂ ਚੱਕ ਦੋ ਵਿਲ ਕਦੋਂ ਆਊਗਾ ਜਦੋਂ ਗਾ ਗਏਗੀ ਪਿੱਛੇ ਕਿਤੇ ਦਿਖੂਗਾ ਠੀਕ ਹੈ ਉਹ ਵੀ ਕਿਤੇ ਹੈ ਨਹੀਂ ਚੱਕ ਦੋ ਆਪਸ਼ਨਾਂ ਰਹਿ ਗਈਆਂ ਦੋ ਜਾਂ ਹੀ ਹੈਜ਼ ਜਾਂ ਹੀ ਹੈਵ ਹੁਣ ਇੰਨਾ ਤਾਂ ਤੁਹਾਨੂੰ ਤੁਸੀਂ ਨੇ ਪੜ ਹੀ ਲਿਆ ਕਿ ਹੀ ਦੇ ਨਾਲ ਜਾਂ ਸ਼ੀ ਦੇ ਨਾਲ ਹੈਜ਼ ਜਾਂਦਾ ਹੈਵ ਤਾਂ ਜਾਂਦਾ ਹੀ ਨਹੀਂ ਤਾਂ ਇਹਨੂੰ ਵੀ ਖਤਮ ਕਰ ਦੋ ਇੱਕੋ ਹੀ ਆਪਸ਼ਨ ਰਹਿ ਗਈ ਦੇਖੋ ਇਹ ਫਾਇਦਾ ਜਦੋਂ ਆਪਾਂ ਐ ਪੜਦੇ ਹਾਂ ਨਾ ਡਿਟੇਲ ਚ ਐ অপਸ਼ਨਲ ਇਮਿਊਨਟ ਐਂਗ ਹੋ ਜਾਂਦੀਆਂ ਨੇ ਸੱਧੀਆਂ ਤੇ ਸਿੱਧਾ ਆਨਸਰ ਸਾਡੇ ਕੋਲੇ ਨਿਕਲ ਜਾਂਦਾ ਚਾਹੇ ਸਾਨੂੰ ਅੰਗਰੇਜ਼ੀ ਬਣਾਉਣੀ ਆਉਂਦੀ ਹੈ ਨਹੀਂ ਆਉਂਦੀ ਸਾਡੀ ਬਕਾਇਬ ਮਾੜੀ ਹੈ ਜੇ ਰੂਲ ਆਉਂਦੇ ਨੇ ਨਾ ਤੁਹਾਡੇ ਕੁਐਸਚਨ 3-4 ਬਣ ਜਾਣਗੇ ਤੇ ਮੈਂ ਇਹੀ ਇਸ ਬਿਹਾਰਫ ਤੇ ਹੀ ਐਡਾ ਵੱਡਾ ਲੰਬਾ ਲੈਕਚਰ ਬਣਾਇਆ ਹੈਗਾ ਕਿ ਤੁਸੀਂ ਉਹ ਰੂਲਸ ਨੂੰ ਜਰੂਰ ਸਮਝੋ ਯਾਰ ਆ ਜਾਓਗੇ ਉਸ ਨੂੰ ਸੱਚ ਬੋਲਣਾ ਪਵੇਗਾ ਗਾਗੇਗੀ ਬਈ ਗਾਗੇਗੀ ਯਾਰ ਸਿੱਧਮ ਸਿੱਧਾ ਸਵਾਲ ਹੈ ਤੁਸੀਂ ਦੇਖੋ ਸਿੱਧਮ ਸਿੱਧਾ ਪਤਾ ਨਹੀਂ 2-3 ਜਿੰਨੇ ਵੀ ਤੁਹਾਡੇ ਨੰਬਰ ਨੇ ਗਾਗੇ ਕੀ ਦੀਵਾ ਆਦਾ ਤਾਂ ਵੈਲ ਸ਼ੈਲ ਲੱਗੂ ਗਈ ਲੱਗੂਗਾ ਨਾ ਉਰੇ ਆ ਵੈਲ ਸ਼ੈਲ ਨਾ ਉਰੇ ਆ ਵੈਲ ਸ਼ੈਲ ਨਾ ਉਰੇ ਆ ਇੱਕ ਚੀਜ਼ ਹੈ ਹੀ ਵਿਲ ਸਪੀਕ ਟਰੂਥ ਸੱਚ ਬੋਲੇਗਾ ਕੁਛ ਵੀ ਨਹੀਂ ਯਾਰ ਸਵਾਲਾਂ ਦੇ ਵਿੱਚ ਤੁਸੀਂ ਆਪ ਦੇਖ ਲਓ ਹੁਣ ਜੇ ਤੁਸੀਂ ਰੂਲ ਵਿਹਾਰ ਚੱਲ ਰਹੇ ਹੋ ਇੱਥੇ ਫਿਰ ਫਰਕ ਰਹਿ ਜਾਂਦਾ ਨਾ ਆਪਣਾ ਜਿਹੜੇ ਰੂਰਲ ਏਰੀਆ ਤੋਂ ਆਪਣੇ ਕੋਲ ਸਟੂਡੈਂਟ ਹੈਗੇ ਨੇ ਜਿਹੜੇ ਇਹਨੂੰ ਸੁਣ ਰਹੇ ਹੋਣਗੇ ਜਿਹੜੇ ਤੁਸੀਂ ਕਹਿ ਲੋ ਕਿ ਦੂਸਰੀ ਬੈਲਟ ਦੇ ਨੇ ਜਾਂ ਕਨਵੈਂਟ ਸਕੂਲ ਵਾਲੇ ਨੇ ਉਹਨਾਂ ਲਈ ਇਹ ਸਵਾਲ ਕੁਝ ਵੀ ਨਹੀਂ ਹੈਗੇ ਪਰ ਆਪਾਂ ਸਕੋਰ ਇੱਥੇ ਦੇ ਗਵਾ ਰਹੇ ਆ ਤਾਂ ਪਿੱਛੇ ਰਹਿ ਜਾਾਂਗੇ ਇਹ ਸਕੋਰ ਗਵਾਉਣ ਵਾਲਾ ਨਹੀਂ ਹੈਗਾ ਸਾਰੇ ਕੁਐਸਚਨ ਪ੍ਰੈਕਟਿਸ ਕਰਕੇ ਜਾਓ ਚੰਗੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਰੂਲ ਪੜ੍ਹ ਕੇ ਜਾਓ ਇਹ ਤਿੰਨੇ ਚਾਰੇ ਸਵਾਲ ਤਾਂ ਆਪਣੇ ਬਣਨੇ ਚਾਹੀਦੇ ਨੇ ਜਿਹੜੇ ਪੇਪਰ 'ਚ ਆਉਣੇ ਆ ਮੈਨੂੰ ਇੱਕ ਸਵਾਲ ਪੁੱਛਣ ਦਿਓ ਹੁਣ ਜਦੋਂ ਕਿਸੇ ਨੂੰ ਕੁਝ ਪੁੱਛਣਾ ਠੀਕ ਹੈ ਜਿਵੇਂ ਜਾਤਾ ਸੀ ਮੇਲ ਆਵਦਨੇ ਆ ਜਾ ਸੀ ਲੈਟ ਲਾ ਦਾਨੇ ਆ ਜਿਵੇਂ ਹੁੰਦਾ ਨਹੀਂ ਉਹ ਆਪਾਂ ਸਕੂਲ ਦੇ ਵਿੱਚ ਟੀਚਰ ਨੂੰ ਮੇ ਆਈ ਗੋ ਟੂ ਬਾਥਰੂਮ ਮੇ ਆਈ ਕਮ ਇਨ ਕੀਵੇਂ ਦਰਾ ਦਾਂ ਜੀ ਆਪਾਂ ਸਵਾਲ ਹੀ ਪੁੱਛਦੇ ਸੀ ਠੀਕ ਹੈ ਤਾਂ ਜਦ ਮੇ ਵਰਤਦੇ ਆ ਜਾਂ ਲੈਟ ਵਰਤਦੇ ਆ ਹੁਣ ਇਹ ਪੇਪਰ ਵਾਲੇ ਤੇ ਆ ਕਿ ਉਹਨੇ ਪੇਪਰ ਵਾਲੇ ਨੇ ਕਿਵੇਂ ਬਣਾਇਆ ਉਹ ਤਾਂ ਲੈਟ ਤੇ ਲੈਟ ਦੇ ਨਾਲ ਮੈਨੂੰ ਜਦੋਂ ਆਉਂਦਾ ਨਾ ਤਾਂ ਮੀ ਆਉਂਦਾ ਹਮੇਸ਼ਾ ਲੈਟ ਮੀ ਲੈਟ ਮੀ ਆਸਕ ਅ ਕੁਐਸਚਨ ਮੈਨੂੰ ਕੁ ਸਵਾਲ ਪੁੱਛਣ ਦਿਓ ਲੈਟ ਮੀ ਆਸਕ ਟੂ ਹਿਮ ਟੂ ਹਿਮ ਮਤਲਬ ਉਸ ਨੂੰ ਉਸ ਨੂੰ ਤਾਂ ਇਹਦੇ ਵਿੱਚ ਕਿਤੇ ਲਿਖਿਆ ਨਹੀਂ ਤਾਂ ਇਹ ਨਹੀਂ ਹੋ ਸਕਦਾ ਹਿਮ ਫੇਰ ਬਾਤਾ ਇਹ ਨਹੀਂ ਲਿਖਿਆ ਹਿਮ ਫੇਰ ਬਾਤਾ ਯਾਰ ਇਹ ਜੇ ਇਹ ਤਾਂ ਕਿਤੇ ਲਿਖਿਆ ਹੀ ਨਹੀਂ ਹੈਗਾ ਕਿ ਉਸ ਨੂੰ ਸਵਾਲ ਪੁੱਛਣ ਦਿਓ ਹਿਮ ਦਾ ਮਤਲਬ ਤਾਂ ਉਸ ਨੂੰ ਹੋ ਗਿਆ ਨਾ ਉਸ ਨੂੰ ਤਾਂ ਕਿਤੇ ਹੈ ਹੀ ਨਹੀਂ ਤਾਂ ਇਕੱਲਾ ਹੀ ਬਣਦਾ ਲੈਟ ਮੀ ਆਸਕ ਅ ਕੁਐਸਚਨ ਮੈਨੂੰ ਇੱਕ ਸਵਾਲ ਪੁੱਛਣ ਦਿਓ ਅੱਜ ਹੋ ਗਏ ਉਹ ਖੁਦ ਨੂੰ ਸੁਧਾਰ ਸਕਦਾ ਹੈ ਸਕਦਾ ਹੈ ਦਾ ਮਤਲਬ ਹੁੰਦਾ ਕੈਨ ਜੇ ਹੁੰਦਾ ਉਹ ਖੁਦ ਨੂੰ ਸੁਧਾਰ ਸਕਿਆ ਤੋ ਕੈਨ ਦਾ ਮਤਲਬ ਬਣ ਜਾਂਦਾ ਹੁੰਦਾ ਕੁੱਡ ਚਾਹੀਦਾ ਉਹਨੂੰ ਐਵੇਂ ਕਰਨਾ ਚਾਹੀਦਾ ਹੈ ਚਾਹੀਦਾ ਦਾ ਮਤਲਬ ਹੁੰਦਾ ਸ਼ੁੱਡ ਕਿ ਉਹਨੂੰ ਐਵੇਂ ਕਰਨਾ ਚਾਹੀਦਾ ਹੈ ਤਾਂ ਸ਼ੁੱਡ ਲਾਉਨੇ ਆ ਉਹ ਖੁਦ ਨੂੰ ਸੁਧਾਰ ਸਕਦਾ ਹੈ ਹੀ ਵਾਸ ਇੰਪਰੂਵਿੰਗ ਇਟ ਉਹ ਇਹਨੂੰ ਇੰਪਰੂਵ ਕਰ ਰਿਹਾ ਸੀ ਕਿਨੂੰ ਇੰਪਰੂਵ ਕਰ ਰਿਹਾ ਸੀ ਤਾਂ ਪੁੱਛਿਆ ਹੀ ਨਹੀਂ ਹੀ ਇਜ਼ ਗੋਇੰਗ ਟੂ ਇੰਪਰੂਵ ਉਹ ਸੁਧਾਰਨ ਜਾ ਰਿਹਾ ਹੈ ਨਾ ਜੀ ਹੀ ਕੈਨ ਇੰਪਰੂਵ ਹਿਮਸੈਲਫ ਆਪ ਹਿਮਸੈਲਫ ਦਾ ਮਤਲਬ ਹੁੰਦਾ ਆਪਣੇ ਆਪ ਨੂੰ ਜਾਂ ਖੁਦ ਨੂੰ ਉਹ ਖੁਦ ਨੂੰ ਇੰਪਰੂਵ ਕਰ ਸਕਦਾ ਹੈ ਕੈਨ ਤੋਂ ਹੀ ਪਹਿਚਾਨ ਆ ਗਈ ਸੀ ਸਕਦਾ ਦੀ ਹੁੰਦੀ ਹੀ ਕੈਨ ਹੈ ਠੀਕ ਹੈ ਆਜੋ ਅੱਗੇ ਸ਼ਿਕਾਰੀ ਸ਼ਾਇਦ ਜਾਨਵਰਾਂ ਨੂੰ ਨਾ ਮਾਰੇ ਠੀਕ ਹੈ ਹੁਣ ਜਦੋਂ ਹੰਟਰਸ ਵਾਰ ਨਾਟ ਕਿਲਿੰਗ ਐਨੀਮਲਸ ਇੱਥੇ ਵਾਰ ਦਾ ਮਤਲਬ ਤਾਂ ਸੀ ਹੁੰਦਾ ਸੀਓ ਹੁੰਦਾ ਸੀ ਤਾਂ ਇੱਥੇ ਕਿਤੇ ਹੈ ਨਹੀਂ ਕਿਵੇਂ ਆਜੂਗਾ ਫਿਰ ਨਹੀਂ ਆ ਸਕਦਾ should ਦਾ ਮਤਲਬ ਸੀਗਾ ਇੱਥੇ ਚਾਹੀਦਾ ਹੋ ਸ਼ਿਕਾਰੀ ਨੂੰ ਜਾਨਵਰਾਂ ਨੂੰ ਨਹੀਂ ਮਾਰਨਾ ਚਾਹੀਦਾ ਜੇ ਇਹ ਕਹਿਣ ਦਾ ਕਿ ਸ਼ਿਕਾਰੀ ਨੂੰ ਜਾਨਵਰਾਂ ਨੂੰ ਨਹੀਂ ਮਾਰਨਾ ਚਾਹੀਦਾ ਫਿਰ ਤਾਂ ਮੈਂ ਸ਼ੁੱਡ ਲਾਉਂਦਾ ਤਾਂ ਇੱਥੇ ਸ਼ੁੱਡ ਦਾ ਕੋਈ ਮਤਲਬ ਨਹੀਂ ਬਣਦਾ ਹੰਟਰਸ ਆਰ ਨਾਟ ਕਿਲਿੰਗ ਐਨੀਮਲਸ ਸ਼ਿਕਾਰੀ ਜਾਨਵਰਾਂ ਨੂੰ ਨਹੀਂ ਮਾਰ ਰਹੇ ਹਨ ਆਰ ਲੱਗ ਗਿਆ ਯਾਰ ਹਨ ਲਾਓ ਫਿਰ ਹਨ ਵੀ ਨਹੀਂ ਹੈਗਾ ਫਿਰ ਬਚਦਾ ਈ ਇੱਕ ਹੈ ਭਾਈ ਇਹ ਹੀ ਕਰੈਕਟ ਹੈ ਮੇ ਨਾਟ ਕਿਲ ਐਨੀਮਲ ਸ਼ਾਇਦ ਉਹ ਨਹੀਂ ਮੇ ਲੱਗਦਾ ਈ ਉੱਥੇ ਆ ਕਿ ਮੇ ਸ਼ਾਇਦ ਜੋ ਦੋ ਦੋ ਦਿਨ ਮੇ ਆਈ ਕਮਨ ਤਾਂ ਉਹ ਟੀਚਰ ਦੀ ਮਰਜ਼ੀ ਆ ਨਾ ਵੀ ਆਉਣ ਦਊਗਾ ਕਿ ਨਹੀਂ ਆਉਣ ਦਊਗਾ ਠੀਕ ਐ ਆਜੋ ਅੱਗੇ ਵੱਧਦੇ ਰਹੋ ਠੀਕ ਐ ਕੀ ਹੋਣਾ ਚਾਹੀਦਾ ਕੀਪ 무ਵਿੰਗ ਫਾਰਵਰਡ ਗੋ ਟੂ ਦਾ ਟਾਪ ਭਾਈ ਇਹ ਥੋੜੀ ਕਿਹਾ ਕੇ ਟਾਪ ਤੇ ਪਹੁੰਚ ਜਾਓ ਇਹ ਤਾਂ ਹੋ ਹੀ ਨਹੀਂ ਸਕਦਾ ਗੋ ਮੋਰ ਫਾਰਵਰਡ ਹੋਰ ਅੱਗੇ ਜਾਓ ਕੀਪ ਗੋਇੰਗ ਅਪ ਜਾਂ ਫਿਰ ਕੀਪ 무ਵਿੰਗ ਫਾਰਵਰਡ ਠੀਕ ਐ ਗੋਇੰਗ ਅਪ ਦਾ ਮਤਲਬ ਹੈ ਉੱਪਰ ਨੂੰ ਜਾਣਾ ਅੱਗੇ ਵਧਣ ਦਾ ਮਤਲਬ ਹੁੰਦਾ ਫਾਰਵਰਡ ਤਾਂ ਕੀ ਫਾਰ ਮੂਵਿੰਗ ਫਾਰਵਰਡ ਕਹਿਣਾ ਜ਼ਿਆਦਾ ਸਹੀ ਹੈ ਅੱਗੇ ਆ ਜੋ ਅਸੀਂ ਅੱਜ ਨਹੀਂ ਜਾ ਸਕਦੇ ਫੇਰ ਸਕਦੇ ਆ ਗਿਆ ਤਾਂ ਮਤਲਬ ਕੈਨ ਹੋਣਾ ਚਾਹੀਦਾ ਤੇ ਜੇ ਨਹੀਂ ਹੈ ਤਾਂ ਫਿਰ ਕੈਨ ਨਾਟ ਬਣ ਜਾਂਦਾ ਤਾਂ ਸਹੀ ਤਾਂ ਗੱਲ ਹੈ ਹੁਣ ਵਰ ਨਾਟ ਨਹੀਂ ਹੋ ਸਕਦਾ ਠੀਕ ਹੈ ਆਰ ਨਾਟ ਨਹੀਂ ਹੋ ਸਕਦਾ ਅਸੀਂ ਅੱਜ ਨਹੀਂ ਸਾਨੂੰ ਅੱਜ ਨਹੀਂ ਆਉਣਾ ਚਾਹੀਦਾ ਸੀ ਜਦਜ ਸਾਨੂੰ ਨਹੀਂ ਹੋਣਾ ਚਾਹੀਦਾ ਬਈ ਇਹ ਤਾਂ ਹੈ ਹੀ ਨਹੀਂ ਸ਼ੁੱਡ ਚਾਹੀਦਾ ਲਾਉਣਾ ਚਾਹੀਦਾ ਸੀ ਤਾਂ ਕੈਨ ਨਾ ਆ ਗਿਆ ਕੱਲਾ ਤੇ ਉਹ ਕੈਨ ਵਾਲੇ ਕਿੰਨੇ ਸਵਾਲ ਸੋਲਵ ਹੋ ਰਹੇ ਨੇ ਉਹ ਕੱਲ ਆ ਸਕਦਾ ਸੀ ਫਿਰ ਕੈਨ ਆ ਗਿਆ ਯਾਰ ਠੀਕ ਹੈ ਤਾਂ ਕੈਨ ਹੀ ਕੁਡ ਕਮ ਯੈਸਟਰਡੇ ਜਾਂ ਹੀ ਵਾਸ ਕਮਿੰਗ ਯੈਸਟਰਡੇ ਵਾਸਤਾ ਹੋ ਨਹੀਂ ਸਕਦਾ ਹੀ ਕੈਨ ਕਮ ਟਮਾਰੋ ਜਾਂ ਹੀ ਇਜ਼ ਕਮਿੰਗ ਯੈਸਟਰਡੇ ਨਾ ਦੋ ਚੱਕਰ ਮੜ ਗਿਆ ਹੁਣ ਇੱਕ ਚੀਜ਼ ਦੇਖੋ ਇੱਕ ਹੁੰਦਾ ਯੈਸਟਰਡੇ ਇਕੋਂ ਦਾ ਟਮੋਰੋ ਬਈ ਯੈਸਟਰਡੇ ਤਾਂ ਜਿਵੇਂ ਅੱਜ ਤਰੀਕ 8 ਹੈ ਜਾਂ 9 ਆ ਜਿੰਨੀ ਵੀ ਹੈ ਮੰਨ ਲਓ ਅੱਜ ਤਰੀਕ 8 ਹੈ ਅੱਜ ਦੀ ਯੈਸਟਰਡੇ ਤਾਂ ਅਸੀਂ 7 ਨੂੰ ਕਹਾਂਗੇ ਤੇ ਟਮੋਰੋ ਅਸੀਂ 9 ਨੂੰ ਕਹਾਂਗੇ ਉਹ ਕੱਲ ਆ ਸਕਦਾ ਸੀ ਮਤਲਬ ਪਿਛਲੇ ਕੱਲ ਦੀ ਗੱਲ ਹੋ ਰਹੀ ਹੈ ਯੈਸਟਰਡੇ ਦੀ ਗੱਲ ਹੋ ਰਹੀ ਹੈ ਨਾ ਕੱਲ ਆ ਸਕਦਾ ਸੀ ਤਾਂ ਫਿਰ ਆਹ ਟਮੋਰੋ ਵਾਲਾ ਕਿਵੇਂ ਹੋ ਜੂਗਾ ਤੇ ਵੀ ਚੱਕ ਦੋ ਹੀ ਕੁਡ ਕਮ ਯੈਸਟਰਡੇ ਠੀਕ ਹੈ ਪਾਸਟ ਚ ਆ ਗਿਆ ਤਾ ਕਰਕੇ ਜਦੋਂ ਪਾਸਟ ਚ ਜਾਂਦਾ ਨਾ ਤਾਂ ਫਿਰ ਕੈਨ ਦਾ ਕੁਡ ਬਣ ਜਾਂਦਾ ਹੈ ਤਾਂ ਇੱਥੇ ਕੁਡ ਬਣਾਇਆ ਉਹਨਾਂ ਨੇ ਅੱਗੇ ਆ ਜਾਓ ਤੁਹਾਨੂੰ ਮਿਹਨਤ ਕਰਨ ਦੀ ਲੋੜ ਹੈ ਭਾਈ ਲੋੜ ਦਾ ਮਤਲਬ ਹੁੰਦਾ ਜ਼ਰੂਰਤ ਜਾਂ ਔਰ ਨੀਡ ਆਊ ਜਾਂ ਰਿਕੁਆਇਰ ਆਊ ਤੇ ਇੱਕ ਤਾਂ ਲੱਗ ਗਿਆ ਹੋਊਗਾ ਲੋੜ ਦਾ ਮਤਲਬ ਹੀ ਇਹ ਹੁੰਦਾ ਯੂ ਆਰ ਗੋਇੰਗ ਟੂ ਵਰਕ ਹਾਰਡ ਤੁਸੀਂ ਮਿਹਨਤ ਕਰਨ ਜਾ ਰਹੇ ਹੋ ਯੂ ਆਰ ਡੂਇੰਗ ਗੁੱਡ ਵਰਕ ਤੁਸੀਂ ਚੰਗਾ ਕੰਮ ਕਰ ਰਹੇ ਹੋ ਵੈਲ ਯੂ ਵਰਕ ਹਾਰਡ ਕੀ ਤੁਸੀਂ ਮਿਹਨਤ ਕਰੋਗੇ ਕਿਉਂਕਿ ਬਿਲ ਤਾਂ ਇਹ ਹੁੰਦਾ 21 ਵਜ ਗਿਆ ਯੂ ਨੀਡ ਟੂ ਵਰਕ ਹਾਰਡ ਤੇ ਬੜੇ ਸੌਖੇ ਸਵਾਲ ਹੈ ਰੂਲ ਨਾਲ ਚੱਲੀ ਜਾਓਗੇ ਤਾਂ ਬਿਲਕੁਲ ਸੋਲਵ ਹੋਣਗੇ ਠੀਕ ਹੈ ਗੀਤਾ ਤੁਹਾਨੂੰ ਪੈਸੇ ਉਧਾਰ ਦੇ ਦੇਵੇਗੀ ਬਈ ਗੀ ਹਨਾ ਗਾ ਗੇ ਗੀ ਮਤਲਬ ਵਿਲ ਤੇ ਸ਼ੈਲ ਦਾ ਇਸਤੇਮਾਲ ਤਾਂ ਮਸਟ ਹੈ ਕਿ ਹੋਇਆ ਹੋਵੇ ਹੁਣ ਇੱਥੇ ਅੜ ਗਿਆ ਕੰਮ ਬਈ ਵਿਲ ਉਰੇਵੀਆ ਉਰੇਵੀਆ ਉਰੇ ਉਰੇ ਨਹੀਂ ਇਹਨੂੰ ਤੋੜਾ ਦੋ ਇੱਕ ਤਾਂ ਚੱਕਤਾ ਹੁਣ ਨਾਟ ਵਿਲ ਦੇ ਨਾਲ ਕਦੋਂ ਲੱਗੂ ਜਦੋਂ 네ਗੇਟਿਵ ਸੈਂਟੈਂਸ ਹੋ ਇੱਥੇ ਨਾ ਤਾਂ ਕਿਤੇ ਆਇਆ ਹੀ ਨਹੀਂ ਗੀਤਾ ਤੁਹਾਨੂੰ ਪੈਸੇ ਉਧਾਰ ਨਹੀਂ ਦੇਵੇਗੀ ਹੁੰਦਾ ਤਾਂ ਤਾਂ ਬੰ ਲਾਉਂਦਾ ਤਾਂ ਇਹਦਾ ਵੀ ਕੋਈ ਮਤਲਬ ਨਹੀਂ ਆ ਵੀ ਉੱਡ ਗਿਆ ਬਚ ਕੇ ਦੋ ਗੀਤਾ ਵਿਲ ਲੈਂਡ ਯੂ ਮਨੀ ਗੀਤਾ ਵਿਲ ਹੈਲਪ ਯੂ ਵਿਦ ਮਨੀ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਗੀਤਾ ਤੁਹਾਡੀ ਪੈਸੇ ਨਾਲ ਮਦਦ ਕਰੇਗੀ ਕਿਉਂਕਿ ਮਦਦ ਹੈਲਪ ਦਾ ਮਤਲਬ ਤਾਂ ਮਦਦ ਹੁੰਦਾ ਐਥੇ ਤਾਂ ਮਦਦ ਕਿਤੇ ਲਿਖਿਆ ਹੀ ਨਹੀਂ ਆਪਣੇ ਵੱਲੋਂ ਹੁਣ ਇਹ ੱਤਕਾ ਥੋੜਾ ਚੱਲੂਗਾ ਯਾਰ ਤਾਂ ਗੀਤਾ ਬਿਲ ਲੈਂਡ ਯੂ ਮਨੀ ਕਹਿਣਾ ਆਪਣੇ ਆਪ ਚ ਜ਼ਿਆਦਾ ਕਰੈਕਟ ਹੈ ਆਜੋ ਅੱਗੇ ਜ਼ਿਆਦਾ ਕੀ ਬਿਲਕੁਲ ਹੀ ਇਹੀ ਕਰੈਕਟ ਹੈ ਸਰਕਾਰ ਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਚਾਹੀਦੀ ਆ ਗਿਆ ਨਾ ਤਾਂ ਚਾਹੀਦੀ ਦੀ ਕੀ ਦੱਸਿਆ ਮੈਂ ਸ਼ੁੱਡ ਤਾਨੂੰ ਮਿਹਨਤ ਕਰਨੀ ਚਾਹੀਦੀ ਹੈ ਯੂ ਸ਼ੁਡ ਵਰਕ ਹਾਰਡ ਠੀਕ ਹੈ ਤਾਂ ਸ਼ੁਡ ਲੱਗੂਗਾ ਸ਼ੁਡ ਇੱਕ ਜਾਂ ਤਾਂ ਦੂਜੇ ਚ ਹੈ ਜਾਂ ਫਿਰ ਸ਼ੁਡ ਚੌਥੇ ਚ ਹੈ ਤਾਂ ਦੋ ਤਾਂ ਉੱਡ ਗਏ ਦਾ ਗਵਰਨਮੈਂਟ ਸ਼ੁਡ ਹੈਵ ਵੀ ਸ਼ੁਡ ਹੈਵ ਹੈਲਪਿੰਗ ਦਾ ਪੂਰ ਹੁਣ ਆਪਾਂ ਜਾਂ ਦੂਜਾ ਹੈਗਾ ਕਿ ਦਾ ਗਵਰਨਮੈਂਟ ਸ਼ੁਡ ਹੈਲਪ ਦਾ ਪੂਰ ਤਾਂ ਕਰੈਕਟ ਬਣਦਾ ਦਾ ਗਵਰਨਮੈਂਟ ਸ਼ੁਡ ਹੈਲਪ ਦਾ ਪੂਰ ਸ਼ੁਡ ਹੈਵ ਹੈਲਪਿੰਗ ਦਾ ਪੂਰ ਇਹ ਤਾਂ ਫਿਰ ਉਹ ਹੋ ਗਿਆ ਨਾ ਜੇ ਜੇ ਤੁਹਾਨੂੰ ਧਿਆਨ ਚੋਵੇ ਹੈਪ ਦੇ ਨਾਲ ਆਪਾਂ ਹੈਲਪਿੰਗ ਨਹੀਂ ਜਾਂਦਾ ਕਿਉਂਕਿ ਪਿੱਛੇ ਆਪਾਂ ਨੇ ਪੜ੍ਹੀਆ ਨਾ ਇਹ ਚੀਜ਼ ਕਿ ਸ਼ੁੱਡ ਦੇ ਨਾਲ ਜਾਂ ਉਹਦੇ ਨਾਲ ਆਪਾਂ ਵਰਬ ਦੀ ਪਹਿਲੀ ਫਾਰਮ ਦਾ ਇਸਤੇਮਾਲ ਕਰਾਂਗੇ ਤਾਂ ਵਰਬ ਦੀ ਪਹਿਲੀ ਫਾਰਮ ਇੱਥੇ ਆ ਔਰ ਇਹ ਤਾਂ ਨਾਲ ਆਈ ਐਨ ਜੀ ਲੱਗ ਗਿਆ ਤਾਂ ਇਹ ਰੂਲ ਹੀ ਗਲਤ ਵਾਇਲਟ ਕਰ ਰਿਹਾ ਹੈ ਤਾਂ ਲਾਸਟ ਆਪਸ਼ਨ ਸਹੀ ਬਣਦੀ ਹੈ ਉਸ ਨੂੰ ਕਸਰਤ ਕਰਨ ਦੀ ਲੋੜ ਹੈ ਲੋੜ ਮਤਲਬ ਨੀਡ ਜਾਂ ਰਿਕਵਾਇਰ ਜ਼ਰੂਰਤ ਹੁਣ ਹੀ ਨੀਡ ਟੂ ਡੂ ਐਕਸਰਸਾਈਜ਼ ਕਰੈਕਟ ਤਾਂ ਇਹੀ ਹੈ ਪਰ ਇੱਕ ਵਾਰ ਹੋਰ ਵੀ ਚੈੱਕ ਕਰ ਲੰਨੇ ਆ ਹੀ ਸ਼ੁੱਡ ਡੂ ਮੋਰ ਐਕਸਰਸਾਈਜ਼ ਉਹਨੂੰ ਹੋਰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਕਸਰਤ ਕਰਨੀ ਚਾਹੀਦੀ ਹੈ ਪਰ ਚਾਹੀਦੀ ਤਾਂ ਸਾਡੇ ਹੈ ਨਹੀਂ ਸੀ ਨਾ ਕਿਤੇ ਵਿਲ ਦਾ ਤਾਂ ਮਤਲਬ ਹੀ ਨਹੀਂ ਕਰੇਗਾ ਹੀ ਇਸ ਡੂਇੰਗ ਐਕਸਰਸਾਈਜ਼ ਉਹ ਕਸਰਤ ਕਰ ਰਿਹਾ ਹੈ ਇਹ ਵੀ ਨਹੀਂ ਹੋ ਸਕਦਾ ਤਾਂ ਪਹਿਲਾ ਕਰੈਕਟ ਹੋ ਗਿਆ ਸ਼ਾਇਦ ਅੱਜ ਮੀ ਪਵੇ ਜਦੋਂ ਸ਼ਾਇਦ ਵਾਲਾ ਕੰਮ ਆ ਗਿਆ ਤਾਂ ਮੇ ਦਾ ਇਸਤੇਮਾਲ ਵੈਸਟਰ ਰਹਿੰਦਾ ਠੀਕ ਹੈ ਤਾਂ ਉੱਥੇ ਜ਼ਿਆਦਾਤਰ ਮੇ ਹੀ ਯੂਜ਼ ਹੋਊਗਾ ਇਟ ਮੇ ਰੇਨ ਟੂਡੇ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਜਿੱਥੇ ਸਮਝ ਨਾ ਆਵੇ ਸਬਜੈਕਟ ਮੂਰੇ ਇਟ ਲਾ ਦਿਓ ਇਟ ਕੈਨ ਰੇਨ ਟੂਡੇ ਅੱਜ ਮੀਂਹ ਪੈ ਸਕਦਾ ਹੈ ਨਹੀਂ ਇਟ ਵਾਸ ਹੈਵੀ ਰੇਨ ਟੂਡੇ ਅੱਜ ਬਹੁਤ ਮੀਂਹ ਪਿਆ ਸੀ ਅੱਜ ਬਹੁਤ ਮੀਂਹ ਪਵੇਗਾ ਇਹ ਤਾਂ ਗਾ ਕੇ ਕੀ ਦੀਵਾਰਾ ਕੀ ਇਹ ਵੀ ਨਹੀਂ ਆ ਸਕਦਾ ਤਾਂ ਇਟ ਮੇ ਰੇਨ ਟੂਡੇ ਕਹਿਣਾ ਸਹੀ ਹੋਊਗਾ ਆ ਜੋ ਅੱਗੇ ਸੁਨੀਲ ਆਪਣੇ ਮਾਤਾ ਪਿਤਾ ਦੀ ਦੇਖਭਾਲ ਕਰਦਾ ਹੈ। ਭਈ ਦਾ ਦੇ ਦੀ ਮਤਲਬ ਪ੍ਰੈਜ਼ੈਂਟ ਇਨਡੈਫਿਨਿਟ ਸੁਨੀਲ ਇਕਾ ਤਾਂ ਵਰਬ ਦੀ ਪਹਿਲੀ ਫਾਰਮ ਦੇ ਨਾਲ ਐਸ ਜਾਂ ਈ ਐਸ ਕਿਤੇ ਲੱਗਿਆ ਜਰੂਰ ਮਿਲੂਗਾ। ਦੇਖ ਲਓ ਹੁਣ ਸੁਨੀਲ ਵਾਸ ਭਈ ਸੀ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ। Sunil takes care of his parents. ਬਈ ਟੇਕ ਦੇ ਨਾਲ ਐਸਲਾਤਾ ਸਹੀ ਆ। Sunil serves good to his parents. ਇਹ ਵੀ ਰੂਲ ਦੇ ਹਿਸਾਬ ਨਾਲ ਤਾਂ ਸਹੀ ਆ। Sunil takes care of her parents. ਹੁਣ ਆ ਜੋ। ਹੁਣ ਵੈਰੀ ਗੁੱਡ ਕੁਐਸਚਨ। ਕਿਉਂ? ਦੇਖੋ ਸਰਵਜ਼ ਗੁੱਡ ਆਪਣੇ ਪੇਰੈਂਟਸ ਦੀ ਚੰਗੀ ਸੇਵਾ ਕਰਦਾ ਹੈ। ਇੱਥੇ ਚੰਗੀ ਸੇਵਾ ਤਾਂ ਕਿਤੇ ਨਹੀਂ ਲਿਖਿਆ। ਤਾਂ ਆ ਤਾਂ ਉੱਡ ਗਿਆ। ਇਹਦਾ ਤਾਂ ਕੋਈ ਮਤਲਬ ਨਹੀਂ ਬਣਦਾ। ਪਰ ਆ ਦੋਨਾਂ ਦੇ ਵਿੱਚ ਸਿਰਫ ਇੱਕ ਚੀਜ਼ ਦਾ ਫਰਕ ਹੈ ਹਿਜ਼ ਤੇ ਹਰ ਦਾ ਇੱਥੇ ਸਟੂਡੈਂਟ ਉਲਝ ਜਾਣਗੇ ਵੀ ਕੀ ਵੈਸੇ ਤਾਂ ਤੁਸੀਂ ਸੁਨੀਲ ਦਾ ਨਾਮ ਪੜ੍ਹ ਕੇ ਤੁਸੀਂ ਇਹ ਕਹਿਦਾ ਹੋਣਾ ਵੀ ਮੁੰਡਾ ਹੈ ਜੀ ਤਾਂ ਕਰਕੇ ਆਹੀ ਸਹੀ ਹੈ ਪਰ ਇਸ ਕਰਕੇ ਸਹੀ ਨਹੀਂ ਹੈਗਾ ਕਿ ਸੁਨੀਲ ਮੁੰਡਾ ਹੈ ਤੁਹਾਨੂੰ ਕੀ ਪਤਾ ਸੁਨੀਲ ਕੁੜੀ ਦਾ ਨਾਮ ਵੀ ਤਾਂ ਹੋ ਸਕਦਾ ਕਿਸੇ ਨੇ ਕੀ ਪਤਾ ਕੁੜੀ ਦਾ ਨਾਮ ਰੱਖ ਰੱਖਿਆ ਹੋਵੇ ਹੁਣ ਇੱਥੇ ਚੀਜ਼ ਜਿਹੜੀ ਸਮਝਣੀ ਹੈ ਤੁਸੀਂ ਨੇ ਕੀ ਸਮਝਣਾ ਹੈ ਜਦੋਂ ਤੁਹਾਨੂੰ ਇਹ ਪਤਾ ਨਾ ਲੱਗੇ ਵੀ ਮੁੰਡਾ ਹੈ ਕਿ ਕੁੜੀ ਹੈ ਪਹਿਲੀ ਪ੍ਰੈਫਰੈਂਸ ਤੁਸੀਂ ਨੇ ਦੇਣੀ ਹੈ ਮੇਲ ਨੂੰ ਮੁੰਡੇ ਨੂੰ ਦੂਜੀ ਤੁਸੀਂ ਦੇਣੀ ਹੈ ਲਾਸਟ 'ਚ ਤੁਸੀਂ ਫੀਮੇਲ ਰੱਖਣੀ ਹੈ ਮਤਲਬ ਜੇ ਤੁਹਾਡੇ ਕੋਲ ਇੱਥੇ ਹੁੰਦਾ ਸੁਨੀਲ ਟੇਕਸ ਕੇਅਰ ਆਫ ਤਿੰਨ ਆਪਸ਼ਨ ਆ ਬਣ ਸਕਦੀਆਂ ਹਿਸ ਹਰ ਇਟਸ ਪੇਰੈਂਟਸ ਜੇ ਤਾਂ ਤਿੰਨੇ ਦਿੱਤੇ ਹੋਏ ਨੇ ਫਿਰ ਤਾਂ ਤੁਹਾਡਾ ਆਨਸਰ ਪਤਾ ਕੀ ਬਣਦਾ his ਕਿਉਂਕਿ ਮੁੰਡੇ ਨੂੰ ਪਹਿਲੀ ਪ੍ਰਾਇੋਰਟੀ ਅੱਛਾ ਮੈਂ ਗੱਲ ਮਕਾਉਣਾ ਮੈਂ ਇੱਥੇ ਲਿਖਦਾ ਨਾ ਸਿਰਫ ਆ ਦੋ ਆਪਸ਼ਨਾਂ ਨੇ ਦੱਸੋ ਕੀ ਸਹੀ ਉਹ ਖਾਲੀ ਥਾਂ 'ਚ ਮੈਂ ਇਟਸ ਭਰਾਂ ਕਿ ਹਰ ਭਰਾਂ ਬਈ ਇੱਥੇ ਵੀ ਹਰ ਨਹੀਂ ਤੁਸੀਂ ਭਰ ਸਕਦੇ ਇੱਥੇ ਵੀ ਇਟਸ ਆਉਂਦਾ ਮਤਲਬ ਪਹਿਲੀ ਪ੍ਰੇਫਰੈਂਸ ਹਿਸ ਨੂੰ ਦੂਜੀ ਇਟਸ ਨੂੰ ਤੀਜੀ ਹਰ ਨੂੰ ਜਾ ਕੇ ਪ੍ਰੇਫਰੈਂਸ ਮਿਲਦੀ ਹੈ ਇਹ ਅੰਗਰੇਜ਼ੀ ਧੱਕਾ ਕਰਦੀ ਹੈ ਕੁੜੀਆਂ ਦੇ ਨਾਲ ਠੀਕ ਹੈ ਤਾਂ ਇਹ ਧਿਆਨ 'ਚ ਰੱਖਿਓ ਕਿ ਇੱਥੇ ਤੁਹਾਡੇ ਕੋਲੇ ਇਸ ਮੁੰਡੇ ਲਈ ਵਰਤਿਆ ਜਾਂਦਾ ਹੁੰਦਾ ਤਾਂ ਤੁਸੀਂ ਇਹਨੂੰ ਕਰੈਕਟ ਚੂਜ਼ ਕੀਤਾ ਪਰ ਇਹ ਤਾਂ ਕਰਕੇ ਕਰੈਕਟ ਨਹੀਂ ਚੂਜ਼ ਕੀਤਾ ਵੀ ਸੁਨੀਲ ਮੁੰਡਾ ਹੈ ਸੁਨੀਲ ਕਿਸੇ ਦਾ ਵੀ ਨਾਮ ਹੋ ਸਕਦਾ ਫਿਰ ਤੁਸੀਂ ਕਹੋਗੇ ਇੱਥੇ ਇਟਸ ਕਿਉਂ ਵਰਤਿਆ ਇਟਸ ਅਸੀਂ ਉਦੋਂ ਵਰਤਦੇ ਹਾਂ ਜਦੋਂ ਕਿਸੇ ਜਾਨਵਰਾਂ ਦਾ ਬੱਚਾ ਹੋਵੇ ਭਈ ਸੁਨੀਲ ਹੋ ਸਕਦਾ ਕਿਸੇ ਕੁੱਤੇ ਦਾ ਨਾਮ ਰੱਖਿਆ ਹੋਵੇ ਜਾਂ ਫਿਰ ਕਿਸੇ ਬਾਂਦਰ ਬੁੰਦਰ ਦਾ ਨਾਮ ਰੱਖਿਆ ਹੋਵੇ ਕਿਸੇ ਟਾਈਗਰ ਦਾ ਚੀਤੇ ਦਾ ਨਾਮ ਰੱਖਿਆ ਹੋਵੇ ਕਿਸੇ ਦਾ ਵੀ ਹੋ ਸਕਦਾ ਸਮਝ ਗਏ ਆਜੋ ਅੱਗੇ ਉਸ ਨੂੰ ਜਾਣ ਨਾ ਦਿਓ ਨਾ ਆ ਗਿਆ ਨੋਟ ਕਿੱਥੇ ਹੈ? ਇੱਥੇ ਤਾਂ ਨੋਟ ਹੈ ਨਹੀਂ। ਸਟਾਪ ਰੋਕਣਾ ਹੁੰਦਾ ਆ ਵੀ ਨਹੀਂ ਹੋ ਸਕਦਾ। ਨੋਟ ਜਾਂ ਉਰੇ ਹੈ ਜਾਂ ਉਰੇ ਹੈ। ਇਹਨਾਂ ਦੋਨੋਂ ਚੋਂ ਇੱਕ ਆਊਗਾ ਭਾਈ। ਹੀ ਮੇ ਨੋਟ ਗੋ ਉਹ ਸ਼ਾਇਦ ਨਾ ਜਾਵੇ। ਉਹ ਸ਼ਾਇਦ ਨਹੀਂ ਜਾਊਗਾ। ਜਾਓ ਸ਼ਾਇਦ ਨਹੀਂ ਜਾਂਦਾ। ਉਹ ਸ਼ਾਇਦ ਨਹੀਂ ਜਾਂਦਾ ਕਹਿਣਾ ਜ਼ਿਆਦਾ ਸਹੀ ਹੈ। ਪਰ ਇੱਥੇ ਤਾਂ ਜਾਣ ਨਾ ਦਿਓ ਆ। ਤਾਂ ਵੀ ਉਹਨੂੰ ਰੋਕਣਾ ਹੈ, ਨਹੀਂ ਜਾਣ ਦੇਣਾ। ਸਟਾਪ ਵੀ ਨਹੀਂ ਕਿਹਾ ਜੇ ਰੋਕਣਾ ਹੁੰਦਾ ਫਿਰ ਤਾਂ ਸਟਾਪ ਮੰਨ ਲੰਦੇ ਤਾਂ ਡੂ ਨਾਟ ਲੈਟ ਹਿਮ ਗੋ ਡੂ ਨਾਟ ਲੈਟ ਹਿਮ ਗੋ ਆਪਣੇ ਆਪ ਸਹੀ ਹੈ ਮਤਲਬ ਐਲੀਮੀਨੇਟ ਕਰਕੇ ਤੁਸੀਂ ਬੜੇ ਆਰਾਮ ਨਾਲ ਤੇ ਪਹੁੰਚ ਸਕਦੇ ਹੋ ਤੁਹਾਡੀ ਉਮਰ ਲੰਬੀ ਹੋਵੇ ਇਹ ਤਾਂ ਸਭ ਨੂੰ ਆਉਂਦਾ ਹੋਊਗਾ ਯਾਰ ਠੀਕ ਹੈ ਮੇ ਯੂ ਲਿਵ ਲੌਂਗ ਇਹ ਤਾਂ ਅਸੀ ਸੰਦਤੀਆਂ ਲੈਂਦੀਆਂ ਨੇ ਆਜੋ ਉਹ ਚਸ਼ਮਾ ਪੈਨਦਾ ਹੁੰਦਾ ਸੀ ਸੀ ਆ ਗਿਆ ਇਹਦਾ ਮਤਲਬ ਵੋਜ਼ ਵਰ ਦਾ ਇਸਤੇਮਾਲ ਹੋਣਾ ਜ਼ਰੂਰੀ ਹੈ ਤਾਂ ਵੇਅਰਜ਼ ਤਾਂ ਦਾਦੇ ਦੀ ਵਾਲਾ ਪਰ ਹੈ ਆਉਣ ਦਾ ਪਿੱਛੇ ਸੀ ਨਹੀਂ ਆਉਂਦਾ ਤਾਂ ਇਹ ਨਹੀਂ ਹੋ ਸਕਦਾ ਇੱਥੇ ਗਾਗੇਗੀ ਤਾਂ ਹੈ ਨਹੀਂ ਤਾਂ ਇਹ ਵੀ ਨਹੀਂ ਹੋ ਸਕਦਾ ਹੀ ਯੂਜ਼ ਟੂ ਵੇਅਰ ਗਲਾਸਸ ਇਹਦਾ ਮਤਲਬ ਯੂਜ਼ ਟੂ ਕਿੱਥੇ ਵਰਤਦੇ ਆ ਸੀ ਯੂਜ਼ ਟੂ ਦਾ ਮਤਲਬ ਹੁੰਦਾ ਕੋਈ ਚੀਜ਼ ਕਰਿਆ ਕਰਦਾ ਸੀ ਤਾਂ ਇਹਦਾ ਮਤਲਬ ਹੈ ਹੀ ਯੂਜ਼ ਟੂ ਵੇਅਰ ਗਲਾਸਸ ਉਹ ਐਨਕਾ ਪੈਂਦਾ ਹੁੰਦਾ ਸੀ ਜਾਂ ਐਨਕਾ ਪਾਉਂਦਾ ਹੁੰਦਾ ਸੀ ਪਰ ਇੱਥੇ ਤਾਂ ਇਹੀ ਪੁੱਛਿਆ ਤਾਂ ਇਹੀ கரੈਕਟ ਹੈ ਬਈ ਠੀਕ ਹੈ ਯੂਜ਼ ਟੂ ਮਤਲਬ ਹੁੰਦਾ ਸੀ ਵੀ ਆ ਚੀਜ਼ ਕਰਿਆ ਕਰਦਾ ਸੀ ਐਵੇਂ ਹੁੰਦਾ ਸੀ ਹੀ ਵਾਸ ਵੇਅਰਿੰਗ ਕਲਾਸਸ ਇੱਥੇ ਗਲਾਸਸ ਆਉ ਗਲਾਸੇ ਲੈ ਗਿਆ ਉਹ ਐਨਕਾ ਪੈਂਦਾ ਇਹਦਾ ਮਤਲਬ ਕੀ ਹੈ ਕਿ ਉਹ ਚਸ਼ਮਾ ਪੈਂਦਾ ਸੀ ਪਰ ਜਿਹੜਾ ਹੁੰਦਾ ਲਾਤਾ ਨਾ ਹੁੰਦਾ ਦਾ ਮਤਲਬ ਹੈਗਾ ਯੂਜ਼ਡ ਯੂਜ਼ ਟੂ ਮਤਲਬ ਹੁੰਦਾ ਜਾਂ ਕਰਿਆ ਕਰਦਾ ਸੀ ਠੀਕ ਹੈ ਸਮਝ ਗਏ ਆਜੋ ਗगन ਅੱਜ ਬਿਮਾਰ ਹੈ ਗਗਨ ਵਾਜ਼ ਸਿਕ ਟੂਡੇ ਬਈ ਸੀ ਥੋੜੀ ਨਾ ਪੁੱਛਿਆ ਹੈ ਆ ਨਹੀਂ ਹੋ ਸਕਦਾ ਵਾਸ ਫੇਰ ਨਹੀਂ ਹੋ ਸਕਦਾ ਵਿਲ ਵੀ ਨਹੀਂ ਹੋ ਸਕਦਾ ਕਿਉਂਕਿ ਗਾਗੇ ਕੀ ਦੀਵਾਜ ਹੈ ਇੱਕੋ ਹੀ ਬਚਦਾ ਗਗਨ ਇਜ਼ ਸਿਕ ਟੂਡੇ ਸਮਝ ਗਏ ਹੈਰੀ ਫੁੱਟਬਾਲ ਖੇਡਦਾ ਹੈ ਹੈਰੀ ਦਾ ਦੇਦੀ ਮਤਲਬ ਵਰਬ ਦੀ ਪਹਿਲੀ ਫਾਰਮ ਨਾਲ ਐਸ ਸੀ ਐਸ ਹੈਰੀ ਪਲੇਜ਼ ਫੁੱਟਬਾਲ ਇਹ ਹੈ ਨਾ ਸਭ ਤੋਂ ਕਰੈਕਟ ਹੁਣ ਤੱਕ ਤਾਂ ਤੁਸੀਂ ਦੇਖੋ ਆ ਪਹਿਲੇ ਪ੍ਰੈਜ਼ੈਂਟ ਇਨਡੈਫਿਨਿਟ ਦੇ ਵਿੱਚ ਕਿੰਨੇ ਸੈਂਟੈਂਸ ਨੇ ਆ ਸਾਰੇ ਸਵਾਲ ਤੁਸੀਂ ਪੁਰਾਣੇ ਪੇਪਰ ਚੱਕ ਕੇ ਦੇਖਿਓ ਪੰਜਾਬ ਪੁਲਿਸ ਦੇ ਜਿਹੜੇ ਲੈਸੀ ਟੀਸੀਐਸ ਨੇ ਉਹਦੇ ਚੋਂ ਹੀ ਚੱਕੇ ਨੇ ਮੈਂ ਉਹੀ ਸਵਾਲ ਨੇ ਯਾਰ ਸਿੱਦੇ ਮੈਂ ਆਪਣੇ ਵੱਲੋਂ ਨਹੀਂ ਪਾਏ ਇੱਕੋ ਹੀ ਰੂਲ ਦੇ ਉੱਤੇ ਕਿੰਨੇ ਸਵਾਲ ਨੇ ਤੁਸੀਂ ਦੇਖੋ ਉਸ ਨੂੰ ਇਹ ਤਸਵੀਰ ਪਸੰਦ ਆਵੇਗੀ ਗਾ ਗੇਗੀ ਵਿਲਸ਼ਲ ਹੋਣਾ ਜ਼ਰੂਰੀ ਹੈ ਜੇ ਵਿਲਸ਼ਲ ਨਹੀਂ ਤਾਂ ਗਲਤ ਵਿਲਸ਼ਲ ਹੈ ਨਾ 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 ਇੱਕੋ ਹੀ ਹੈ ਹੀ ਵਿਲਾਈਕ ਇਸ ਪਿਕਚਰ ਦੇਖੋ ਕਿੱਡਾ ਸੌਖਾ ਯਾਰ ਜੇ ਐਵੇਂ ਰੂਲਸ ਸਾਨੂੰ ਪਤਾ ਹੋਣ ਹਨ ਐਲੀਮੀਨੇਸ਼ਨ ਐਂ ਲੱਗ ਰਹੀ ਹੈ ਮੈਨੂੰ ਅੰਗਰੇਜ਼ੀ ਬਣਾਉਣੀ ਵੀ ਨਹੀਂ ਆਉਂਦੀ ਮੈਂ ਤਾਂ ਵੀ ਸਹੀ ਕਰੀ ਜਾਨਾ ਬਸ ਸਾਨੂੰ ਉਹਨਾਂ ਦੇ ਖਿਲਾਫ ਸ਼ਿਕਾਇਤ ਦੇਣੀ ਪਈ ਸੀ ਹੁਣ ਮਤਲਬ ਤੁਸੀਂ ਇਹ ਕੰਮ ਕਰ ਚੁੱਕੇ ਹੋ ਮਤਲਬ ਅਸੀਂ ਉਹਨਾਂ ਦੇ ਖਿਲਾਫ ਸ਼ਿਕਾਇਤ ਦੇਣੀ ਪਈ ਸੀ ਜਾਂ ਅਸੀਂ ਉਹਨਾਂ ਦੇ ਖਿਲਾਫ ਸ਼ਿਕਾਇਤ ਦੇ ਚੁੱਕੇ ਸੀ ਦੇਣੀ ਪਈ ਸੀ ਦੇ ਚੁੱਕੇ ਸੀ ਠੀਕ ਹੈ ਹੁਣ ਜਦੋਂ ਇਹ ਚੀਜ਼ ਹੁੰਦੀ ਹੈ ਨਾ ਤਾਂ ਸਿੰਪਲੀ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਆਪਾਂ ਨੇ ਯੂਜ਼ ਕੀਤਾ ਸੀ ਹੈਡ ਗਾਟ ਨਹੀਂ ਆ ਸਕਦਾ ਕਿਉਂਕਿ ਪਿੱਛੇ ਸੀ ਨਹੀਂ ਆਊਗਾ ਫਾਈਲਡ ਇਹ ਵੀ ਸੀ ਨਹੀਂ ਆਊਗਾ ਵਰ ਮਤਲਬ ਇਹ ਨਹੀਂ ਬਣਦਾ ਕੋਈ ਮਤਲਬ ਵੀ ਹੈਵ ਟੂ had to ਜਦੋਂ ਮਸਟ ਕਿਸੇ ਚੀਜ਼ ਨੂੰ ਮਸਟ ਕੀਤਾ ਹੋਵੇ ਵੀ ਸਾਨੂੰ ਦੇਣੀ ਹੋ ਪਈ ਸੀ ਉਹ ਕਰਨਾ ਹੀ ਪਿਆ ਸਾਨੂੰ ਕੰਮ ਠੀਕ ਹੈ ਮੈਨੂੰ ਇਹ ਕੰਮ ਕਰਨਾ ਹੀ ਪਊਗਾ ਮੈਨੂੰ ਚੰਡੀਗੜ੍ਹ ਜਾਣਾ ਹੀ ਪਊਗਾ ਮੈਨੂੰ ਰੋਜ਼ ਸਵੇਰੇ ਦਫ਼ਤਰ ਜਾਣਾ ਹੀ ਪੈਣਾ ਠੀਕ ਹੈ ਆਈ ਹੈਵ ਟੂ ਗੋ ਟੂ ਆਫਿਸ ਦਿੱਲੀ ਸਮਝ ਗਏ ਉਸ ਤਰੀਕੇ ਨਾਲ ਵੀ ਹੈਡ ਟੂ ਫਾਈਲ ਅ ਕੰਪਲੇਂਟ ਅਗੇਂਸਟ them ਅੱਗੇ ਆ ਜੋ ਉਹ ਲਾਲਚੀ ਹੈ ਤਾਂ ਹੀ ਹੈਜ਼ ਗਰੀਡ ਉਹਨੂੰ ਲਾਲਚ ਹੈ ਦੈਟ ਇਜ਼ ਗਰੀਡ ਹੀ ਇਜ਼ ਓਨੈਸਟ ਤੇ ਉਲਟਾ ਹੀ ਲਿਖਿਆ ਹੋਇਆ ਹੀ ਇਜ਼ ਗਰੀਡੀ ਇਹ ਕਹਿਣਾ ਸਹੀ ਹੈ ਹੀ ਇਜ਼ ਗਰੀਡੀ ਉਹ ਲਾਲਚੀ ਹੈ ਲੋਕਾਂ ਨੂੰ ਇਸ ਸਮੱਸਿਆ ਦਾ ਹੱਲ ਲੱਭਣਾ ਪਵੇਗਾ ਯਾਰ ਤੁਸੀਂ ਦੇਖੋ ਹੁਣ ਗਾ ਗੇਗੀ ਮਤਲਬ ਵਿਲ ਸ਼ੈਲ ਲੱਗੂ ਬਿਲਕੁਲ ਲੱਗੂ ਹੈ ਕਿਤੇ ਨਾ ਹੈ ਕਿਤੇ ਨਾ ਹੈ ਕਿਤੇ ਨਾ ਇੱਕੋ ਹੀ ਹੈ ਪੀਪਲ ਵਿਲ ਫਾਈਂਡ ਟੂ ਸੋਲੂਸ਼ਨ ਟੂ ਦਿਸ ਦੇਖੋ ਕਿੰਨਾ ਸੌਖਾ ਯਾਰ ਰੂਲ ਦੇ ਨਾਲ ਕੁਸ਼ਣ ਠੀਕ ਹੋਣਗੇ ਤੁਹਾਡੇ ਉਹ ਸ਼ਰਾਰਤਾਂ ਕਰਿਆ ਕਰਦਾ ਸੀ ਭਾਈ ਕਰਿਆ ਕਰਦਾ ਸੀ ਠੀਕ ਹੈ ਮੈਂ ਕੀ ਸਮਝਾਇਆ ਸੀ ਹੁਣ ਕੀ ਲੱਗੂ ਯੂਜ਼ ਟੂ ਜਦੋਂ ਕਿਸੇ ਚੀਜ਼ ਦਾ ਆਦੀ ਹੋਵੇ ਵੀ ਬੰਦਾ ਹਨਾ ਹੀ ਯੂਜ਼ ਟੂ ਡੂ ਮਿਸਚੀਫ கரੈਕਟ ਹੋ ਗਿਆ ਉਹ ਹੀ ਇਸ ਡੂਇੰਗ ਮਿਸਚੀਫ ਕਰ ਰਿਹਾ ਹੈ ਨਾ ਕਰੇਗਾ ਇਹ ਵੀ ਨਹੀਂ ਬਣ ਸਕਦਾ ਕਰਦਾ ਸੀ ਹੀ ਵਾਸ ਡੂਇੰਗ ਮਿਸਚੀਫ ਉਹ ਡੂਇੰਗ ਦਾ ਮਤਲਬ ਹੋ ਗਿਆ ਰਿਹਾ ਜਿਆਦਾ ਕੰਟੀਨਿਊਸ ਉਹ ਸ਼ਰਾਰਤਾ ਕਰ ਰਿਹਾ ਸੀ ਰਿਹਾ ਸੀ ਥੋੜੀ ਨਾ ਕਰਦਾ ਸੀ ਯੂਜ਼ਡ ਟੂ ਹੋ ਗਿਆ ਉਹ ਅੱਜ ਆ ਸਕਦਾ ਹੈ ਸਕਦਾ ਮਤਲਬ ਕੈਨ জাফর ਜੇ ਕੈਨ ਨਾ ਮਿਲੇ ਜੇ ਤਾਂ ਇਥੇ ਕੈਨ ਹੁੰਦਾ ਤਾਂ ਪਹਿਲੀ অপਸ਼ਨ ਸੀ ਟਿੱਕ ਕਰਨੀ ਪਰ ਉਹਦੇ ਕੈਨ ਨਹੀਂ ਹੈਗਾ ਤਾਂ ਫਿਰ ਕਈ ਥਾਂ ਤੇ ਸਾਨੂੰ ਮੇ ਲੱਗਿਆ ਵੀ ਮਿਲ ਸਕਦਾ ਠੀਕ ਹੈ ਪਰ ਪਹਿਲੀ অপਸ਼ਨ ਕੈਨ ਹੀ ਹੋਣੀ ਚਾਹੀਦੀ ਐ ਜੇ ਕੈਨ ਨਹੀਂ ਹੈਗਾ ਤਾਂ ਮੇ ਲੀ ਜਾਓ ਹੀ ਵਾਸ ਕਮਿੰਗ ਟੂਡੇ ਉਹ ਅੱਜ ਆ ਰਿਹਾ ਸੀ ਸੀ ਤਾਂ ਹੈ ਨਹੀਂ ਹੀ ਵਿਲ ਬੀ ਆ ਰਿਹਾ ਹੋਵੇਗਾ ਨਾ ਜੀ ਗਾ ਕੇ ਕੀਤਾ ਕਿਤੇ ਹੈ ਹੀ ਨਹੀਂ ਹੀ ਇਜ਼ ਕਮਿੰਗ ਟੂਡੇ ਆ ਰਿਹਾ ਰਿਹਾ ਤਾਂ ਸਾਰਿਆਂ ਚ ਆਈ ਐਨ ਜੀ ਆ ਮਤਲਬ ਰਿਹਾ 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 ਤਾਂ ਹੈ ਹੀ ਨਹੀਂ ਸੈਂਟੈਂਸ ਚ ਦਾ ਕੋਈ অপਸ਼ਨ ਬਚਦੀ ਐ ਕਰੈਕਟ ਹੋ ਗਈ ਉਹ ਗਿਟਾਰ ਬਜਾਇਆ ਕਰਦਾ ਸੀ ਫੇਰ ਉਹੀ ਚੀਜ਼ ਆ ਗਈ ਮਤਲਬ ਹੈਬਿਟ ਸੀ ਤਾਂ ਹੈਬਿਟ ਮਤਲਬ ਯੂਸ ਟੂ ਕਿਸੇ ਚੀਜ਼ ਦੀ ਆਦਤ ਹੋਣੀ ਹੀ ਯੂਸ ਟੂ ਪਲੇ ਗਿਟਾਰ ਕਹਿਣਾ ਸਹੀ ਹੈ ਵੈਸੇ ਵੀ ਇੱਥੇ ਤੁਸੀਂ ਦੇਖੋਗੇ ਬਿਲ ਤਾਂ ਨਹੀਂ ਸਕਦਾ ਇਹ ਤਾਂ ਚੱਕੀ ਦੋ ਠੀਕ ਹੈ ਹੀ ਵਾਸ ਪਲੇਇੰਗ ਗਿਟਾਰ ਖੇਡ ਰਿਹਾ ਸੀ ਵਜਾ ਰਿਹਾ ਸੀ ਕਿਉਂਕਿ ਵਾਜ਼ ਨਾਲ ਪਲੇਇੰਗ ਰਹਾ ਤਾਂ ਇਹ ਵੀ ਨਹੀਂ ਹੋ ਸਕਦਾ ਠੀਕ ਹੈ ਹੀ ਹੈਡ ਪਲੇਡ ਉਸਨੇ ਗਿਟਾਰ ਵਜਾਇਆ ਸੀ ਇਹਦਾ ਮਤਲਬ ਇਹ ਹੋ ਗਿਆ ਵਜਾਇਆ ਸੀ ਨਾ ਇਹ ਵੀ ਨਹੀਂ ਹੋ ਸਕਦਾ ਇੱਕੋ ਹੀ ਯੂਜ਼ ਟੂ ਆਜੋ ਇਹ ਉਹ ਇੱਥੇ ਆ ਰਹੀ ਹੈ ਰਹੀ ਹੈ ਮਤਲਬ ਆਈ ਐਨ ਜੀ ਆਊ ਇਜ਼ ਐਮ ਆਰ ਦੇ ਨਾਲ ਕਿਤੇ ਹੈ ਇੱਕ ਉਰੇ ਹੈ ਇੱਕ ਉਰੇ ਹੈ ਆ ਵੀ ਨਹੀਂ ਆ ਵੀ ਨਹੀਂ ਹੁਣ ਰਹੀ ਹੈ ਮਤਲਬ ਕਿ ਫੀਮੇਲ ਹੈ ਕੁੜੀ ਹੈ ਤਾਂ ਹੀ ਤਾਂ ਨਹੀਂ ਲੱਗ ਸਕਦਾ ਤਾਂ ਸ਼ੀ ਲੱਗੂ ਸ਼ੀ ਇਜ਼ ਕਮਿੰਗ ਹੇਅਰ ਦੈਟਸ ਇਟ ਉਹ ਹਰ ਰੋਜ਼ ਦਫ਼ਤਰ ਜਾਂਦਾ ਹੈ ਜਾਂਦਾ ਮਤਲਬ ਦਾ ਦੇ ਦੀ ਪ੍ਰੈਜ਼ੈਂਟ ਇੰਡੈਫਿਨਿਟ ਵਰਬ ਦੀ ਪਹਿਲੀ ਫਾਰਮ ਪਲੱਸ ਐਸ ਈ ਐਸ ਸਮਝ ਲਿਖ ਕਿੱਥੇ ਆ ਆ ਰਿਹਾ ਇੱਥੇ ਮੇਲ ਆਇਆ ਪਿਆ ਇਜ਼ ਲਾਇਆ ਪਿਆ ਬਾਜ਼ ਲਾਇਆ ਪਿਆ ਮਤਲਬ ਇਨੀ ਹੀ ਗੋਜ਼ ਟੂ ਆਫਿਸ ਡੇਲੀ ਰੂਲ ਆ ਯਾਰ ਰੂਲ ਤੇ ਚੱਲੋ ਗੱਲ ਬਣੂਗੀ ਬਣੂਗੀ ਵਿਦਿਆਰਥੀ ਪਾਸ ਹੋ ਜਾਣਗੇ ਗੇ ਗਾ ਗੇ ਗੀ ਤਾਂ ਮਤਲਬ ਕੀ ਲੱਗਣਾ ਚਾਹੀਦਾ ਬਿਲ ਜਸ਼ਲ ਇੱਕ ਹੋ ਰਿਹਾ ਇੱਕ ਹੋ ਰਿਹਾ ਆ ਤਾਂ ਦੋ ਕੱਢ ਦਈਏ ਫਿਰ ਬਿਲ ਵੀ ਕਦੋਂ ਰਹੇ ਹੋਣਗੇ ਹਨਾ ਯਾਦ ਕਰੋ ਰੂਲ ਨੂੰ ਬੀ ਲਾਇਆ ਆਈ ਐਨ ਜੀ ਲਾਇਆ ਤਾਂ ਰਹੇ ਆਉਣਾ ਚਾਹੀਦਾ ਸੀ ਰਹੇ ਤਾਂ ਹੈ ਨਹੀਂ ਤਾਂ ਆ ਸਹੀ ਹੈ ਰਹੇ ਨਹੀਂ ਸਹੀ ਹੈਗਾ ਤਾਂ ਦੇਖੋ ਰੂਲ ਹੈ ਰੂਲ ਪੜ੍ਹੇ ਨੇ ਤਾਂ ਸਵਾਲਾਂ ਨੂੰ ਹੁਣ ਪ੍ਰੈਕਟਿਸ ਖੁਦ ਕਰਿਓ ਫਿਰ ਹਨਾ ਮੈਂ ਇਹਦਾ ਪੀਡੀਐਫ ਸ਼ੇਅਰ ਕਰ ਦੂੰਗਾ ਆਪਣੇ ਟੈਲੀਗ੍ਰਾਮ ਚੈਨਲ ਤੇ ਡਿਸਕ੍ਰਿਪਸ਼ਨ ਦੇ ਥੱਲੇ ਮੈਂ ਟੈਲੀਗ੍ਰਾਮ ਚੈਨਲ ਦੀ ਉਹ ਕਰ ਦੂੰਗਾ ਤੁਹਾਡੇ ਨਾਲ ਲਿੰਕ ਸ਼ੇਅਰ ਉਦੋਂ ਲਿੰਕ ਨੂੰ ਕਲਿੱਕ ਕਰੋਗੇ ਤਾਂ ਤੁਸੀਂ ਜੁਆਇਨ ਕਰ ਸਕਦੇ ਹੋ ਟੈਲੀਗ੍ਰਾਮ ਉੱਥੇ ਮੈਂ ਇਹ ਸ਼ੇਅਰ ਕਰ ਦੂੰਗਾ ਤੁਹਾਡੇ ਨਾਲ ਇਹਦਾ ਪੀਡੀਐਫ ਤੇ ਪੀਡੀਐਫ ਲੈ ਕੇ ਰਿਵਾਈਜ਼ ਵੀ ਕਰ ਲਿਓ ਤੇ ਪ੍ਰੈਕਟਿਸ ਜ਼ਰੂਰ ਕਰਿਓ ਕੁਐਸਚਨ ਐਵੇਂ ਪ੍ਰੈਕਟਿਸ ਕਰਿਓ ਉਵੇਂ ਤੁੱਕੇਬਾਜ਼ੀ ਨਹੀਂ ਕਰਨੀ ਆ ਰੂਲ ਨੂੰ ਦਿਮਾਗ 'ਚ ਚੇਤੇ ਕਰਿਓ ਵੀ ਕਾ ਆਗੇ ਕੀ ਸੀ ਜਾਂ ਉੱਥੇ ਕੀ ਲੱਗਦਾ ਸੀ ਉੱਥੇ ਕੀ ਲੱਗਦਾ ਸੀ ਫੇਰ ਸਵਾਦ ਆ ਫੇਰ ਦਾ ਕੋਈ ਲੈਕਚਰ ਤੁਸੀਂ ਪੜਿਆ ਆਪਾਂ ਸਮਝੀਏ ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ ਆਜੋ ਉਹ ਕਿਤਾਬਾਂ ਪੜਦਾ ਹੈ ਫੇਰ ਦਾਦੇ ਦੀ ਬਰਬ ਦੀ ਪਹਿਲੀ ਫਾਰਮ ਨਾਲ ਐਸ ਸੀ ਐਸ ਕਿਉਂਕਿ ਸਿੰਗੂਲਰ ਹੈ ਉਹ ਹੈ ਹੀ ਰੀਡਸ ਬੁక్స్ ਠੀਕ ਹੈ ਨਾ ਆ ਆਵੇ ਨਾ ਆਵੇ ਨਾ ਕਿਉਂਕਿ ਇੱਥੇ ਹੀ ਹੈ ਜਿੱਥੇ ਐਸ ਲੱਗਿਆ ਹੋਇਆ ਬਿਲਕੁਲ ਆਸਾਨ ਹੈ ਕੱਢਣਾ ਯਾਰ ਸੋ ਏ ਸੀ ਆਪਣੀ ਡਿਸਕਸ਼ਨ ਅੱਜ ਦੀ ਜਿਹਦੇ ਵਿੱਚ ਆਪਾਂ ਨੇ ਟੈਂਸ ਦੇਖੇ ਡਿਟੇਲ ਚ ਕੱਲਾ ਕੱਲਾ ਪੰਜਾਬੀ ਟੱਚ ਨਾਲ ਉਹ ਕਰਕੇ ਕਿ ਸਾਨੂੰ ਦੇਸੀ ਦੇਸੀ ਤਰੀਕੇ ਨਾਲ ਕਿਵੇਂ ਸਮਝਾ ਸਕਣ ਟੈਂਸ ਠੀਕ ਹੈ ਇਹਨਾਂ ਨੂੰ ਮੈਂ ਹੋਰ ਵੀ ਬਹੁਤ ਕਿਸੇ ਲੈਵਲ ਤੇ ਲੈ ਆ ਕੇ ਪੜ੍ਹਾ ਸਕਦਾ ਸੀ ਪਰ ਉਹਦਾ ਫਾਇਦਾ ਕੋਈ ਨਹੀਂ ਠੀਕ ਹੈ ਉਹ ਠੀਕ ਹੈ ਮੈਂ ਆਪਣੇ ਕੋਰਸ ਦੇ ਵਿੱਚ ਪੜ੍ਹਾਵਾਂਗਾ ਜਾਂ ਜੋ ਵੀ ਕਰਾਂਗਾ ਠੀਕ ਹੈ ਉਹ ਤਾਂ ਕਿਉਂਕਿ ਉਹ ਉਹ ਸਾਰੇ ਬੱਚਿਆਂ ਲਈ ਹੋਣਗੇ ਜਿਹੜੇ ਉਸ ਕਿਸੇ ਹਾਇਰ ਪੇਪਰ ਦੇ ਲਈ ਜੁੜੇ ਹੋਣਗੇ ਹਨ ਮੇਰੇ ਨਾਲ ਪਰ ਇਹ ਇਸ ਲੈਕਚਰ ਦਾ ਮੋਟਿਵ ਕੁਝ ਵੱਖਰਾ ਸੀ ਇਸ ਲੈਕਚਰ ਦਾ ਮੋਟਿਵ ਸੀਗਾ ਜਿਵੇਂ ਕਾਂਸਟੇਬਲ ਨੂੰ ਖਾਸ ਕਰਕੇ ਟਾਰਗੇਟ ਕਰਦੇ ਹੋਏ ਕਿਉਂਕਿ ਕਾਂਸਟੇਬਲ ਦੇ ਵਿੱਚ ਜ਼ਿਆਦਾਤਰ ਆਪਣੇ ਰੂਰਲ ਬੈਲਟ ਦੇ ਬੱਚੇ ਬਹੁਤ ਨੇ ਤੇ ਉਹਨਾਂ ਦੀ ਇਹ ਪ੍ਰੋਬਲਮ ਹੈ ਬੇਸਿਕਲੀ ਇੰਗਲਿਸ਼ ਵਾਲੀ ਪ੍ਰੋਬਲਮ ਤਾਂ ਸਾਰੇ ਬੱਚਿਆਂ ਦੀ ਹੁੰਦੀ ਹੈ ਚਾਹੇ ਕੋਈ ਸ਼ਹਿਰ ਦਾ ਜਾਹੇ ਕੋਈ ਰੂਰਲ ਬੈਲਟ ਦਾ ਪਰ ਉਹਨਾਂ ਦੀ ਥੋੜੀ ਜਿਹੀ ਜ਼ਿਆਦਾ ਹੈ ਕਿਉਂਕਿ ਸ਼ਾਇਦ ਬੇਸਿਕਸ ਨਹੀਂ ਕਲੀਅਰ ਹੁੰਦੇ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਹੁੰਦੇ ਆਪਾਂ ਨੂੰ ਵੀ ਪਤਾ ਹੈ ਠੀਕ ਹੈ ਸਾਰਿਆਂ 'ਚ ਨਹੀਂ ਮੈਂ ਕਹੂੰਗਾ ਐਂ ਦਾ ਬਹੁਤਾਂ ਦੇ ਵਿੱਚ ਬਹੁਤ ਚੰਗਾ ਕੰਮ ਵੀ ਹੁੰਦਾ ਹੈ ਜੇ ਆਪਣੇ ਲੱਛਣ ਹੁੰਦੇ ਨੇ ਨਹੀਂ ਪੜੇ ਹੁੰਦੇ ਆਪਾਂ ਕਿਉਂਕਿ ਮੈਂ ਵੀ ਜਿਵੇਂ ਪਿੰਡ ਤੋਂ ਹੀ ਬਿਲੋਂਗ ਕਰਦਾ ਨਹੀਂ ਪੜੇ ਹੁੰਦੇ ਪਿੰਡਾ ਪੁੰਡਾ ਦੇ ਵਿੱਚ ਆਪਾਂ ਠੀਕ ਹੈ ਬਾਅਦ 'ਚ ਕਈ ਪੜ ਲੈਂਦੇ ਨੇ ਕਈ ਨਹੀਂ ਪੜਦੇ ਉਹ ਚੀਜ਼ ਤਾਂ ਚਲੋ ਸਾਈਡ ਤੇ ਰੱਖਦੀ ਆਪਾਂ ਕੋਈ ਮੈਟਰ ਨਹੀਂ ਕਰਦੀ ਤਾਂ ਮੇਨ ਗੱਲ ਕੀ ਹੈ ਕਿ ਮੈਂ ਇਹਨੂੰ ਟਾਰਗੇਟ 'ਚ ਰੱਖ ਕੇ ਇਹ ਲੈਕਚਰ ਬਣਾਇਆ ਕਿ ਤੁਸੀਂ ਟੈਂਸ ਨੂੰ ਸਿੱਖੋ ਬਿਲਕੁਲ ਆਸਾਨ ਤਰੀਕੇ ਨਾਲ ਤੇ ਉਸ ਤੋਂ ਬਾਅਦ ਤੁਸੀਂ ਫਿਰ ਆ ਜਿਹੜੇ ਪ੍ਰੈਕਟਿਸ ਕੁਐਸਚਨ ਨੇ ਇਹਨਾਂ ਤੇ ਅਪਲਾਈ ਕਰੋ ਅਪਲਾਈ ਓਵੇਂ ਕਰਨਾ ਵੀ ਰੂਲ ਦੇ ਆਧਾਰ ਤੇ ਐਂ ਡਾਇਰੈਕਟ ਨਹੀਂ ਇੱਕ ਆ ਯੂਜ਼ ਟੂ ਦਾ ਜ਼ਰੂਰ ਦੇਖ ਲਿਓ ਕਿ ਯੂਜ਼ ਟੂ ਦਾ ਜਿਹੜਾ ਟੈਂਸ ਤੋਂ ਇਲਾਵਾ ਵੱਖਰੀ ਚੀਜ਼ ਸਿੱਖੀ ਆਪਾਂ ਨੇ ਇੱਕ ਲਾਸਟ ਦੇ ਦੋ ਰੂਲ ਮੈਂ ਸਿਖਾਏ ਸੀ ਉਹ ਵੀ ਧਿਆਨ ਨਾਲ ਦੇਖ ਲਿਓ ਉਹ ਵੀ ਨਵੇਂ ਰੂਲ ਨੇ ਉਹ ਸਾਰੇ ਪੇਪਰਾਂ 'ਚ ਤੁਹਾਡੇ ਤੋਂ ਪੁੱਛੇ ਜਾ ਸਕਦੇ ਆ ਤਾਂ ਇਸ ਲੈਕਚਰ 'ਚ ਆਪਣੀ ਅੱਜ ਦੀ ਡਿਸਕਸ਼ਨ ਇੰਨੀ ਸੀ ਇਹ ਤੋਂ ਇਲਾਵਾ ਹੋਰ ਵੀ ਜੇ ਤੁਸੀਂ ਕਰੰਟ ਅਫੇਅਰ ਪੜ੍ਹਨੇ ਨੇ ਅੱਛਾ ਕਰੰਟ ਅਫੇਅਰਜ਼ ਜਨਵਰੀ ਤੋਂ ਲੈ ਕੇ ਜੂਨ ਤੱਕ ਦੇ ਆ 6 ਮਹੀਨਿਆਂ ਦੇ ਠੀਕ ਹੈ 23 ਦੇ ਉਹ ਸਾਰੇ ਆਪਣੇ ਜਿਹੜੀ ਆਪਣੀ ਐਪ ਹੈ ਐਪ ਦਾ ਨਾਮ ਹੈਗਾ ਆਪਣੀ ਦਾ ਇੰਪੈਕਟ ਐਜੂਕੇਸ਼ਨ ਇੰਪੈਕਟ ਐਜੂਕੇਸ਼ਨ ਉਹਦਾ ਵੀ ਜਿਹੜਾ ਲਿੰਕ ਹੈ ਮੈਂ ਥੱਲੇ ਪਾ ਦਵਾਂਗਾ ਡਿਸਕ੍ਰਿਪਸ਼ਨ ਚ ਉੱਥੇ ਲਿੰਕ ਤੇ ਕਲਿੱਕ ਕਰੋਗੇ ਤਾਂ ਸਿੱਧਾ ਪਹੁੰਚ ਜਾਓਗੇ ਜਿਹੜੇ ਐਂਡਰੋਇਡ ਵਾਲੇ ਨੇ ਜਿੰਨਾਂ ਦੇ ਕੋਲੇ ਮਤਲਬ ਦੂਜਾ ਫੋਨ ਹੈ ਐਪਲ ਵਾਲਾ ਹੈ ਆਈਫੋਨ ਹੈ ਉਹਨਾਂ ਨੇ ਕੀ ਕਰਨਾ ਹੈ ਮਾਈ ਇੰਸਟੀਟਿਊਟ ਡਾਊਨਲੋਡ ਕਰਨਾ ਹੈ ਮਾਈ ਇੰਸਟੀਟਿਊਟ ਉਹਦੇ ਵਿੱਚ ਜਾ ਕੇ ਫਿਰ ਤੁਹਾਡੇ ਤੋਂ ਉਹ ਨਾ ORG ਕੋਡ ਮੰਗੂਗਾ ORG ਕੋਡ ਹੋਊਗਾ ਤੁਹਾਡਾ Z D R K O ਆ ORG ਕੋਡ ਭਰਨਾ ਹੈ ਤਾਂ ਵੀ ਤੁਹਾਡੇ ਕੋਲ ਇੰਪੈਕਟ ਐਜੂਕੇਸ਼ਨ ਦੀ ਡਾਊਨਲੋਡ ਹੋ ਜੂਗੀ ਐਪ ਜਿਹੜੀ ਹੈਗੀ ਹੈ ਡਾਊਨਲੋਡ ਕਰਨ ਤੋਂ ਬਾਅਦ ਫਿਰ ਜਾਣਾ ਉੱਥੇ ਇੱਕ ਬੈਚ ਹੋਊਗਾ ਕੌਨਸਟੇਬਲ ਦਾ ਬੈਚ ਕੌਨਸਟੇਬਲ ਦੇ ਬੈਚ ਨੂੰ ਓਪਨ ਕਰਿਓ ਖੋਲਿਓ ਖੋਲ ਕੇ ਉਹਦੇ ਵਿੱਚ ਇੱਕ ਫੋਲਡਰ ਬਣਿਆ ਹੋਇਆ ਕਰੰਟ ਅਫੇਅਰਸ ਦਾ ਇਹ ਸਾਰਿਆਂ ਲਈ ਓਪਨ ਹੈ ਮਤਲਬ ਜਿਹੜੇ ਉਹਦੇ ਵਿੱਚ ਬੈਚ 'ਚ ਬੱਚੇ ਹੈਗੇ ਨੇ ਉਹਨਾਂ ਲਈ ਤਾਂ ਹੈ ਹੀ ਹੈ ਜਿਹੜੇ ਨਵੇਂ ਵੀ ਹੈਗੇ ਉਹ ਵੀ ਇਸ ਕਰੰਟ ਅਫੇਅਰਸ ਨੂੰ ਸੁਣ ਸਕਦੇ ਨੇ ਪੜ ਸਕਦੇ ਨੇ ਖਾਸ ਗੱਲ ਕੀ ਹੈ ਇਸ ਕਰੰਟ ਅਫੇਅਰ 'ਤੇ ਕਰੰਟ ਅਫੇਅਰ ਤਾਂ ਤੁਸੀਂ ਸਾਰੇ ਸੁਣਦੇ ਹੋਗੇ ਸਾਰੇ ਪੜਦੇ ਹੋਗੇ ਖਾਸ ਗੱਲ ਇਹ ਹੈ ਕਿ ਹਰ ਮੰਥ ਨੂੰ ਹਰ ਮਹੀਨੇ ਨੂੰ ਦੋ ਲੈਕਚਰਸ ਦੇ ਵਿੱਚ ਕਵਰ ਕੀਤਾ ਹੋਇਆ ਉਹ ਵੀ 50 ਤੋਂ 55 ਮਿੰਟ ਤੇ ਜਾਂ 1 ਘੰਟੇ ਦਾ ਹੱਦ ਲਾ ਲਓ ਮਤਲਬ 2 ਘੰਟਿਆਂ ਦੇ ਵਿੱਚ ਇੱਕ ਮਹੀਨੇ ਦੇ ਕਰੰਟ ਅਫੇਅਰ ਪੜਾਏ ਹੋਏ ਨੇ ਸਿਰਫ ਲਾਸਟ ਵਾਲੇ ਮੇਰੇ ਖਿਆਲ ਵਿੱਚ ਮਈ ਜੂਨ ਦੇ ਹੋਣਗੇ ਜਿਦੇ ਵਿੱਚ ਤਿੰਨ ਲੈਕਚਰ ਨੇ ਆਦਰਵਾਇਜ਼ ਬਾਕੀ ਸਾਰਿਆਂ ਦੇ ਵਿੱਚ ਦੋ ਦੋ ਲੈਕਚਰ ਨੇ ਤਾਂ ਮਤਲਬ ਦੋ ਤੋਂ ਤਿੰਨ ਲੈਕਚਰਾਂ 'ਚ ਦੋ ਤੋਂ 2.5 ਘੰਟੇ ਮੰਨ ਕੇ ਚਲੋ ਦੋ ਹੀ ਨੇ ਜ਼ਿਆਦਾਤਰ ਮਹੀਨੇ ਤਾਂ ਇੰਨੇ ਘੰਟੇ 'ਚ ਇੱਕ ਮਹੀਨਾ ਕਵਰ ਕੀਤਾ ਹੋਇਆ ਹੈ ਜੇ ਤੁਸੀਂ ਕਿਸੇ ਹੋਰ ਸੋਰਸ ਤੋਂ ਵੀ ਕਰੰਟ ਅਫੇਅਰ ਪੜ੍ਹ ਰਹੇ ਹੋ ਹਰ ਕੋਈ ਪੜ੍ਹ ਹੀ ਰਿਹਾ ਹੋਊਗਾ ਐਨੇ ਸੋਰਸ ਨੇ ਆਪਣੇ ਕੋਲੇ ਆਨਲਾਈਨ ਪੜੋ ਤੁਸੀਂ ਉੱਥੋਂ ਜਿੰਨੇ ਕੀਤੇ ਨੇ ਠੀਕ ਹੈ ਰਿਵੀਜ਼ਨ ਦੇ ਤੌਰ ਤੇ ਤੁਸੀਂ ਇਹ ਲੈਕਚਰ ਸੁਣ ਸਕਦੇ ਹੋ ਜਦੋਂ ਲੈਕਚਰ ਸੁਣੋਗੇ ਥੋੜੀ ਰਿਵੀਜ਼ਨ ਹੋ ਜੂਗੀ ਚੰਗੇ ਤਰੀਕੇ ਨਾਲ ਕਿਉਂਕਿ ਇਹਦੇ ਵਿੱਚ ਮੈਂ ਕੱਲੇ-ਕੱਲੇ ਬਰੀਕ ਕਰੰਟ ਅਫੇਅਰ ਤਾਂ ਚੱਕੇ ਨਹੀਂ ਜਿਹੜੇ ਮੇਨ-ਮੇਨ ਮੋٹے-ਮੋٹے ਇੰਪੋਰਟੈਂਟ ਕਰੰਟ ਅਫੇਅਰ ਨੇ ਸਿਰਫ ਮੈਂ ਉਹੀ ਕਵਰ ਕੀਤੇ ਨੇ ਤੇ ਤੁਸੀਂ ਦੇਖੋਗੇ ਯਕੀਨ ਮੰਨਿਓ ਤੁਸੀਂ ਜਿਹੜੇ ਪਿੱਛੇ ਪੇਪਰ ਹੋਏ ਨੇਗੇ ਠੀਕ ਹੈ ਆ ਪੀ ਟ੍ਰਿਪਲਸ ਵੀ ਦੇ ਜਿਆ ਹੋਰ ਉਹਨਾਂ ਦੇ ਕਰੰਟ ਅਫੇਅਰ ਚੱਕ ਕੇ ਦੇਖਿਓ ਕਿਉਂਕਿ ਮੈਂ ਤਾਂ ਜਨਵਰੀ ਤੋਂ ਸਾਰੇ ਪੜਾ ਰੱਖੇ ਨੇ ਵਿੱਚ ਹੀ ਵਏ ਨੇ ਸਾਰੇ ਜਿਹੜੇ ਪੇਪਰਾਂ 'ਚ ਪੁੱਛੇ ਨੇ ਕੋਈ ਵੀ ਬਾਹਰ ਨਹੀਂ ਹੈਗਾ ਕਰੰਟ ਅਫੇਅਰ ਤਾਂ ਕਰੰਟ ਅਫੇਅਰ ਨੂੰ ਪੜ ਲਿਓ ਉਥੋਂ ਉਥੀ ਪੀ ਡੀਏ ਪਏ ਹੋਣਗੇ ਉਹ ਦੇਖ ਲਿਓ ਠੀਕ ਹੈ ਫੇਰ ਵੀ ਕਿਸ ਨੂੰ ਪੀ ਡੀਐਫ ਚਾਹੀਦਾ ਹੋਊਗਾ ਮੈਨੂੰ ਵਟਸਐਪ ਕਰ ਲਿਓ ਮੇਰਾ ਨੰਬਰ ਆ ਨੰਬਰ ਆ ਮੇਰਾ 70 87 40 54 54 ਇਹਦੇ ਤੇ ਮੈਨੂੰ ਵਟਸਐਪ ਕਰ ਦਿਓ ਮੈਂ ਤੁਹਾਨੂੰ ਭੇਜ ਦੂੰਗਾ ਕੋਈ ਹੋਰ ਕੁਐਰੀ ਤੁਹਾਡੀ ਹੁੰਦੀ ਆ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਇਹ ਤੋਂ ਇਲਾਵਾ ਆ ਆਪਣਾ ਇੱਕ ਕੰਪਲੀਟ ਬੈਚ ਬੜੀ ਜਲਦੀ ਮੈਂ ਲਾਂਚ ਕਰਨ ਜਾ ਰਹੇ ਹਾਂ ਬੜਾ ਹੀ ਕੰਪਰੀਹੈਂਸਿਵ ਤਰੀਕੇ ਨਾਲ ਮਤਲਬ ਬਹੁਤ ਡਿਟੇਲਡ ਤਰੀਕੇ ਨਾਲ ਤੇ ਜਿੰਮੇਦਾਰ ਤੁਹਾਨੂੰ ਪੜਾਉਂਦਾ ਮੈਂ ਕਿਹੋ ਜਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਸਟੂਡੈਂਟ ਆਪਣੇ ਚੈਨਲ ਤੇ ਜਾਂ ਫਿਰ ਐਪ ਦੇ ਉੱਤੇ ਇਹੀ ਭਾਸ਼ਾ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਪੜਾਵਾਂਗੇ ਤੇ ਬਹੁਤ ਡਿਟੇਲਡ ਵੇ ਦੇ ਵਿੱਚ ਹਰ ਸਬਜੈਕਟ ਨੂੰ ਚਾਹੇ ਉਹ ਦੂਸਰੇ ਕੰਪਿਊਟਰ ਇੰਗਲਿਸ਼ ਵਰਗੇ ਸਬਜੈਕਟ ਨੇ ਤਾਂ ਮੇਰਾ ਪੌਣ ਦਾ ਕੁਝ ਇਹ ਵੀ ਮੋਟਿਵ ਸੀਗਾ ਕਿ ਤੁਸੀਂ ਦੇਖ ਲਓ ਕਿ ਇੰਗਲਿਸ਼ ਨੂੰ ਵੀ ਮੈਂ ਐਸੇ ਤਰੀਕੇ ਨਾਲ ਹੀ ਪੜ੍ਹਾਉਣਾ ਬਿਲਕੁਲ ਆਸਾਨ ਤਰੀਕੇ ਨਾਲ ਕਰਕੇ ਕਿ ਜਿਹੜੇ ਬੱਚਿਆਂ ਨੂੰ ਇਹ ਲੱਗਦਾ ਕਿ ਅਸੀਂ ਇੰਗਲਿਸ਼ ਨਹੀਂ ਕਰ ਸਕਦੇ ਹਰ ਸਬਜੈਕਟ ਨੂੰ ਮੇਰੀ ਕੋਸ਼ਿਸ਼ ਰਹੂਗੀ ਕਿ ਮੈਂ ਥੋੜਾ ਸਟਰੋਂਗ ਬਣਾ ਸਕਾਂ ਕਿਉਂਕਿ ਅੱਜ ਕੱਲ ਇੰਨਾ ਕੰਪੀਟੀਸ਼ਨ ਹੋ ਚੁੱਕਿਆ ਹੈ ਕਿ ਇੱਕ ਅੱਦੇ ਸਬਜੈਕਟ ਵੀ ਜੇ ਤੁਹਾਡਾ ਵੀਕ ਰਹਿ ਜਾਂਦਾ ਨਾ ਵੀ ਮੈਥ ਵੀਕ ਰਹਿ ਗਿਆ ਅੰਗਰੇਜ਼ੀ ਵੀਕ ਰਹਿ ਗਈ ਕੰਪਿਊਟਰ ਵੀਕ ਰਹਿ ਗਿਆ ਤੁਹਾਡੀ ਸਿਲੈਕਸ਼ਨ ਹੋਣੀ ਔਖੀ ਆ ਯਾਰ ਕਿਉਂਕਿ ਬੱਚੇ ਬਹੁਤ ਕੰਪੀਟ ਕਰ ਰਹੇ ਪਟਵਾਰੀ ਦਾ ਤੁਸੀਂ ਦੇਖ ਲਓ ਹਾਲ ਪਟਵਾਰੀ ਦੇ ਪੇਪਰ ਚ ਕਿੰਨੀ ਕਟਆਫ ਗਈ ਹੈ ਹਨਾ ਤਾਂ ਮਤਲਬ ਇੰਨੀ ਤਾਂ ਐਕਸਪੈਕਟਡ ਨਹੀਂ ਸੀਗੀ ਚਲੋ ਥੋੜੀ ਬਹੁਤ ਹੀ ਥੱਲੇ ਆਊਗੀ ਪਰ ਕਿੰਨੀ ਕਾਊਗੀ ਇੱਕ 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 ਨੰਬਰ ਦੇ ਤੱਕ ਕਿੰਨੇ ਕਿੰਨੇ ਬੱਚੇ ਬੈਠੇ ਹੈਗੇ ਤਾਂ ਤੁਹਾਨੂੰ ਮਿਹਨਤ ਹੀ ਕਰਨੀ ਪਊਗੀ ਇਹੀ ਹੱਲ ਹੈ ਆਪਣੇ ਕੋਲੇ ਕੋਈ ਸ਼ਾਰਟਕਟ ਨਹੀਂ ਹੈਗਾ ਆਪਣੇ ਕੋਲੇ ਠੀਕ ਹੈ ਕਿ ਇਕੱਲੇ ਸਵਾਲ ਕਰਕੇ ਚੱਲ ਜਿਏ ਉੱਥੋਂ ਹੀ ਸਾਡੀ ਗੱਲ ਬਣ ਜੂਗੀ ਸਵਾਲ ਵੀ ਕਰਨੇ ਜ਼ਰੂਰੀ ਨੇ ਪਰ ਸਵਾਲਾਂ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਥਿਊਰੀ ਪੜੋ ਥਣਾ ਡਿਟੇਲਡ ਵਿੱਚ ਫੇਰ ਸਵਾਲ ਕਰੋ ਫਿਰ ਸਵਾਲ ਕਰਨ ਦਾ ਸਵਾਦ ਵੀ ਆਉਂਦਾ ਹੈ ਇਸੇ ਪੈਟਰਨ ਦੇ ਉੱਤੇ ਪੂਰਾ ਬੈਚ ਮੈਂ ਤਿਆਰ ਕਰ ਰਿਹਾ ਜਿਵੇਂ ਮੇਰੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਆਦਤ ਹੈ ਮੈਂ ਸਿੱਧਾ ਬੈਚ ਨਹੀਂ ਲਾਂਚ ਕਰਦਾ ਮੈਂ ਪਹਿਲਾਂ ਇਹਨੂੰ ਜਦੋਂ 60 ਤੋਂ 70% ਤੱਕ ਕੰਪਲੀਟ ਕਰ ਲੂੰਗਾ ਰਿਕਾਰਡ ਕਰ ਲੂੰਗਾ ਰਿਕਾਰਡ ਕਰਨ ਤੋਂ ਬਾਅਦ ਫੇਰ ਮੈਂ ਇਹ ਪਬਲਿਸ਼ ਕਰੂੰਗਾ ਬੈਚ ਨੂੰ ਤਾਂ ਕਿ ਬੱਚੇ ਉਹਨਾਂ ਟਾਈਮ ਉਹ ਵਾਲੇ ਬੈਚ ਦੇ ਹਿੱਸੇ ਨੂੰ ਕਵਰ ਕਰਨਗੇ ਤੇ ਜਿੰਮੇਦਾਰੀ ਉਹ ਕਵਰ ਕਰੀ ਜਾਣਗੇ ਤੇ ਡੇਲੀ ਬੇਸਿਸ ਤੇ ਮੈਂ ਲੈਕਚਰ ਅਪਲੋਡ ਅਪਲੋਡ ਕਰੀ ਜਾਊਂਗਾ ਤੇ ਐਵੇਂ ਆਪਾਂ ਕੋਰਸ ਪੂਰਾ ਕਰ ਲਾਂਗੇ ਹਾਂ ਇਹ ਕੋਰਸ ਦੀ ਇੱਕ ਚੀਜ਼ ਹੈ ਜੇ ਤਾਂ ਕੋਈ ਬਾਲਾ ਬੱਚਾ ਕਾਲਾ ਹੈ ਵੀ ਮੈ ਤਾਂ ਮਹੀਨੇ ਚ ਹੀ ਕੋਰਸ ਕਰਕੇ ਲੱਗਣਾ ਹੈ ਉਹ ਇਸ ਕੋਰਸ ਨਾਲ ਬਿਲਕੁਲ ਨਾ ਜੁੜਿਓ ਕਿਉਂਕਿ ਇਹ ਘੱਟੋ-ਘੱਟ ਤੁਹਾਨੂੰ 4 ਮੰਥ ਮੈਂ ਮੰਨ ਕੇ ਚੱਲਦਾ ਕਿ 4 ਕੁ ਮਹੀਨੇ ਤੁਹਾਨੂੰ ਲੱਗਣਗੇ ਇਸ ਕੋਰਸ ਨੂੰ ਪੂਰਾ ਕਰਨ ਚ ਪੂਰਾ ਕਰਨ ਦਾ ਮਤਲਬ ਡਿਟੇਲਡ ਹੋਊਗਾ ਪੜਨ ਪੜਨ ਦੇ ਵਿੱਚ ਇੰਨੇ ਲੈਕਚਰ ਇਹਦੇ ਵਿੱਚ ਹੋਣਗੇ ਕਿ ਤੁਸੀਂ ਪੋਲੀਟੀ ਦੇ ਘੱਟੋ ਘੱਟ 30 ਲੈਕਚਰ ਫਿਰ ਮਾਡਰਨ ਹਿਸਟਰੀ ਦੇ ਨੇ ਲੈਕਚਰ ਫਿਰ ਐਂਸ਼ੀਅੰਟ ਦੇ ਫਿਰ ਤੁਹਾਡਾ ਮੀਡੀਵਲ ਮੱਧਕਾਲੀਨ ਭਾਰਤ ਦੇ ਠੀਕ ਹੈ ਫਿਰ এনवायरमेंट ਦੇ ਲੈਕਚਰ ਹੋਣਗੇ ਮਤਲਬ ਚਾਹੇ ਤੁਸੀਂ ਪੀਪੀਐਸਸੀ ਦੇਮੋ ਚਾਹੇ ਐਸਐਸ ਬੋਰਡ ਦੇਮੋ ਇਹ ਬੈਚ ਤੁਹਾਡੀ ਪੂਰੀ ਕੰਪਰੀਹੈਂਸਿਵ ਤਿਆਰੀ ਕਰਾਊਗਾ ਤਾਂ ਇਹ ਅੱਜ ਦੇ ਇਸ ਸੈਸ਼ਨ ਦੇ ਵਿੱਚ ਇੰਨਾ ਹੀ ਹੈ ਤੁਸੀਂ ਧਿਆਨ ਨਾਲ ਸੁਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ